ਬਹੁਤ ਬਹੁਤ ਸਵਾਗਤ ਅੱਜ ਦੀ ਇਸ ਗੱਲਬਾਤ ਦੇ ਵਿੱਚ ਪਹੁੰਚੇ ਸਾਰੇ ਵਿਦਿਆਰਥੀ ਔਰ ਸਾਡੇ ਪੈਨਲ ਮੈਂਬਰਸ ਜਿੱਥੇ ਇਹ ਵਿਸ਼ਾ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਸਾਹਮਣੇ ਦੇਖ ਰਹੇ ਹੋ ਉਹ ਇੰਪੋਰਟੈਂਟ ਕਿਉਂ ਹੈ ਉਹਦੇ ਤੇ ਵੀ ਗੱਲਬਾਤ ਕਰਾਂਗੇ ਅਮੈਂ ਪਹਿਲਾਂ ਤੁਹਾਡਾ ਸਬਦ ਦਾ ਤਾਰੁਫ ਸਾਡੇ ਪੈਨਲਿਸਟ ਦੇ ਨਾਲ ਕਰਵਾਦਿਆ ਮੇਰੇ ਸੱਜੇ ਹੱਥ ਮੇਰੇ ਬਿਲਕੁਲ ਨਾਲ ਬੈਠੇ ਨੇ ਇੰਜੀਨੀਅਰ ਜਸਕੀਰਤ ਸਿੰਘ ਜੀ ਪਿਛੇ ਵਜੋਂ সফটওয়্যার ਇੰਜੀਨੀਅਰ ਨੇ ਬਟ ਸੋਸ਼ਲ ਐਕਟੀਵਿਸਟਰ ਪਿਛਲੇ ਸਮੇਂ ਦੇ ਵਿੱਚ এনवायरमेंट ਦੇ ਉੱਪਰ ਜਿੰਨਾ ਐਕਟੀਵਿਜ਼ਮ ਪੰਜਾਬ ਦੇ ਵਿੱਚ ਹੋਇਆ ਬੜਾ ਐਕਟਿਵਲੀ ਪਾਰਟਿਸਿਪੇਟ ਕੀਤਾ ਐਨਜੀਟੀ ਦੇ ਵਿੱਚ ਲੁਧਿਆਣੇ ਦੇ ਜਾਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਕੇਸ ਲੱਗੇ ਹੋਏ ਨੇ ਉਹਨਾਂ ਕੇਸਸ ਦੇ ਵਿੱਚ ਬੜੀ ਸ਼ਮੂਲੀਅਤ ਜਿਹੜੀ ਆ ਬੜੀ ਆ ਇਨਪੁਟ ਇਹਨਾਂ ਦੀ ਰਹੀ ਹੈ ਚਾਹੇ ਉਹ ਮੱਤੇਵਾੜਾ ਦਾ ਜਿਹੜਾ ਮਸਲਾ ਕੁਝ ਸਮਾਂ ਪਹਿਲਾਂ ਅਸੀਂ ਦੇਖਿਆ ਸੀ ਇਹ ਮੱਤੀ ਪਾਰ ਤੋਂ ਬਾਅਦ ਜੀਰਾ ਸ਼ਰਾਬ ਕਾਰਖਾਨੇ ਦਾ ਮਸਲਾ ਉਹਨੇ ਜੋ ਜਮੀਨੀ ਪਾਣੀ ਨੂੰ ਗੰਦਲਾ ਕੀਤਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਸੇ ਮਸਲੇ ਜਿਨ੍ਹਾਂ ਦੇ ਉੱਪਰ ਇਹਨਾਂ ਦੀ ਇਨਪੁੱਟ ਰਹੀ ਹੈ ਉਹਨਾਂ ਦੇ ਨਾਲ ਇੰਜੀਨੀਅਰ ਕਪਿਲ अरोड़ा ਜੀ ਬੈਠੇ ਨੇ ਇੰਜੀਨੀਅਰ ਕਪਿਲ अरोड़ा ਜੀ ਪੇਸ਼ੇਵਜੋਂ ਸਿਵਲ ਇੰਜੀਨੀਅਰ ਨੇ ਸਿਵਲ ਇੰਜੀਨੀਅਰਿੰਗ ਦੀ ਕੰਸਲਟੈਂਸੀ ਕਰਦੇ ਨੇ ਔਰ এনਵਾਇਰਨਮੈਂਟ ਨੂੰ ਲੈ ਕੇ ਸੋਸ਼ਲ ਐਕਟਿਵਿਜ਼ਮ ਜਿਹੜਾ ਇਹਨਾਂ ਦਾ ਹੈਗਾ ਜੀ ਔਰ ਮੈਂ ਦੱਸਾਂ ਕਿ ਜਿਵੇਂ ਮੈਂ ਸਰਦਾਰ ਜਸਕੀਰਤ ਸਿੰਘ ਹੋਣਾ ਦੇ ਬਾਰੇ ਦੱਸਿਆ ਉਸੇ ਤਰ੍ਹਾਂ ਹੀ ਕਪਿਲ ਜੀ ਵੀ ਜਿਨ੍ਹਾਂ ਐਨਜੀਟੀ ਦੇ ਕੇਸ ਨੇ ਚਾਹੇ ਲੁਧਿਆਣੇ ਦੇ ਨੇ ਜਾਂ ਪੰਜਾਬ ਦੇ ਕੇਸ ਨੇ ਉਹ ਵਲੰਟੇਰਲੀ ਉਹਨਾਂ ਨੂੰ ਬੜੇ ਐਕਟਿਵ ਹੋ ਕੇ ਐਨਜੀਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਰੱਖ ਰਹੇ ਨੇ ਜਦੋਂ ਜੀਰੇ ਸ਼ਰਾਬ ਕਾਰਖਾਨੇ ਦਾ ਰੌਲਾ ਪਿਆ ਕਿ ਉਸ ਨੇ ਜ਼ਮੀਨੀ ਪਾਣੀ ਨੂੰ ਗੰਧਲਾ ਕੀਤਾ ਆ ਤਾਂ ਉਦੋਂ ਇਹ ਹੋਇਆ ਕਿ ਉਹ ਜਿਹੜੇ ਰਿਵਰਸ ਬੋਰਿੰਗ ਕਰ ਰਹੇ ਸੀ ਪਾਣੀ ਹੀਠਾਂ ਪਾ ਰਹੇ ਸੀ ਸ਼ਰਾਬ ਕਾਰਖਾਨੇ ਵਾਲੇ ਤਾਂ ਕਿੱਥੇ ਕਿੱਥੇ ਬੋਰ ਨੇ ਉਹਨੂੰ ਕਿਸ ਤਕਨੀਕ ਦੇ ਨਾਲ ਲੱਭਿਆ ਜਾ ਸਕਦਾ ਉਸ ਤਰ੍ਹਾਂ ਦੇ ਆਈਡੀਆਜ਼ ਜਿਹੜੇ ਨੇ ਉਹ ਕਪਿਲ ਜੀ ਹੋਣਾ ਨੇ ਸਾਂਝੇ ਕੀਤੇ ਸੀ ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਾਜੀ ਹੋਰੀ ਬੈਠੇ ਨੇ ਆਦਾਰਾ ਸਿੱਖ ਸਿਆਸਤ ਦੇ ਸੰਪਾਦਕ ਨੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜਾ ਸੋਸ਼ਲ ਐਕਟਿਵਿਜ਼ਮ ਪੰਜਾਬ ਦੇ ਮੁੱਦਿਆਂ ਦੇ ਉੱਪਰ ਹੋਇਆ ਉਹਦੇ ਚ ਪਰ ਮਿਸ਼ ਮੂਲੀਅਤ ਉਹਨਾਂ ਦੀ ਰਹੀ ਹੈ ਚਾਹੇ ਜੋੜੀਆਂ ਨਹਿਰਾਂ ਪੱਕੀਆਂ ਕਰਨ ਦਾ ਮਸਲਾ ਸੀ ਮੈਜੀਕਰ ਪਿਛਲੇ 1-2 ਸਾਲਾਂ ਦੀ ਗੱਲ ਕਰਾਂ ਤਾਂ ਜੋੜੀਆਂ ਨਹਿਰਾਂ ਨੂੰ ਪੱਕੀਆਂ ਕਰਨ ਤੋਂ ਬਚਾਉਣ ਦੇ ਲਈ ਜਾਂ ਉਸ ਤੋਂ ਇਲਾਵਾ ਮੱਤੇਵਾੜਾ ਮੋਰਚਾ ਜੀਰਾ ਮੋਰਚਾ ਚਮਕੌਰ ਸਾਹਿਬ ਮੋਰਚਾ ਲੱਗਿਆ ਸੋ ਉਹਨਾਂ ਮੋਰਚਿਆਂ ਦੇ ਵਿੱਚ ਬੜਾ ਐਕਟਿਵ ਪਾਰਟਿਸਪੇਸ਼ਨ ਉਹਨਾਂ ਦੀ ਰਹੀ ਹੈ ਉਹਨਾਂ ਦੇ ਨਾਲ ਸਾਡੇ ਕਾਲਜ ਤੋਂ ਡਾਕਟਰ ਪੁਨੀਤਪਾਲ ਸਿੰਘ ਚੀਮਾ ਕਿਉਂਕਿ ਸਾਡਾ ਵਿਸ਼ਾ ਸਾਡਾ ਵਿਸ਼ਾ ਵਾਤਾਵਰਨ ਦਾ ਔਰ ਵਾਤਾਵਰਨ ਦੇ ਪ੍ਰੋਫੈਸਰ ਨੇ ਡਾਕਟਰ ਪੁਨੀਤਪਾਲ ਸਿੰਘ ਮੈਂ ਜਦੋਂ ਵੀ ਅਸੀਂ ਬੁੱਡੇ ਨਾਲੇ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਤਾਂ ਮੈਂ ਡਾਕਟਰ ਚੀਮਾ ਨੂੰ ਜ਼ਰੂਰ ਯਾਦ ਕਰਦਾ ਹਾਂ ਡਾਕਟਰ ਚੀਮਾ ਦੀ ਜੋ ਰਿਸਰਚ ਹੈ ਬੁੱਡੇ ਨਾਲੇ ਨੂੰ ਲੈ ਕੇ ਉਹ ਬੜੀ ਇੰਪੋਰਟੈਂਟ ਹੈ ਬੜੀ ਸਿਗਨੀਫੀਕੈਂਟ ਹੈ ਕਿ ਕਿਸ ਤਰ੍ਹਾਂ ਜਨਰਲੀ ਆਪਾਂ ਨੂੰ ਬੁੱਡੇ ਨਾਲੇ ਦਾ ਉੱਪਰਲਾ ਪਾਣੀ ਦਿਖ ਰਿਹਾ ਕਿ ਬੁੱਡੇ ਨਾਲੇ ਦੇ ਨਾਲ ਜਿਹੜਾ ਉਹਦੇ ਵਿੱਚ ਵਹਿ ਰਿਹਾ ਪਾਣੀ ਹੈ ਕਿ ਉਹ ਕਾਲੇ ਰੰਗ ਦਾ ਉਹ ਮੁਸ਼ਕ ਮਾਰ ਰਿਹਾ ਪਾਣੀ ਆ ਬਟ ਉਹਨੇ ਗਰਾਊਂਡ ਵਾਟਰ ਨੂੰ 100 ਫੁੱਟ ਤੱਕ ਗੰਦਾ ਕਰ ਦਿੱਤਾ ਇਹ ਰਿਸਰਚ ਜਿਹੜੀ ਹੈ ਲੋਕਾਂ ਦੇ ਸਾਹਮਣੇ ਡਾਕਟਰ ਪੁਨੀਤਪਾਲ ਸਿੰਘ ਹੁਣਾਂ ਨੇ ਰੱਖੀ ਹੈ ਇਸੇ ਤਰ੍ਹਾਂ ਬੁੱਢੇ ਨਾਲੇ ਦੇ ਆਲੇ ਦਿਵਾਲੇ ਜੋ ਤੁਸੀਂ ਫਸਲ ਬੀਜ ਰਹੇ ਹੋ ਜਾਂ ਸਬਜ਼ੀ ਬੀਜ ਰਹੇ ਹੋ ਉਹਦੇ 'ਚ ਕਿਵੇਂ ਹੈਵੀ ਮੈਟਲਸ ਆ ਰਹੀਆਂ ਨੇ ਉਹ ਰਿਸਰਚ ਲੋਕਾਂ ਦੇ ਸਾਹਮਣੇ ਡਾਕਟਰ ਚੀਮਾ ਹੁਣਾਂ ਨੇ ਰੱਖੀ ਮੈਂ ਬੇਨਤੀ ਕਰਾਂ ਮੈਡਮ ਰਾਜਵੀਰ ਕੌਰ ਨੂੰ ਪੈਨਲ ਦੇ ਵਿੱਚ ਕਿਰਪਾ ਕਰਕੇ ਮੰਚ ਤੇ ਆ ਜਾਣ मैडम राजवीर कौर ਦੇ ਕੋਲੋਂ ਤੁਸੀਂ ਸਾਰੇ ਪੜੇ ਵੀ ਹੋ ਤੁਸੀਂ ਸਾਰੇ मैडम राजवीर ਦੇ ਕੋਲੋਂ ਪੜੇ ਵੀ ਹੋ ਜਿੱਥੇ ਰਸਾਇਣ ਵਿਗਿਆਨ ਦੇ ਮਾਹਿਰ ਨੇ ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਜਦੋਂ ਜੀਰਾ ਸੰਜਾ ਮੋਰਚਾ ਲੱਗਿਆ ਸੀ ਤੇ ਉਹਦੇ ਬੈਕਐਂਡ ਦੇ ਉੱਤੇ ਜਿਹੜੀ ਮਾਨਿਟਰਿੰਗ ਕਮੇਟੀ ਦੀਆਂ ਰਿਪੋਰਟਾਂ ਪੜੀਆਂ ਗਈਆਂ ਉਹਦੇ ਨੁਕਸ ਲੱਭੇ ਗਏ ਉਹਦੇ 'ਚ मैडम ਦੀ ਅਸੀਂ ਬਹੁਤ ਹੈਲਪ ਲਈ ਸੀਗੀ ਇਸੇ ਤਰ੍ਹਾਂ ਹੁਣ ਰੀਸੈਂਟਲੀ ਇਹਨਾਂ ਨੂੰ ਸੀਡ ਗ੍ਰਾਂਟ ਇੱਕ ਬੁੱਢੇ ਨਾਲੇ ਦੇ ਪਾਣੀ ਦੇ ਟ੍ਰੀਟਮੈਂਟ ਕਰਨ ਦੇ ਲਈ ਮਿਲੀ ਹੈ ਸੋ ਅਸੀਂ ਇਹਨਾਂ ਸਾਰੇ ਮਾਹਿਰਾਂ ਦੀ ਅੱਜ ਦੇ ਵਿਸ਼ੇ ਦੇ ਗੱਲਬਾਤ ਕਰਨ ਦੇ ਲਈ ਮਦਦ ਲਵਾਂਗੇ ਵਿਸ਼ੇ ਤੇ ਆਵਾਂ ਮੈਂ ਵਿਸ਼ਾ ਪੰਜਾਬ ਦਾ ਜਿਹੜਾ ਡਰੇਨੇਜ ਸਿਸਟਮ ਹੈ ਜਿਹੜਾ ਨਿਕਾਂਸੀ ਢਾਂਚਾ ਆਇਆ ਜਿਹਦੇ ਚ ਅਸੀਂ ਜਿਵੇਂ ਬੁੱਢੇ ਨਾਲੇ ਨੂੰ ਦੇਖ ਰਹੇ ਹਾਂ ਤੁਹਾਡੇ ਚੋਂ ਬਹੁਤ ਸਾਰੇ ਬੁੱਢੇ ਨਾਲੇ ਦੇ ਪ੍ਰੋਡਿਊਸ਼ਨ ਤੋਂ ਵਾਕਿਫ ਹੋਣਗੇ ਪਰ ਸਮੱਸਿਆ ਕੇਵਲ ਬੁੱਢੇ ਨਾਲੇ ਤੱਕ ਸੀਮਿਤ ਨਹੀਂ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ इवन ਪੰਜਾਬ ਤੋਂ ਬਾਹਰ ਜਾ ਕੇ ਕਿਉਂਕਿ ਸਟੂਡੈਂਟ ਹੋਰ ਸਟੇਟਾਂ ਤੋਂ ਵੀ ਹੋਣਗੇ ਤਾਂ ਹਰ ਇੱਕ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਹੈ ਔਰ ਜੇ ਮੈਂ ਪੰਜਾਬ ਦੇ ਵਿੱਚ ਗੱਲ ਕਰਾਂ ਜਿਵੇਂ ਬੁੱਢਾ ਨਾਲਾ ਹਾਈਲਾਈਟਡ ਹੈ ਬੁੱਢਾ ਨਾਲਾ तकरीबन ਸਾਰੇ ਪੰਜਾਬ ਦੇ ਲੋਕ ਉਸ ਤੋਂ ਜਾਣੂ ਨੇ ਇਸੇ ਤਰ੍ਹਾਂ ਦੀਆਂ 8-9 ਡ੍ਰੀਨਸ ਹੋਰ ਨੇ ਜਿਨ੍ਹਾਂ ਦਾ ਪ੍ਰਦੂਸ਼ਨ ਇਸੇ ਲੈਵਲ ਤੇ ਹੈ ਸਾਡੇ ਕੋਲ ਕਾਲਾ ਸੰਘਿਆ ਡਰੇਨ ਆ ਕਾਲਾ ਸੰਘਿਆ ਡਰੇਨ ਔਰ ਚਿੱਟੀ ਵਹੀ ਦੋਨੋਂ ਜਲੰਧਰ ਏਰੀਏ ਦਾ ਜਿਹੜਾ ਵੇਸਟ ਹੈ ਉਹਨੂੰ ਲੈ ਕੇ ਅੱਗੇ ਜਾ ਰਹੀਆਂ ਨੇ ਔਰ ਇਸੇ ਤਰ੍ਹਾਂ ਕਾਲਾ ਸੰਘਿਆ ਤੇ ਚਿੱਟੀ ਵਹੀ ਤੋਂ ਇਲਾਵਾ ਪੱਟੀਆਂ ਡਰੇਨ ਹੈ ਇਸੇ ਤਰ੍ਹਾਂ ਲਸਾੜਾ ਡਰੇਨ ਲਸਾੜਾ ਡਰੇਨ ਨੂੰ ਕੈਂਸਲ ਡਰੇਨ ਕਿਹਾ ਜਾਣ ਲੱਗ ਗਿਆ ਪਿਛਲੇ ਸਮੇਂ ਦੇ ਵਿੱਚ ਜਿੱਥੇ ਦੁਨੀਆ ਇਹ ਗੱਲ ਕਰ ਰਹੀ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਖਤਮ ਹੋਣ ਦੇ ਕੰਨੇ ਆ ਨਸਾ ਦੀ ਇੱਕ ਰਿਪੋਰਟ ਹੈ ਕਿ ਤਕਰੀਬਨ 2035 ਤੱਕ ਪੰਜਾਬ ਦਾ ਪਾਣੀ ਬਚਿਆ ਆ ਤਾਂ ਤਕਰੀਬਨ ਅੱਜ ਤੋਂ 11 ਕੋਸਾਲ ਹੋਰ ਸਾਡੇ ਕੋਲੇ ਬਾਕੀ ਬਚਦੇ ਨੇ ਹਰ ਸਾਲ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਇੱਕ ਰਿਪੋਰਟ ਜਾਰੀ ਕਰਦਾ ਉਹ ਰਿਪੋਰਟ ਨੂੰ ਜੇ ਮੌਕਾ ਮਿਲਿਆ ਤੇ ਉਹਨਾਂ ਰਿਪੋਰਟਾਂ ਨੂੰ ਜ਼ਰੂਰ ਪੜਿਓ ਪਿਛਲੇ ਸਮੇਂ 'ਚ ਅਸੀਂ ਕੋਸ਼ਿਸ਼ ਕੀਤੀ ਆ ਤਾਂ ਲਗਾਤਾਰ ਡਿਪਲੀਸ਼ਨ ਪੰਜਾਬ ਦੇ ਜ਼ਮੀਨੀ ਪਾਣੀ ਦੀ ਹੋ ਰਹੀ ਹੈ ਉਹ ਪੰਜਾਬ ਨੂੰ ਕੁੱਲ 153 ਬਲਾਕਾਂ ਦੇ ਵਿੱਚ ਵੰਡੇ ਨੇ ਤੇ 153 ਬਲਾਕਾਂ ਦੇ ਵਿੱਚੋਂ 117 ਬਲਾਕਾਂ ਦਾ ਜ਼ਮੀਨੀ ਪਾਣੀ ਓਵਰ ਐਕਸਪਲੋਇਟਡ ਹੈ ਓਵਰ ਐਕਸਪਲੋਇਟਡ ਪਾਣੀ ਨੂੰ ਕਦੋਂ ਅਸੀਂ ਲੈ ਕੇ ਚੱਲਦੇ ਹਾਂ ਜਦੋਂ ਪਾਣੀ ਜਿੰਨਾ ਰੀਚਾਰਜ ਹੋ ਰਿਹਾ ਉਸ ਤੋਂ ਜ਼ਿਆਦਾ ਪਾਣੀ ਧਰਤੀ ਦੇ ਵਿੱਚੋਂ ਕੱਢਿਆ ਜਾ ਰਿਹਾ ਹੋਵੇ ਤਾਂ ਇੱਕ ਪਾਸੇ ਜਦੋਂ ਪਾਣੀ ਦੀ ਓਵਰ ਐਕਸਪਲੋਇਟੇਸ਼ਨ ਦੀ ਪ੍ਰੋਬਲਮ ਹੈ ਉੱਥੇ ਜਿੱਥੇ ਦੁਨੀਆ ਦੇ ਮੁਲਕ ਸਰਫੇਸ ਵਾਟਰ ਨੂੰ ਜਾਂ ਨਹਿਰੀ ਪਾਣੀ ਨੂੰ ਜਾਂ ਵਰਤੇ ਹੋਏ ਪਾਣੀ ਨੂੰ ਰੀਯੂਜ਼ ਕਰ ਰਹੇ ਨੇ ਉੱਥੇ ਹੀ ਅਸੀਂ ਜਿਹੜਾ ਵਰਤਿਆ ਹੋਇਆ ਪਾਣੀ ਆ ਖਾਸ ਕਰਕੇ ਜਿਹੜੀ ਇੰਡਸਟਰੀ ਪਾਣੀ ਵਰਤ ਰਹੀ ਆ ਉਹ ਪਾਣੀ ਨੂੰ ਲੋਕਾਂ ਨੂੰ ਬਿਮਾਰੀਆਂ ਲਾਉਣ ਦੇ ਲਈ ਔਰ ਉਸ ਪਾਣੀ ਨੂੰ ਧਰਤੀ ਹਿੱਟਲਾ ਪਾਣੀ ਗੰਧਲਾ ਕਰਨ ਦੇ ਲਈ ਛੱਡ ਰਹੇ ਆ ਜਿੰਨੀਆਂ ਮੈਂ ਡਰੇਨਾਂ ਦੀ ਗੱਲ ਕੀਤੀ ਤੁਹਾਨੂੰ ਲਸਾੜਾ ਡਰੇਨ ਦੇ ਬਾਰੇ ਦੱਸਿਆ ਕਿ ਉਸ ਨੂੰ ਕੈਂਸਰ ਡਰੇਨ ਤੱਕ ਕਿਹਾ ਜਾਣ ਲੱਗਿਆ ਪੰਜਾਬ ਦੀ ਸਭ ਤੋਂ ਵੱਡੀ ਡਰੇਨ ਤਕਰੀਬਨ 250 ਕਿਲੋਮੀਟਰ ਦੀ ਹੈ ਰਾੜਾ ਸਾਹਿਬ ਦੇ ਕੋਲੋਂ ਸ਼ੁਰੂ ਹੋ ਜਾਂਦੀ ਹੈ ਬਠਿੰਡੇ ਤੋਂ ਅੱਗੇ ਤੱਕ ਜਾਂਦੀ ਹੈ ਉਹ। ਔਰ ਜਦੋਂ ਬਾਰਿਸ਼ਾਂ ਆਉਂਦੀਆਂ ਨੇ ਲੋਕ ਕਹਿੰਦੇ ਨੇ ਕਿ ਲਸਾੜਾ ਡਰੇਨ ਓਵਰਫਲੋ ਹੋ ਜਾਂਦੀ ਆ। ਓਵਰਫਲੋ ਹੋ ਕੇ ਉਹਦਾ ਪਾਣੀ ਜਿਵੇਂ ਜਦੋਂ ਹੜ੍ਹ ਆਏ ਤਾਂ ਬੁੱਢੇ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ। ਔਰ ਇਸ ਤਰ੍ਹਾਂ ਦੇ ਨਾਲ ਪ੍ਰੋਬਲਮਸ ਕਰ ਰਹੀਆਂ ਨੇ ਇਵਨ ਗਵਰਨਮੈਂਟ ਦੇ ਜਿਹੜੇ ਇਨੀਸ਼ੀਏਟਿਵਸ ਨੇ ਉਹਦੇ ਤੇ ਉਹੀ ਚੀਜ਼ਾਂ ਨੂੰ ਅਸੀਂ ਅੱਜ ਡਿਸਕਸ ਕਰਨਾ ਗਵਰਨਮੈਂਟ ਦੇ ਜਿਹੜੇ ਇਨੀਸ਼ੀਏਟਿਵਸ ਨੇ ਜਿਵੇਂ ਸਾਡੇ 60 ਕਰੋੜ ਦਾ ਪ੍ਰੋਜੈਕਟ ਕੈਪਟਨ ਅਮਰਿੰਦਰ ਸਿੰਘ ਹੁਣੀ ਬੁੱਢਾ ਦਰਿਆ ਰੀਜੂਵੇਨੇਸ਼ਨ ਦੇ ਲਈ ਲੈ ਕੇ ਆਏ ਬੱਤ ਉਹਦੇ ਚ ਜਨਰਲੀ ਨਾ ਤਿੰਨ ਤਰ੍ਹਾਂ ਦੇ ਪਲਾਂਟ ਲੱਗਦੇ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹਨੂੰ ਐਸਟੀਪੀ ਕਹਿੰਨੇ ਆ ਈ ਈਟੀਪੀ ਕਹਿੰਨੇ ਸੀ ਇਫਲੂਐਂਟ ਟ੍ਰੀਟਮੈਂਟ ਪਲਾਂਟ ਔਰ ਸੀਈਟੀਪੀ ਕਹਿੰਨੇ ਆ ਕੈਮੀਕਲ ਇਫਲੂਐਂਟ ਟ੍ਰੀਟਮੈਂਟ ਪਲਾਂਟ ਪਹਿਲੀ ਗੱਲ ਦੇਖੋ ਪਾਲਿਸੀ ਲੈਵਲ ਤੇ ਕਿੱਡੇ ਲੂਪ ਹੋਲਸ ਨੇ ਕਿ ਇੰਡਸਟਰੀ ਦੇ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਅਸੀਂ एसटीपी ਯੂਜ਼ ਕਰ ਰਹੇ ਹਾਂ ਸੀਵਰੇਜ ਟ੍ਰੀਟਮੈਂਟ ਪਲੈਂਟ ਇੰਡਸਟਰੀ ਦੇ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਵਰੇਜ ਟ੍ਰੀਟਮੈਂਟ ਪਲੈਂਟ ਬਹੁਤਾ ਕਾਰਗਰ ਨਹੀਂ ਹੈ ਉਹ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰ ਸਕਦਾ ਹੈਗਾ ਇਸੇ ਤਰ੍ਹਾਂ ਜਿਹੜਾ ਈਟੀਪੀ ਹੈ ਉਹਦੀਆਂ ਆਪਣੀਆਂ ਸਮੱਸਿਆਵਾਂ ਉਹਨੇ ਜਿਹੜਾ ਜਸਟ ਉਹਦੇ ਵਿੱਚ ਇਫਲੂਐਂਟ ਆ ਰਿਹਾ ਹੈਗਾ ਉਹਨੂੰ ਕਵਰ ਕਰਨਾ ਕੈਮੀਕਲ ਦੇ ਉੱਤੇ ਉਹ ਕਿ ਇਸ ਤਰ੍ਹਾਂ ਦੇ ਨਾਲ کارਗਰ ਹੋ ਸਕਦਾ ਜਾਂ ਨਹੀਂ ਉਹਦੇ ਤੇ ਗੱਲਬਾਤ ਕਰਾਂਗੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂ ਸਾਡੇ ਦਰਮਿਆਨ ਪ੍ਰੋਫੈਸਰ ਪੁਨੀਤਪਾਲ ਸਿੰਘ ਜੀ ਮਾਨ ਨੇ ਕਿ ਕੇਸ ਲੈਵਲ ਤੱਕ ਇਹ ਪ੍ਰੋਬਲਮ ਜਿਹੜੀ ਆ ਉਹ ਪਹੁੰਚੀ ਹੋਈ ਹੈ ਅਮਿਤੋਜ ਮਾਈਕ ਤੁਸੀਂ ਹੈਂਡਓਵਰ ਕਰਦੇ ਹੋ ਦੀ ਸਾਨੂੰ ਸਰ ਕੇਸ ਲੈਵਲ ਤੱਕ ਇਹ ਪ੍ਰੋਬਲਮ ਪਹੁੰਚੀ ਹੋਈ ਹੈ ਜੀ ਜਿਵੇਂ ਤੁਸੀਂ ਦੋ ਰਿਸਰਚ ਮੈਂ ਤੁਹਾਡੀਆਂ ਕੋਟ ਕੀਤੀਆਂ ਹੁਣ ਉਸ ਤੋਂ ਇਲਾਵਾ ਹੋਰ ਚੀਜ਼ਾਂ ਨੂੰ ਸਾਂਝੀਆਂ ਕਰਕੇ ਕਿ ਪ੍ਰੋਬਲਮ ਦੀ ਸਿਵਿਰਿਟੀ ਕਿੰਨੀ ਹੈ ਕਿੰਨੀ ਕੋ ਗੰਭੀਰੇ ਸਮੱਸਿਆ ਹੈ ਉਹ ਤੁਸੀਂ ਸਾਂਝੀ ਕਰਿਓ ਜੀ ਧੰਨਵਾਦ ਪ੍ਰੋਫੈਸਰ ਸੁਖਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਦਵਾਂਗਾ ਐਨਐਸਐਸ ਡਿਪਾਰਟਮੈਂਟ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਔਰ ਇੱਕ ਬਹੁਤ ਹੀ ਬਹੁਤ ਹੀ ਸੰਜੀਦਾ ਇਸ਼ੂ ਹੈ ਜਿਸ ਦੇ ਉੱਪਰ ਅਸੀਂ ਅੱਜ ਬੈਠ ਕੇ ਕੁਝ ਇੱਥੇ ਡਿਸਕਸ ਕਰਾਂਗੇ ਔਰ ਮੈਂ ਕਿਉਂਕਿ ਮੈਂ ਐਸੇ ਕਾਲਜ ਦਾ ਹੀ ਇੱਕ ਮੈਂਬਰ ਹਾਂ ਸੋ ਮੈਂ ਕਾਲਜ ਵੱਲੋਂ ਜਿੰਨੇ ਵੀ ਪਤਵੰਤੇ ਸੱਜਣੇ ਅੱਥੇ ਸਟੇਜ ਤੇ ਬੈਠੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਾਲਜ ਵੱਲੋਂ ਮੈਂ ਜੀ ਆਇਆਂ ਨੂੰ ਆਖਦਾ ਉਹਨਾਂ ਨੂੰ ਸੋ ਜਿਵੇਂ ਪ੍ਰੋਫੈਸਰ ਸੁਖਜੀਤ ਨੇ ਕਿਹਾ ਕਿ ਪ੍ਰੋਬਲਮ ਹੈ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਨਜ਼ਰ ਆ ਵੀ ਰਹੀ ਹੈ ਬਟ ਲੇਕਿਨ ਕਈ ਵਾਰੀ ਹੁੰਦਾ ਹੈ ਕਿ ਸਾਨੂੰ ਸਰਫੇਸ ਦੇ ਉੱਪਰ ਨਜ਼ਰ ਆਉਂਦਾ ਹੈ ਕਿ ਜਿਵੇਂ ਹੁਣ ਬੁੱਢੇ ਨਾਲੇ ਦੀ ਗੱਲ ਕਰ ਲਈਏ ਬੁੱਡਾ ਨਾਲਾ ਸਾਨੂੰ ਸਾਰਿਆਂ ਨੂੰ ਦਿਖ ਦਿਸਦਾ ਹੈ ਚਾਂਦ ਸਿਨੇਮੇ ਦੇ ਕੋਲ ਅਸੀਂ ਰੋਜ਼ ਉਹਨੂੰ ਰੋਜ਼ ਨਹੀਂ ਤਾਂ ਚਲੋ ਹਫ਼ਤੇ ਦਸ ਵਿੱਚ ਇੱਕ ਦਿਵਾਰੀ ਤਾਂ ਜ਼ਰੂਰ ਲੰਘਦੇ ਆ ਉਹਨੂੰ ਚੰਦਨਗਰ ਹਬਵਾਲ ਦੇ ਨੇੜੇ ਕਿੰਨੇ ਹੀ ਨਗਰ ਨੇ ਜਿੱਥੋਂ ਲੰਘਦਾ ਹੈ ਉਹ ਦੇਖਦੇ ਨੇ ਲੋਕੀ ਰੋਜ਼ ਪਤਾ ਨਹੀਂ ਕਿੰਨੀ ਵਾਰੀ ਲੰਘਦੇ ਵੀ ਹੋਣਗੇ ਉੱਥੋਂ ਦੇ ਰਹਿਣ ਵਾਲੇ ਨੇੜੇ ਦੇ ਦੇ ਉੱਪਰੋਂ ਦੇਖ ਕੇ ਲੱਗਦਾ ਕਾਲਾ ਕਾਲਾ ਰੰਗ ਹੈ ਕੋਈ ਗੱਲ ਨਹੀਂ ਕਾਲਾ ਰੰਗ ਹਰ ਗੰਦੇ ਪਾਣੀ ਦਾ ਰੰਗ ਕਾਲਾ ਹੀ ਹੁੰਦਾ ਹੈ ਜਿਹੜਾ ਕਰੋਨਿਕਲ ਦਾ ਉਹਦਾ ਰੰਗ ਵੀ ਕਾਲਾ ਹੀ ਹੁੰਦਾ ਹੈ ਬਟ ਲੇਕਿਨ ਜਿਹੜਾ ਸਾਡੇ ਘਰੋਂ ਪਾਣੀ ਨਿਕਲਦਾ ਹੈ ਤੁਹਾਡੇ ਕਿਚਨਸ ਤੋਂ ਵੇਸਟ ਟਾਇਲਟਸ ਤੋਂ ਜਾਂ ਬਾਥਰੂਮ ਤੋਂ ਉਹਦੇ ਉਹਦਾ ਰੰਗ ਬੇਸ਼ੱਕ ਕਾਲਾ ਹੋਵੇ ਹਾਲਾਂਕਿ ਉਹਦਾ ਰੰਗ ਵੀ ਉਦੋਂ ਕਾਲਾ ਨਹੀਂ ਹੁੰਦਾ ਲੇਕਿਨ ਚਲੋ ਮੈਂ ਕਾਲਾ ਹੀ ਮੰਨ ਲੈਣਾ ਉਹ ਤਾਂ ਬੇਸ਼ੱਕ ਰੰਗ ਕਾਲਾ ਹੋਵੇ ਬਟ ਲੇਕਿਨ ਉਹਦੇ ਔਰ ਬੁੱਡੇ ਨਾਲੇ ਦੇ ਕੁਆਲਿਟੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਅਗਰ ਪ੍ਰੋਬਲਮ ਦੀ ਗੱਲ ਕਰੀਏ ਪ੍ਰੋਬਲਮ ਮੇਰੇ ਇੱਕ ਸਟੂਡੈਂਟਸ ਨੇ ਕੁਝ ਸਾਲ ਪਹਿਲਾਂ ਅਜ ਤੋਂ 7-8 10 ਸਾਲ ਪਹਿਲਾਂ ਦੋ ਸਟੱਡੀਜ਼ ਅਸੀਂ ਕੀਤੀਆਂ ਸੀ ਲੁਧਿਆਣੇ ਚ ਬਹੁਤ ਵੱਡੇ ਪੱਧਰ ਤੇ ਬੁੱਢੇ ਨਾਲਾ ਨਾਲੇ ਦਾ ਪਾਣੀ ਯੂਜ਼ ਹੁੰਦਾ ਹੈ ਅ ਵੈਜੀਟੇਬਲ ਫਾਰਮਿੰਗ ਦੇ ਲਈ ਅਗਰ ਤੁਸੀਂ ਜਿੱਥੇ ਬੁੱਢਾ ਨਾਲਾ ਲੁਧਿਆਣੇ ਤੋਂ ਬਾਹਰ ਨਿਕਲ ਨਿਕਲਦਾ ਹੈ ਅਗਰ ਤੁਸੀਂ ਉੱਥੇ ਦੇਖੋ ਜੈਨਪੁਰ ਪਿੰਡ ਹੈ ਸ਼ਾਇਦ ਉੱਥੇ ਨੇੜੇ ਉਹਦੇ ਨੇੜੇ ਤੇੜੇ ਜਾ ਕੇ ਉਸੇ ਰੇ ਜਾ ਕੇ ਦੇਖੋ ਚਾਂਦ ਸਿੰਘ ਮੇ ਤੋਂ ਅੱਗੇ ਚਲੇ ਹੈਬੋ ਵਾਲ ਤੋਂ ਅੱਗੇ ਚਲੇ ਜਾਓ ਤੇ ਉੱਥੇ ਲੋਕੀ ਯੂਜ਼ ਕਰ ਰਹੇ ਨੇ ਪਾਣੀ ਖਾਸ ਕਰਕੇ ਉਹ ਮਾਈਗਰੇਟਰੀ ਮਾਈਗਰੇਟਰੀ ਪੋਪੂਲੇਸ਼ਨ ਹੈ ਉਹਨਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਔਰ ਉਹ ਵੱਡੇ ਨਾਲੇ ਦਾ ਪਾਣੀ ਯੂਜ਼ ਕਰ ਰਹੇ ਨੇ ਸਬਜ਼ੀਆਂ ਉਗਾਨ ਲਈ ਸੋ ਅਸੀਂ ਇੱਕ ਸਟੱਡੀ ਕੀਤੀ ਅਸੀਂ ਕੁਝ ਸੈਂਪਲਸ ਸਬਜ਼ੀਆਂ ਦੇ ਇੱਥੋਂ ਲਏ ਉਸ ਏਰੀਆ ਚੋਂ ਸਬਜ਼ੀਆਂ ਜਿਹੜੇ ਸਾਰੇ ਅਸੀਂ ਖਾਂਦੇ ਆਂ ਮooli ਹੋ ਗਈ ਸ਼ਲਗਮ ਹੋ ਗਿਆ ਗੋਭੀ ਹੋ ਗਈ ਸਾਰੀਆਂ ਵਾਲੀ ਸਬਜ਼ੀਆਂ ਪਾਲਕ ਹੋ ਗਈ ਅਸੀਂ ਕੁਝ ਉਸ ਏਰੀਏ ਤੋਂ ਲਈਆਂ ਸਬਜ਼ੀਆਂ ਦੇ ਸੈਂਪਲ ਕੁਝ ਅਸੀਂ ਸੈਂਪਲ ਲਏ ਮਲੇਰ ਕੋਟਲੇ ਸਾਈਡ ਤੋਂ ਜਿੱਥੇ ਕਿ ਸਾਨੂੰ ਉਮੀਦ ਸੀ ਕਿ ਉੱਥੇ ਇਹੋ ਜਿਹਾ ਪਾਣੀ ਨਹੀਂ ਲੱਗਦਾ ਤਾਂ ਅਸੀਂ ਉਹਨਾਂ ਦੀ ਟੈਸਟਿੰਗ ਕੀਤੀ ਉਹਨਾਂ ਦੀ ਉਹਨੇ ਸੈਂਪਲਿੰਗ ਲਈ ਕੀਤੀ ਟੈਸਟਿੰਗ ਕੀਤੀ ਅਸੀਂ ਉਹਨਾਂ ਚ ਐਲੀਮੈਂਟਸ ਚੈੱਕ ਕੀਤੇ ਸਬਜ਼ੀਆਂ ਚ ਅਸੀਂ ਸੋਚ ਕੇ ਖਾਣੇ ਆ ਕਿ ਗੋਭੀ ਇੰਨੀ ਵੱਡੀ ਗੋਭੀ ਇੰਨਾ ਵੱਡਾ ਬੈਂਗਨ ਵਾ ਵਾ ਮਜ਼ਾ ਆ ਜਾਏਗਾ ਖਾ ਕੇ ਅੱਜ ਮਜ਼ਾ ਵੀ ਆਂਦਾ ਸਾਨੂੰ ਲੇਕਿਨ ਜਦੋਂ ਅਸੀਂ ਟੈਸਟ ਕੀਤਾ ਦੇਖ ਕੰਦੇ ਸਭ ਬਹੁਤ ਅੱਛਾ ਹੈ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਐਲੀਮੈਂਟ ਕਿਤੇ ਉੱਪਰ ਪਿਆ ਮਿਲ ਜਾਏਗਾ ਉਹਦੇ 'ਚ ਐਲੀਮੈਂਟ ਮਤਲਬ ਹੈਵੀ ਐਲੀਮੈਂਟਸ ਹੈਵੀ ਮੈਟਲਸ ਦੀ ਗੱਲ ਕਰ ਰਿਹਾ ਮੈਂ ਐਲੀਮੈਂਟ ਕੋਈ ਫਾਸਫੋਰਸ ਜਾਂ ਨਾਈਟ੍ਰੋਜਨ ਜਾਂ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਹੈਵੀ ਮੈਟਲਸ ਕੈਡਮੀਅਮ ਕ੍ਰੋਮੀਅਮ ਲੇਡ ਨਿਕਲ ਇਹਨਾਂ ਦੀ ਚੀਜ਼ਾਂ ਜ਼ਿੰਕ ਜ਼ਿੰਕ ਤਾਂ ਸੇਫ ਵੀ ਚਲੋ ਕੁਝ ਕੁਝ ਹੱਦ ਤੱਕ ਠੀਕ ਹੈ ਬਟ ਲੇਡ ਕ੍ਰੋਮੀਅਮ ਨਿਕਲ ਇਦਾਂ ਦੀ ਚੀਜ਼ਾਂ ਉਹਦੇ 'ਚ ਸਾਨੂੰ ਮਿਲੀਆਂ ਔਰ ਜਦੋਂ ਅਸੀਂ ਦੋਨਾਂ ਦੋਨਾਂ ਥਾਵਾਂ ਦੇ ਕੰਪੇਅਰ ਕੀਤਾ ਮਲੇਰ ਕੋਟਲੇ ਵਾਲੇ ਚ ਵੀ ਸੀਗੇ ਥੋੜੇ ਜੇ ਬਟ ਉਹ ਫੇਰ ਵੀ ਬਹੁਤ ਘੱਟ ਸੀਗੀਆਂ ਉਹਨਾਂ ਦੀ ਵੈਲਿਊਜ਼ ਵਿਦਨ ਪਰਮਿਸਿਬਲ ਜੋ ਲਿਮਿਟਸ ਹੁੰਦੀਆਂ ਆ ਉਹਦੇ ਨੇੜੇ ਜਿਹੜੇ ਸੀਗੀਆਂ ਉਹ ਸੋ ਦੇ ਵਰ ਕੰਪੈਰੀਟਿਵਲੀ ਸੇਫ ਟੂ ਕੰਜ਼ੂਮ ਬਟ ਲੇਕਿਨ ਜਿਹੜੀਆਂ ਬੁੱਡੇ ਨਾਲੇ ਦੇ ਪਾਣੀ ਨਾਲ ਜਿਨ੍ਹਾਂ ਨੂੰ ਪਾਣੀ ਲੱਗਿਆ ਹੋਇਆ ਸੀਗਾ ਉਹਦੇ ਚ ਤਾਂ ਉਹ ਵੈਲਿਊਜ਼ ਬਹੁਤ ਹੀ ਜ਼ਿਆਦਾ ਸੀ ਪਰਮਿਸਿਬਲ ਲਿਮਿਟਸ ਤੋਂ ਬਹੁਤ ਜ਼ਿਆਦਾ ਸੀ ਤੇ ਅਸੀਂ ਕੀ ਸੋਚਦੇ ਆ ਕਿ ਉਹ ਉਹ ਮਜਾਰਚਤਾ ਆਂਦੀਆਂ ਸਬਜ਼ੀਆਂ ਨੇਚਰਲੀ ਜੇ ਕੋਈ ਉਹਨੂੰ ਉਗਾ ਰਿਹਾ ਹੈ ਤਾਂ ਆਪਣੇ ਕੰਜ਼ਿਊਮ ਕਰਨ ਲਈ ਔਰ ਉਹ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਉਹ ਖੁਦ ਵੀ ਕੰਜ਼ਿਊਮ ਕਰਦੇ ਨੇ ਮੈਂ ਨਹੀਂ ਕਵਾਂਗਾ ਕਿ ਉਹ ਡੈਲੀਬਰੇਟਲੀ ਜਾਨ ਬੋਝ ਕੇ ਕਰ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਉਹ ਇਗਨੋਰੈਂਟ ਹੈ ਉਹਨਾਂ ਨੂੰ ਨਹੀਂ ਪਤਾ ਕਿ ਇਸ ਪਾਣੀ 'ਚ ਕੀ ਹੈ ਉਹ ਸੋਚਦੇ ਨੇ ਕਿ ਇਸ ਪਾਣੀ 'ਚ ਆਰਗੈਨਿਕ ਮੈਟਰ ਹੈ ਔਰ ਆਰਗੈਨਿਕ ਮੈਟਰ ਬਹੁਤ ਚੰਗਾ ਹੁੰਦਾ ਆਰਗੈਨਿਕ ਮੈਟਰ ਨੂੰ ਚਲੋ ਕੋਈ ਕਿਸੇ ਹੋਰ ਲੱਛੋ ਕੁਝ ਕਿਆ ਬਿਆਨ ਕਰਦੇ ਹੋਣਗੇ ਆਰਗੈਨਿਕ ਮੈਟਰ ਅਗਰ ਪਾਣੀ 'ਚ ਹੈ ਤਾਂ ਉਹ ਤੁਹਾਡੇ ਫਸਲਾਂ ਲਈ ਬਹੁਤ ਅੱਛੀ ਚੀਜ਼ ਹੈ ਉਹ ਬੜੀ ਛੇਤੀ ਉਹ ਨੂੰ ਲਗਾ ਦਿੰਦਾ ਹੈ ਔਰ ਤਾਂ ਕਰਕੇ ਉਹ ਉਸ ਪਾਣੀ ਨੂੰ ਯੂਜ਼ ਵੀ ਕਰਦੇ ਨੇ ਸਬਜ਼ੀਆਂ ਉਗਾਉਣ ਲਈ ਸਬਜ਼ੀਆਂ ਦੀ ਗਰੋਥ ਬੜੀ ਜਲਦੀ ਹੋ ਜਾਂਦੀ ਹੈ ਪਰ ਗਰੋਥ ਜਲਦੀ ਹੋਣ ਦੇ ਨਾਲ ਹੈ ਕਿ ਉਹਦੇ ਵਿੱਚ ਐਲੀਮੈਂਟ ਜਿਹੜੇ ਜਾ ਰਹੇ ਨੇ ਮੈਟਲਸ ਜਾ ਰਹੇ ਨੇ ਹੈਵੀ ਮੈਟਲਸ ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਉਹ ਅਣਪੜ ਲੋਕ ਨੇ ਉਹ ਲਗਾ ਰਹੇ ਨੇ ਕੋਈ ਰੋਕ ਟੋਕ ਨਹੀਂ ਹੈ ਖੁਦ ਵੀ ਕੰਜ਼ੂਮ ਕਰ ਰਹੇ ਨੇ ਬਾਜ਼ਾਰ ਚ ਵੀ ਆ ਰਹੀ ਹੈ ਉਹ ਚੀਜ਼ ਔਰ ਅਸੀਂ ਵੀ ਖਾ ਰਹੇ ਹਾਂ ਤੁਸੀਂ ਤਾਂ ਨਹੀਂ ਪੁੱਛਦੇ ਜਦੋਂ ਬਾਜ਼ਾਰ ਸਬਜ਼ੀ ਲੈਣ ਜਾਂਦੇ ਹੋ ਕਿ ਇਹ ਕਿੱਥੋਂ ਆਈ ਹੈ ਸਬਜ਼ੀ ਮਲੇਰ ਕੋਟਲੇ ਤੋਂ ਆਈ ਹੈ ਕਿ ਜਾਂ ਬੁੱਡੇ ਨਾਲ ਦਾ ਪਾਣੀ ਉਹ ਤੋਂ ਬੁੱਡੇ ਨਾਲ ਦਾ ਨੇੜੇ ਹੋਈ ਹੈ ਨਹੀਂ ਪੁੱਛਦੇ ਨਾ ਅਸੀਂ ਕਦੀ ਵੀ ਨਹੀਂ ਪੁੱਛਦੇ ਅਸੀਂ ਜਾ ਕੇ ਲੈ ਆਨੇ ਖਾ ਲੈਨੇ ਆ ਸਾਡੇ ਅੰਦਰ ਸਭ ਕੁਝ ਜਾ ਰਿਹਾ ਮੈਂ ਵੀ ਉਹਦੇ ਵਿੱਚ ਸ਼ਾਮਿਲ ਹਾਂ ਸੋ ਇੱਕ ਤਾਂ ਇਹ ਅਸੀਂ ਕੰਮ ਕੀਤਾ ਸੋ ਅਸੀਂ ਸਾਨੂੰ ਲੱਗਿਆ ਕਿ ਅਸੀਂ ਅੱਗੇ ਦੱਸਿਆ ਵੀ ਕੁਝ ਏਜੰਸੀਜ਼ ਨੂੰ ਕਿ ਵੀ ਇਦਾਂ ਜਿਨ੍ਹਾਂ ਨੇ ਕੁਝ ਇੰਪਲੀਮੈਂਟੇਸ਼ਨ ਕਰਨੀ ਹੈ ਜਾਂ ਜੋ ਰਿਸਪੌਂਸੀਬਲ ਐ ਚੀਜ਼ ਜਿਨ੍ਹਾਂ ਚੀਜ਼ਾਂ ਨੂੰ ਰੋਕਣ ਲਈ ਬਟ ਮਨ ਨੂੰ ਲੱਗਦਾ ਨਹੀਂ ਦੇ ਉੱਪਰ ਕੁਝ ਆ ਸਕਿਆ ਹੋਇਆ ਇੱਕ ਮੇਰੇ ਸਟੂਡੈਂਟ ਨੇ ਕੰਮ ਕੀਤਾ ਸੀਗਾ ਅਸੀਂ ਬੁੱਡੇ ਨਾਲੇ ਦੇ ਨੇੜੇ ਚੰਦਰ ਨਗਰ ਏਰੀਆ ਦੋ ਤਿੰਨ ਏਰੀਆ ਹੋਰ ਸੀਗੇ ਉੱਥੋਂ ਅਸੀਂ 100 ਫੁੱਟ ਤੋਂ ਸੈਂਪਲ ਲਏ ਸੀਗੇ ਪਾਣੀ ਦੇ ਪੀਣ ਵਾਲੇ ਪਾਣੀ ਦੇ ਗਰਾਊਂਡ ਵਾਟਰ ਦੇ ਅਸੀਂ ਉਹਨਾਂ ਦੀ ਟੈਸਟਿੰਗ ਕੀਤੀ ਉਹ ਮਤਲਬ ਆਈਵਾ ਥੋ ਅਮੇਜ਼ਡ ਕਿ ਉਹ ਸਾਰੇ ਸੈਂਪਲ ਹੀ ਦੇ ਵਰ ਨਾਟ ਫਿਟ ਫॉर ਡਰਿੰਕਿੰਗ ਹਾਲਾਂਕਿ 100 ਫੁੱਟ ਤੋਂ ਪਾਣੀ ਅੱਜਕੱਲ ਬਹੁਤ ਘੱਟ ਲੋਕ ਯੂਜ਼ ਕਰਦੇ ਨੇ ਆ ਨਾਰਮਲੀ ਜਿਹੜਾ ਸਾਡਾ ਕਾਰਪੋਰੇਸ਼ਨ ਹੈ ਉਹਦੇ ਉਹਦਾ ਪਾਣੀ 400 450 ਫੁੱਟ ਤੋਂ ਸਾਨੂੰ ਮਿਲਦਾ ਹੈ ਕਈ ਥਾਵਾਂ ਤੇ ਇਹ ਵੀ ਪਤਾ ਲੱਗਾ ਕਿ ਹੁਣ 550 ਫੁੱਟ ਤੱਕ ਵੀ ਚਲੇ ਗਏ ਨੇ ਹਾਂ 400 450 ਫੁੱਟ ਵਾਲਾ ਜੋ ਐਕਿਊਫਰ ਹੈ ਉਹ ਠੀਕ ਹੈ ਫਿਲਹਾਲ ਲੇਕਿਨ ਜਿਹੜਾ 100 100 ਫੁੱਟ ਵਾਲਾ ਹੈ ਉਹ ਖਰਾਬ ਹੋ ਚੁੱਕਾ ਹੈ ਇਨ ਦੀ ਵਿਸਿਨਿਟੀ ਆਫ ਦੀ ਬੁੱਢਾ ਨਾਲਾ ਬੁੱਢਾ ਨਾਲਾ ਦੇ ਜੇ ਤੁਸੀਂ 200 300 ਮੀਟਰ ਅੱਗੇ ਪਿੱਛੇ ਦੇਖੋ ਪਾਣੀ ਬਿਲਕੁਲ ਖਰਾਬ ਹੈ ਲੇਕਿਨ ਕਈ ਲੋਕੀ ਉਹ ਯੂਜ਼ ਕਰ ਰਹੇ ਹੈ ਹੈਂਡ ਪੰਪਸ ਲੱਗੇ ਹੋਏ ਨੇ ਜੋ ਹੈਂਡ ਪੰਪ ਪੁਰਾਣੇ ਹੈਂਡ ਪੰਪਸ ਹੁੰਦੇ ਸੀ ਨਾ ਉਹ ਹਲੇ ਵੀ ਕਈ ਜਗ੍ਹਾ ਲੱਗੇ ਹੋਏ ਨੇ ਔਰ ਕਈ ਜਗ੍ਹਾ ਬੋਰ ਜਿਹੜੇ ਕੀਤੇ ਹੋਏ ਨੇ ਲੋਕਾਂ ਨੇ ਉਹ 150 ਫੁੱਟ ਤੇ ਨੇ ਉਹ ਖਰਾਬ ਹੈ ਪਾਣੀ ਉਹ ਵਾਲਾ ਉਹ ਲੋਕੀ ਕੰਜ਼ਿਊਮ ਕਰ ਰਹੇ ਨੇ ਤੋ ਬੁੱਢਾ ਨਾਲਾ ਔਰ ਬੁੱਢਾ ਨਾਲਾ ਵੈਸੇ ਬੁੱਢੇ ਨਾਲੇ ਨੂੰ ਬੁੱਢਾ ਨਾਲਾ ਵੀ ਕਹਿਣਾ ਹੁਣ ਤਾਂ ਅਸੀਂ ਕਹਿੰਦੇ ਆ ਸਮ 40 ਇਅਰਸ ਬੈਕ 50 ਇਅਰਸ ਬੈਕ ਇਟ ਵਾਸ ਨਾਟ ਬੁੱਢਾ ਨਾਲਾ ਇਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ ਔਰ ਲੋਕੀ ਇੱਥੇ ਮੱਛੀਆਂ ਫੜਦੀਆਂ ਹੁੰਦੀਆਂ ਸੀ ਲੋਕੀ ਇੱਥੇ ਨੰਦੇ ਵੀ ਹੁੰਦੇ ਸੀ ਸੁਣਿਆ ਮੈਂ ਮੈਂ ਦੇਖਿਆ ਨਹੀਂ ਬਟ ਮੈਂ ਜੇ ਸੁਣਿਆ ਤਾਂ ਉਹ ਠੀਕ ਹੀ ਹੋਵੇਗਾ ਬੁੱਢਾ ਦਰਿਆ ਹੁੰਦਾ ਸੀ ਜਿਹਨੂੰ ਅਸੀਂ ਬੁੱਢਾ ਨਾਲਾ ਬਣਾਤਾ ਔਰ ਇਹ ਸਿਰਫ ਲੁਧਿਆਣੇ ਦੀ ਗੱਲ ਹੈ ਇਦਾਂ ਹੀ ਹੋਰ ਵੀ ਜਿਵੇਂ ਸੁਖਜੀਤ ਜੀ ਨੇ ਕਿਹਾ ਕਿ ਹਰ ਸ਼ਹਿਰ ਚ ਹਰ ਪਿੰਡ ਦੇ ਨੇੜੇ ਕੋਈ ਨਾ ਕੋਈ ਡਰੇਨ ਵਗਦੀ ਹੈ ਔਰ ਉਸ ਡਰੇਨ ਦਾ ਸੀ ਬੁਰਾ ਹਾਲ ਕਰਤਾ ਹੋਇਆ ਸੋ ਦਿਸ ਇਜ਼ ਦੀ ਪ੍ਰੋਬਲਮ ਵਿਦ ਦੀ ਇਫ ਆਈ ਲਿਮਿਟ ਮਾਈ ਸੈਲਫ ਟੂ ਦੀ ਬੁੱਡਾ ਨਾਲਾ ਇਹ ਬੁੱਡਾ ਨਾਲਾ ਦੀ ਪ੍ਰੋਬਲਮ ਹੈ ਟ੍ਰੀਟਮੈਂਟ ਪਲਾਂਟ ਸੀਟਪੀ ਜੋ ਸੁਖਜੀਤ ਜੀ ਨੇ ਗੱਲ ਕੀਤੀ ਸੀਟਪੀ ਲੱਗੇ ਹੋਏ ਨੇ ਇੱਥੇ ਟੈਕਸਟਾਈਲ ਡਾਈੰਗ ਵੇਸਟਵਾਟਰ ਲਈ ਅਲੱਗ ਤੋਂ ਸੀਟਪੀ ਹੈ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਨੂੰ ਕਹਿੰਦੇ ਨੇ ਬੁੱਡੇ ਨਾਲੇ ਦੀ ਜਦੋਂ ਸਟੱਡੀ ਹੋਈ ਲੋਕਾਂ ਨੇ ਇਹ ਕਿਹਾ ਕਿ ਵੀ ਦੋ ਇੰਡਸਟਰੀਜ਼ ਬੜੀ ਪ੍ਰੋਬਲੈਮੈਟਿਕ ਹੈ ਦੇ ਲਈ ਇੱਕ ਤਾਂ ਡਾਈੰਗ ਇੰਡਸਟਰੀ ਜਿਹੜਾ ਕਿ ਸਾਰਾ ਆਪਣਾ ਵੇਸਟਵੋਟਰ ਉੱਥੇ ਸੁੱਟਦੀ ਹੈ ਸੋ ਬੜੇ ਵੱਡੇ ਪੱਧਰ ਤੇ ਪਿਛਲੇ 10-15 ਸਾਲਾਂ ਚ ਕੰਮ ਹੋਇਆ ਕਿ ਉਹਨਾਂ ਲਈ ਵੱਖਰਾ ਇੱਕ ਟ੍ਰੀਟਮੈਂਟ ਪਲੈਂਟ ਲਗਾਓ ਇੱਕ ਨਹੀਂ ਤਿੰਨ-ਤਿੰਨ ਟ੍ਰੀਟਮੈਂਟ ਪਲੈਂਟ ਪੂਰੇ ਲੁਧਿਆਣੇ ਚ ਲੱਗੇ ਹੋਏ ਨੇ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਜਾ ਰਿਹਾ ਹੈ ਹਾਂ ਉਹਦੀ ਐਫੀਸ਼ੀਐਂਸੀ ਕਿੰਨੀ ਹੈ ਘੱਟ ਹੈ ਜਿਆਦਾ ਹੈ ਉਹ ਇੱਕ ਡਿਬੇਟੇਬਲ ਇਸ਼ੂ ਹੈ ਬਟ ਸਟਿਲ ਸਰਕਾਰ ਨੇ ਵੀ ਕੁਝ ਕੰਮ ਕੀਤਾ ਹੈ ਫਰਦਰ ਜੋ ਲੋਕੀ ਡਾਈੰਗ ਦੇ ਵਿੱਚ ਉਹ ਵੀ ਕੁਝ ਅੱਗੇ ਆਏ ਨੇ ਕਿ ਹਾਂਜੀ ਅਸੀਂ ਸਾਨੂੰ ਸੁਧਾਰਨਾ ਚਾਹੀਦਾ ਹੈ ਦੂਸਰਾ ਹੈ ਜਿਹੜਾ ਇੱਕ ਡੇਰੀ ਹੈ ਸਾਡੀ ਡੇਰੀਆਂ ਡੇਰੀਆਂ ਦਾ ਪਾਣੀ ਹਲੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਫਰਕ ਪਿਆ ਹਲੇ ਵੀ ਬਿਨਾਂ ਰੋਕ ਟੋਕ ਉਹ ਬੁੱਢੇ ਨਾਲੇ ਛੇ ਜਾ ਰਿਹਾ ਸੋ ਬਹੁਤ ਪੈਸਾ ਖਰਚ ਹੋਇਆ ਵੀ ਹੈ ਕਰਨ ਵਾਸਤੇ ਇੱਕ ਕਿਸੇ ਟਾਈਮ ਤੇ ਇੱਕ ਬਾਇਓ ਰੈਮੀਡੀਸ਼ਨ ਪ੍ਰੋਜੈਕਟ ਚੱਲਿਆ ਸੀਗਾ ਜਤੋਂ 10-12 ਸਾਲ ਪਹਿਲਾਂ ਉਹ ਵੀ ਖੈਰ ਨਹੀਂ ਅੱਗੇ ਵਧਿਆ ਸੋ ਸਟਿਲ ਮੈਨੂੰ ਇਹੀ ਲੱਗਦਾ ਕਿ ਅਸੀਂ ਉੱਥੇ ਦੇ ਉੱਥਈਆਂ ਐਸਆਰਐਸ ਬੁੱਢਾ ਨਾਲੇ ਇਸ ਕਨਸਰਨ ਤੋ ਫਿਲਹਾਲ ਮੈਂ ਆਪਣੇ ਵਿਚਾਰ ਇੱਥੇ ਰੱਖ ਕੇ ਬੰਦ ਕਰਾਂਗਾ ਧੰਨਵਾਦ ਪ੍ਰੋਬਲਮ ਕੇ ਇਸ ਪੱਧਰ ਦੀ ਕਿੰਨੀ ਸਵਿਅਰਿਟੀ ਹੈ ਅਸੀਂ ਇਹ ਜਾਣਿਆ ਹੈ ਮੈਂ ਇਸ ਤੋਂ ਅੱਗੇ ਸਰ ਤੁਹਾਡੇ ਕੋਲ ਦੁਬਾਰਾ ਆਵਾਂਗੇ ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਾਂਗੇ ਕਿਉਂਕਿ ਪ੍ਰੋਬਲਮ ਦੀ ਸਵਿਅਰਿਟੀ ਨੂੰ ਉਹਦੀ ਗੰਭੀਰਤਾ ਨੂੰ ਅਸੀਂ ਜਾਣ ਚੁੱਕੇ ਹਾਂ ਤਾਂ ਜਦੋਂ ਉਸ ਤੋਂ ਅੱਗੇ ਚੱਲਦੇ ਆ ਗੱਲ ਕਰਾਂ ਮੈਂ ਜਦੋਂ ਲੋਕ ਉਸ ਦਾ ਵਿਰੋਧ ਕਰਦੇ ਨੇ ਵਿਰੋਧ ਕਰਦਿਆਂ ਇਨੀਸ਼ੀਅਲੀ ਸ਼ੁਰੂਆਤੀ ਤੌਰ ਤੇ ਕਾਰਖਾਨੇਦਾਰ ਜਾਂ ਜੋ ਗੰਦਾ ਕਰ ਰਿਹਾ ਹੁੰਦਾ ਉਸ ਨੂੰ ਗੋਲਦਾ ਨਹੀਂ ਤੇ ਜਦੋਂ ਉਹ ਗੋਲਦਾ ਨਹੀਂ ਆ ਤਾਂ ਫਿਰ ਯਤਨ ਕਿੱਥੇ ਰਹਿ ਜਾਂਦੇ ਨੇ ਕਿ ਅਸੀਂ ਕਾਨੂੰਨ ਦਾ ਰਸਤਾ ਅਪਣਾਈਏ ਤਾਂ ਜਿਨ੍ਹਾਂ ਸੱਜਣਾ ਨੇ ਕਾਨੂੰਨੀ ਰਸਤਾ ਅਪਣਾਇਆ ਮੈਂ ਜਸਕੀਰਤ ਜੀ ਨੂੰ ਬੇਨਤੀ ਕਰਾਂਗਾ ਸਾਡੇ ਕੋਲ ਜਸਕੀਰਤ ਜੀ ਅਤੇ ਕਪਿਲ ਜੀ ਦੋਨੋਂ ਕਿਉਂਕਿ ਐਨਜੀਟੀ ਦੇ ਕੇਸਸ ਨੂੰ ਦੇਖ ਰਹੇ ਨੇ ਤਾਂ ਤੁਸੀਂ ਸਰੀ ਜ਼ਰੂਰ ਦੱਸਿਓ ਕਿ ਖਾਸ ਕਰਕੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਅਸੀਂ ਕਪਲਜੀ ਕੋਲ ਆਵਾਂਗੇ ਕਿ ਤੁਸੀਂ ਤੁਸੀਂ ਪਹਿਲਾਂ ਇਹ ਦੱਸੋ ਕਿ ਕਾਨੂੰਨ ਕੀ ਕੁਝ ਕਹਿੰਦਾ ਇਹਨਾਂ ਦੇ ਬਾਰੇ ਸਮੱਸਿਆਵਾਂ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਫੀਸ ਕਰਨੀਆਂ ਪੈਂਦੀਆਂ ਨੇ ਉਹ ਅਸੀਂ ਕਪਲਜੀ ਤੋਂ ਪੁੱਛਾਂਗੇ ਕੀ ਕੀ ਕਾਨੂੰਨ ਹੈਗੇ ਨੇ ਜੇ ਤੁਸੀਂ ਜ਼ਮੀਨੀ ਪਾਣੀ ਕੰਦਾ ਕਰਦੇ ਹੋ ਜਾਂ ਜੇ ਤੁਸੀਂ ਸਰਫੇਸ ਵਾਟਰ ਜਾਂ ਪਾਣੀ ਟ੍ਰੀਟ ਕੀਤੇ ਬਿਨਾ ਤੁਸੀਂ ਡਰੇਨਸ ਦੇ ਵਿੱਚ ਪਾ ਰਹੇ ਹੋ ਬਹੁਤ ਧੰਨਵਾਦ ਜੀ ਆ ਸੌਰੀ ਸੋ ਅਮ ਇਹ ਗੱਲ ਵੀ ਕਰਦੇ ਆ ਜੀ ਕਾਨੂੰਨ ਵਾਲੀ ਵੀ ਕਾਨੂੰਨ ਕੀ ਕਹਿੰਦਾ ਹੈ ਤੇ ਪ੍ਰੈਕਟੀਕਲੀ ਹੋ ਕੀ ਰਿਹਾ ਪਰ ਮੈਂ ਨਾ ਉਹ ਗੱਲ ਥੋੜੀ ਜਿਹੀ ਟੱਚ ਕਰਾਂਗਾ ਥੋੜੀ ਜਿਹੀ ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਮਿਲਦੀ ਜੁਲਦੀ ਇੱਕ ਗੱਲ ਹੋਰ ਕਰਨੀ ਜਾਵਾਂਗਾ ਸਭ ਦਾ ਇੰਟਰਸਟ ਨਾ ਜ਼ਿਆਦਾਤਰ ਹੁੰਦਾ ਉਹਦੇ 'ਤੇਰ ਹੋਣਾ ਵੀ ਚਾਹੀਦਾ ਹੈ ਕਿ ਆਪਾਂ ਕਰ ਕੀ ਸਕਦੇ ਆ ਕਾਨੂੰਨ ਦਾ ਸਾਰਾ ਵੀ ਜਦੋਂ ਆਪਾਂ ਲੈਨੇ ਆ ਇਸੇ ਕਰਕੇ ਲੈਨੇ ਆ ਕਿ ਆਪਾਂ ਨੂੰ ਇਹ ਹੁੰਦਾ ਕਿ ਫਸ ਤਾ ਗਏ ਆ ਹੁਣ ਇੰਨੀ ਵੱਡੀ ਪ੍ਰੋਬਲਮ ਦੇ ਵਿੱਚ ਇਹ 29 40 ਸਾਲ ਤੋਂ ਪ੍ਰੋਬਲਮ ਚੱਲ ਰਹੀ ਹੈ ਸਰ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਬੁੱਢੇ ਦਰਿਆ ਦੀ ਜੋ ਕਰੰਟ ਸਥਿਤੀ ਹੈ ਵੀ ਨਾਲਾ ਬਣ ਗਿਆ ਤੇ ਉਹਨਾਂ ਨੇ ਇੱਕ ਹੋਰ ਬਹੁਤ ਅੱਛੀ ਗੱਲ ਕਹੀ ਕਿ ਆਪਾਂ ਉੱਥੇ ਦੇ ਉੱਥੇ ਹੀ ਬੈਠੇ ਆ ਪਰ ਮੈਂ ਇਹ ਤੁਹਾਨੂੰ ਉਹਦੇ ਉਹ ਗੱਲ ਮੈਂ ਬਿਲਕੁਲ ਮੰਨਦਾ ਵੀ ਉੱਥੇ ਦੇ ਉੱਥੇ ਹੀ ਬੈਠੇ ਆ ਪਰ ਉਹਦੇ 'ਚ ਮੈਂ ਤੁਹਾਨੂੰ ਇੱਕ ਬੜੀ ਪੋਜ਼ਿਟਿਵ ਗੱਲ ਦੱਸਣਾ ਚਾਹਾਂ ਕਿ ਸ਼ੁਕਰ ਹੈ ਉੱਥੇ ਦੇ ਉੱਥੇ ਬੈਠੇ ਆ। ਇਹ ਬਹੁਤ ਮਾੜਾ ਹੋ ਸਕਦਾ ਸੀ ਇਸ ਤੋਂ ਵੀ। ਇਹ ਜਿਹੜਾ ਮੱਤੇਵਾੜੇ ਦੀ ਲੜਾਈ ਲੱਗੀ ਤੁਸੀਂ ਸੁਣੀ ਹੋਊਗੀ ਥੋੜੀ-ਬਹੁਤ ਵੀ ਮੱਤੇਵਾੜੇ ਦੇ ਵਿੱਚ ਇੱਕ ਜੰਗਲ ਹੈ ਇੱਥੋਂ 20 ਕਿਲੋਮੀਟਰ ਦੂਰ। ਉੱਥੇ ਇੱਕ ਟੈਕਸਟਾਈਲ ਪਾਰਕ ਲੱਗਣ ਜਾ ਰਿਹਾ ਸੀਗਾ। ਟੈਕਸਟਾਈਲ ਦਾ ਮਤਲਬ ਹੈ ਕੱਪੜੇ ਦਾ ਪਾਰਕ। ਕੱਪੜਾ ਉੱਥੇ ਮੈਨੂਫੈਕਚਰ ਵੀ ਹੋਣਾ ਸੀ, ਧਾਗਾ, ਕੱਪੜਾ, ਫਿਰ ਉਹਦੀ ਰੰਗਾਈ ਵੀ ਹੋਣੀ ਸੀ। ਹੁਣ ਲੁਧਿਆਣਾ ਨਾ ਇੱਕ ਹੱਬ ਹੈ ਇਸ ਚੀਜ਼ ਦੀ। ਕਪੜੇ ਦੀ ਰੰਗਾਈ ਦੀ ਰੰਗ ਜਿਹੜਾ ਹੈ ਕੈਮੀਕल्स ਜਿਹੜੇ ਯੂਜ਼ ਹੁੰਦੇ ਆ ਡਾਈਜ਼ ਯੂਜ਼ ਹੁੰਦੀਆਂ ਉਹ ਚ ਹੋਰ ਬਹੁਤ ਤਰ੍ਹਾਂ ਦੇ ਕੈਮੀਕल्स ਯੂਜ਼ ਹੁੰਦੇ ਆ ਡਾਈਜ਼ ਤੋਂ ਇਲਾਵਾ ਕਲਰਸ ਤੋਂ ਇਲਾਵਾ ਇਹ ਸਾਰੇ ਜਿਹੜੇ ਐ ਕਿਉਂਕਿ ਸਾਡਾ ਸਾਨੂੰ ਪਤਾ ਹੀ ਆ ਵੀ ਸਾਡੇ ਦੇਸ਼ ਦਾ ਕਾਨੂੰਨ ਸਭ ਨੂੰ ਆਈਡੀਆ ਆ ਵੀ ਸਾਡਾ ਕਾਨੂੰਨ ਕਿੰਨਾ ਕੁ ਵਧੀਆ ਇੰਪਲੀਮੈਂਟ ਹੁੰਦਾ ਹੈ ਗਰਾਊਂਡ ਤੇ ਇਹ ਆਈਡੀਆ ਤਾਂ ਹੋਊਗਾ ਤੁਸੀਂ ਹੁਣ ਕੁਝ ਤਾਂ ਵਾਹ ਪੈਂਦਾ ਨਾ ਖ਼ਬਰਾਂ ਪੜ੍ਹਦੇ ਹੋਵੋਗੇ ਕਿੰਨਾ ਕੁ ਲੱਗਦਾ ਵੀ ਇੰਪਲੀਮੈਂਟ ਹੁੰਦਾ ਹੈ ਕਾਨੂੰਨ ਜਿੱਦਾਂ ਹੋਣਾ ਚਾਹੀਦਾ ਉਦਾਂ ਹੁੰਦਾ ਲੱਗਦਾ ਇਸ ਤਰ੍ਹਾਂ ਤੋ ਇਹ ਤੁਹਾਨੂੰ ਵੀ ਸਮਝ ਆਂਦੀ ਹੈ ਜਦ ਕਿ ਤੁਸੀਂ ਹਲੇ ਕਾਲਜ 'ਚ ਹੈਗੇ ਹੋ ਔਰ ਇੰਜੀਨੀਅਰਿੰਗ ਦੇ ਸਟੂਡੈਂਟ ਹੋ ਨਾ ਕਿ ਲਾਅ ਦੇ ਤੁਹਾਨੂੰ ਆਈਡੀਆ ਹੋ ਰਿਹਾ ਹੈ ਕਿ ਜੋ ਹੋਣਾ ਚਾਹੀਦਾ ਕਾਨੂੰਨ ਜੋ ਕਹਿੰਦਾ ਹੋਊਗਾ ਉਹ ਲੱਗ ਨਹੀਂ ਰਿਹਾ ਕਿ ਹੋ ਰਿਹਾ ਹੈ ਔਰ ਇਹ ਬਿਲਕੁਲ ਸਹੀ ਗੱਲ ਹੈ ਤੋ ਮੈਂ ਤੇ ਪ੍ਰੈਕਟੀਕਲ ਗੱਲ ਕਰਦਾ ਜੀ ਕਿ ਪਾਣੀ ਦੇ ਕਾਨੂੰਨ ਤੇ ਹੈਗੇ ਹੈ ਹੁਣ ਜੇ ਸਪੈਸੀਫਿਕ ਗੱਲ ਕਰਨੀ ਹੋਵੇ ਤਾਂ ਇੱਕ ਵਾਟਰ ਐਕਟ ਹੈ ਔਰ 1974 ਦਾ ਹੈ ਤੁਹਾਡੇ ਤਾਂ ਛੱਡੋ ਸਾਡੇ ਜੰਮਣ ਤੋਂ ਪਹਿਲੇ ਦਾ ਮੇਰਾ 77 ਦਾ ਬਰਥ ਹੈ ਠੀਕ ਹੈ 74 ਨੂੰ ਅੱਜ 24 ਚ ਆਪਾਂ ਬੈਠੇ ਆ 50 ਸਾਲ ਹੋ ਗਏ 50 ਸਾਲ ਦਾ ਉਹ ਕਾਨੂੰਨ ਹੈਗਾ ਇਸ ਦੇਸ਼ ਦੇ ਵਿੱਚ ਔਰ ਉਹ ਕਹਿੰਦਾ ਕਿ ਤੁਸੀਂ ਕਿਸੇ ਦਰਿਆ ਦੇ ਵਿੱਚ ਗੰਦਾ ਪਾਣੀ ਪਾ ਨਹੀਂ ਸਕਦੇ ਪਰ ਕੀ ਬੁੱਢਾ ਦਰਿਆ ਕਿਦਾਂ ਗੰਦਾ ਹੋ ਗਿਆ ਔਰ ਬੁੱਢਾ ਦਰਿਆ ਤੁਹਾਨੂੰ ਪਤਾ ਹੈ ਕਿ ਬੁੱਢਾ ਦਰਿਆ ਨਹੀਂ ਹੈ ਇਕੱਲਾ ਇੱਥੇ ਕੋਈ ਸਾਊਥ ਪੰਜਾਬ ਤੋਂ ਆਇਓ ਸਟੂਡੈਂਟ ਹੈਗੇ ਆ ਦੱਖਣੀ ਪੰਜਾਬ ਦੇ ਫਾਜ਼ਿਲਕਾ ਅਬੋਰ ਅ ਬਠਿੰਡਾ ਜਾਂ ਫਿਰੋਜ਼ਪੁਰ ਫਰੀਦਕੋਟ ਮੁਕਸਰ ਹਾਂ ਮੁਕਤਸਰ تنਵੀਰ ਸਿੰਘ ਜਿਹੜੇ ਹੈਗੇ ਉਹ ਹੱਥ ਖੜਾ ਕਰਦੇ ਹੋਇਆ ਤੋ ਉਸੇ ਦੀ ਦੱਖਣੀ ਪੰਜਾਬ ਦੇ ਜਿਹੜੇ ਲੋਕ ਹੈ ਮੈਂ ਇਸ ਕਰਕੇ ਦੇਖਣਾ ਚਾਹੁੰਦਾ ਚਲੋ ਥੋੜੇ ਵੀ ਹੋਣਗੇ ਪਰ ਚਲੋ ਉਧਰ ਤੇ ਰਹਿੰਦੇ ਨੇ ਨਾ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਉਹ ਕਿਹੜਾ ਪਾਣੀ ਪੀ ਰਹੇ ਆ ਤੁਹਾਨੂੰ ਪਤਾ ਹੈ ਕਿਹੜਾ ਵਾਲਾ ਪਾਣੀ ਉਹਨਾਂ ਦਾ ਸੋਰਸ ਡਰਿੰਕਿੰਗ ਵਾਟਰ ਦਾ ਕੀ ਹੈ ਕਿਸੇ ਨੂੰ ਪਤਾ ਹੈ ਹੱਥ ਖੜਾ ਕਰਕੇ ਦੱਸ ਸਕਦੇ ਹੋ ਅੰਡਰਗਰਾਉਂਡ ਵਾਟਰ ਕੌਣ ਪੀ ਰਿਹਾ ਹੈ ਸਾਊਥ ਪੰਜਾਬ ਨਹੀਂ ਪੀ ਰਾਂ ਅੰਡਰਗਰਾਉਂਡ ਵਾਟਰ ਫਰੀਦਕੋਟ ਦਾ ਕੁਝ ਹਿੱਸਾ ਪਿੰਦਾ ਹੈ ਕੁਝ ਨਹਿਰਾਂ ਦਾ ਪਾਣੀ ਪਿੰਦਾ ਹੈ ਔਰ ਉਹ ਨਹਿਰਾਂ ਕਿੱਥੋਂ ਨਿਕਲਦੀਆਂ ਜਿਹੜੀਆਂ ਨਹਿਰਾਂ ਦਾ ਪਾਣੀ ਸਾਊਥ ਪੰਜਾਬ ਚ ਜਾਂਦਾ ਹੈ ਜਾਂ ਰਾਜਸਥਾਨ ਤੱਕ ਜਾਂਦਾ ਤੁਹਾਨੂੰ ਪਤਾ ਉਹ ਕਿੱਥੋਂ ਨਿਕਲਦੀਆਂ ਨਹਿਰਾਂ ਉਹ ਹਰੀਕੇ ਪੱਤਣ ਤੋਂ ਨਿਕਲਦੀਆਂ ਨਾਮ ਸੁਣਿਆ ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਮਿਲਦੇ ਆ ਕਨਫਲੂਐਂਸ ਕਹਿੰਦੇ ਆ ਵੀ ਦੋ ਦਰਿਆ ਰਲ ਰਹੇ ਆ ਉਥੇ ਜੇ ਅਸੀਂ ਹੁਣ ਥੋੜੇ ਦਿਨ ਪਹਿਲਾਂ ਗਏ ਸੀ ਵਰਲਡ ਵਾਈਟਲੈਂਡ ਡੇ ਸੀ 2 ਫਰਵਰੀ ਅੱਜ ਹਫਤਾ ਪ ਉੱਥੇ ਕਲੀਅਰਲੀ ਤੁਹਾਨੂੰ ਦਿਖਦਾ ਹੈ ਕਿ ਇੱਕ ਦਰਿਆ ਕਾਲਾ ਇੱਕ ਦਰਿਆ ਹਰਾ ਇਹਦਾ ਕਿਹੜਾ ਦਰਿਆ ਕਾਲਾ ਹੋਗਾ ਕਿਹੜਾ ਹਰਾ ਹੋਗਾ ਕੋਈ ਆਈਡੀਆ ਤੁਹਾਨੂੰ ਸਤਲੁਜ ਕਾਲਾ ਬਿਲਕੁਲ ਸਹੀ ਜਵਾਬ ਕਿਉਂ ਕਾਲਾ ਹੈ ਸਤਲੁਜ ਤੇ ਬਿਆਸ ਕਿਉਂ ਹਰਾ ਬਾਣੀ ਹੈ ਐਨੀ ਵਨ ਹੱਥ ਖੜਾ ਕਰਕੇ ਉਹ ਬੜਾ ਸਿੰਪਲ ਸਵਾਲ ਹੈ ਕੋਈ ਔਣਕਾ ਨਹੀਂ ਹੈ ਗਲਤ ਦੱਸਣਾ ਅਲਾਉਡ ਹੈ ਕੋਈ ਗਲਤ ਦੱਸ ਕੇ ਕੋਈ ਉਹ ਗੱਲ ਨਹੀਂ ਹੈ ਤੋ ਕੋਸ਼ਿਸ਼ ਕਰੋ ਸਤਲੁਜ ਦਾ ਪੰਗਣੀ ਪਾਣੀ ਕਿਉਂ ਕਾਲਾ ਹੈ ਕਾਲਾ ਇਸ ਕਰਕੇ ਕਿ ਕੋਈ ਗੰਦਾ ਹੈ ਔਰ ਗੰਦੇ ਦਾ ਸੋਰਸ ਬੁੱਢਾ ਦਰਿਆ ਸਰ ਨੇ ਇੰਨੀ ਕਹਾਣੀ ਸੁਣਾਈ ਤੁਹਾਨੂੰ ਹੁਣੇ ਉਹ ਬੁੱਢਾ ਦਰਿਆ ਸਤਲੁਜ ਚ ਪੈ ਰਿਹਾ ਕਿੱਥੇ ਜਾ ਕੇ ਪੈ ਰਿਹਾ ਇੱਥੋਂ 30 ਕਿਲੋਮੀਟਰ ਅੱਗੇ 25 25 ਕਿਲੋਮੀਟਰ ਅੱਗੇ ਵਲੀਪੁਰ ਪਿੰਡ ਆਇਆ ਥੇ ਔਰ ਵਲੀਪੁਰ ਦੇ ਨਾਲ ਇੱਕ ਗੌਂਸਪੁਰ ਪਿੰਡ ਹੈ ਗੌਂਸਪੁਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਕੈਂਸਰ ਪੇਸ਼ੈਂਟ ਪਤਾ ਨਹੀਂ ਕਿੰਨੇ ਕਿਉਂਕਿ ਉੱਥੇ ਜਾ ਕੇ ਬਹੁਤ ਜ਼ਿਆਦਾ ਕਨਸੈਂਟ੍ਰੇਟਡ ਉਹ ਪਾਣੀ ਹੋ ਜਾਂਦਾ ਹੈ ਜਾਂ ਕੋਈ ਵੀ ਪ੍ਰੋਬਲਮ ਉਹਨਾਂ ਦਾ ਗਰਾਊਂਡ ਵਾਟਰ ਇੰਨਾ ਪੋਲਿਊਟ ਹੋ ਚੁੱਕਾ ਹੈ ਕਿ ਬਹੁਤ ਬੁਰਾ ਹਾਲ ਹੈ ਹੁਣ ਉਹ ਇਲਾਕੇ ਦਾ ਬੁਰਾ ਹਾਲ ਹੈ ਪਲੱਸ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਜਿਹੜੇ ਲੋਕ ਇਹ ਪਾਣੀ ਪੀ ਰਹੇ ਉਹਨਾਂ ਦੀ ਸਿਹਤ ਤੇ ਕੀ ਅਸਰ ਹੁੰਦਾ ਹੋਏਗਾ ਇਹ ਪਾਣੀ ਕਿਸੇ ਨੂੰ ਪੀਣਾ ਪੈ ਜਾਏ ਇਹ ਆਪਾਂ ਦੇਖ ਨਹੀਂ ਸਕਦੇ ਇਹ 스멜ੋ ਦੀ ਸੁਗ ਨਹੀਂ ਸਕਦੇ ਕਲਰ ਉਹਦਾ ਦੇਖ ਕੇ ਅਜੀਬ ਲੱਗਦਾ ਹੈ ਕਾਲਾ ਐਡਾ ਗਹਿਰਾ ਕਾਲਾ ਰੰਗ ਹੈ ਔਰ ਉਹ ਚ ਐਨੇ ਹੈਵੀ ਮੈਟਲ ਇਲੈਕਟ੍ਰੋਪਲੇਟਿੰਗ ਡਾਈਇੰਗ ਇੰਡਸਟਰੀ ਇਹ ਪਾਣੀ ਪੀ ਰਹੇ ਆ ਔਰ ਥੋੜੇ ਜੇ ਲੋਕ ਨਹੀਂ ਮੇਰਾ ਖਿਆਲ ਹੈ ਕਰੋੜ ਤੋਂ ਉੱਤੇ ਦੀ ਆਬਾਦੀ ਪੀ ਰਹੀ ਹੈ ਪੰਜਾਬ ਰਾਜਸਥਾਨ ਮਿਲਾ ਕੇ ਔਰ ਆਪਾਂ ਕੋਈ ਪਤਾ ਨਹੀਂ ਸਾਨੂੰ ਕੋਈ ਆਈਡੀਆ ਨਹੀਂ ਸਾਡੀਆਂ ਸਰਕਾਰਾਂ ਨੂੰ ਵੀ ਕੋਈ ਆਈਡੀਆ ਨਹੀਂ ਥੋੜਾ ਬਹੁਤ ਆਈਡੀਆ ਹੈ ਤਾਂ ਉਹ ਕਹਿੰਦੇ ਜੇ ਲੋਕਾਂ ਨੂੰ ਫਰਕ ਨਹੀਂ ਪੈਂਦਾ ਤਾਂ ਸਾਨੂੰ ਕੀ ਫਰਕ ਪੈਂਦਾ ਤੋਂ ਮਤਲਬ ਕਾਨੂੰਨ ਜੋ ਮਰਜ਼ੀ ਕਹਿੰਦਾ ਹੋਵੇ ਮੇਰਾ ਪੁਆਇੰਟ ਇਹ ਸਿਗਾ ਕਿ ਕਾਨੂੰਨ ਬਹੁਤ ਕੁਝ ਕਹਿੰਦਾ ਠੀਕ ਹੈ ਗੱਲ ਪਰ ਮੇਰੀ ਦਿਲ ਨਹੀਂ ਕੀਤਾ ਕਾਨੂੰਨ ਦੀ ਗੱਲ ਕਰਨ ਦਾ ਕਿਉਂਕਿ ਕਾਨੂੰਨ ਜੋ ਮਰਜ਼ੀ ਕਹੀ ਜਾਂਦਾ 50 ਸਾਲ ਤੋਂ ਫਰਕ ਕੀ ਪੈ ਰਿਹਾ ਉਹ ਤਾਂ 50 ਸਾਲ ਤੋਂ ਇਦਾਂ ਹੀ ਚੱਲ ਰਿਹਾ ਨਾ ਗੱਲ ਇਹ ਹੈ ਕਿ ਆਪਾਂ ਕੀ ਕਰ ਸਕਦੇ ਆ ਅਸਲੀ ਗੱਲ ਜਿਹੜੀ ਮੇਰੇ ਹਿਸਾਬ ਨਾਲ ਲੱਗੀ ਹੈ ਔਰ ਆਪਾਂ ਕੀ ਕਰ ਸਕਦੇ ਆ ਆਪਾਂ ਨੂੰ ਚੱਕਣਾ ਪੈਣਾ ਜੀ ਡੰਡਾ ਮੈਂ ਤਾਂ ਸਿੱਧੀ ਗੱਲ ਕਰਾਂ ਡੰਡੇ ਦੇ ਨਾਲ ਹੀ ਇਹ ਸਰਕਾਰਾਂ ਸੁੱਤ ਆਂਦੀਆਂ ਇਹ ਕੋ ਮਤਲਬ ਜਿਹੜੇ ਹੱਸ ਰਹੇ ਹੋ ਠੀਕ ਹੈ ਚਲੋ ਕੋਈ ਗੱਲ ਨਹੀਂ ਪਰ ਇਹ ਅਸਲੀ ਗੱਲ ਹੈ ਆਏ ਮੱਤੇਵਾੜੇ ਤੇ ਅਸੀਂ ਦੇਖਿਆ ਸਰਕਾਰ ਕਹਿੰਦੀ ਨੇ ਇੱਥੇ ਟੈਕਸਟਾਈਲ ਪਾਰਕ ਲਗਾਣਾ ਹੈ ਅਮਰਿੰਦਰ ਸਿੰਘ ਗਵਰਨਮੈਂਟ ਕਹਿੰਦੀ ਅਸੀਂ ਲਗਾਣਾ ਹੈ ਉਸ ਤੋਂ ਬਾਅਦ ਜੀ ਗਵਰਨਮੈਂਟ ਚੇਂਜ ਹੋ ਗਈ ਚੰਨੀ ਸਾਹਿਬ ਆ ਗਏ ਉਹ ਵੀ ਚੁੱਪਚਾਪ ਜੇ ਕਹਿੰਦੇ ਹੌਲੀ ਹੌਲੀ ਲਾਈ ਜਾ ਰਹੇ ਸੀ ਭਗਵੰਤ ਮਾਨ ਜੀ ਆਪੋਜੀਸ਼ਨ 'ਚ ਸੀਗੇ ਕਹਿੰਦੇ ਸੀ ਬਿਲਕੁਲ ਨਹੀਂ ਲੱਗਣ ਦੇਾਂਗੇ ਜਦੋਂ ਸਰਕਾਰ ਬਣ ਗਈ ਇਹਨਾਂ ਮਤਲਬ ਹੱਥੋਂ ਨਹੀਂ ਕਿਸੇ ਗੱਲ ਦੀ ਔਰ ਫਿਰ ਜਦੋਂ ਲੋਕਾਂ ਨੇ ਡੰਡਾ ਚੱਕ ਲਿਆ ਜਦੋਂ ਡੰਡਾ ਨਜ਼ਰ ਆ ਗਿਆ ਵੀ ਇਹਦੇ ਨਾਲ ਤਾਂ ਕੁਰਸੀ ਹਿੱਲੂਗੀ ਥੱਲੋਂ ਦੀ ਫਿਰ ਸਾਰਾ ਕੁਝ ਠੀਕ ਹੋ ਗਿਆ ਫਿਰ ਕਹਿੰਦੇ ਨਹੀਂ ਨਹੀਂ ਜੰਗਲ ਚਾਹੀਦਾ ਜੀ ਉੱਥੇ ਮੱਤੇ ਵਾਲਾ ਜੰਗਲ ਬਹੁਤ ਵਧੀਆ ਸਾਨੂੰ ਚਾਹੀਦਾ ਨਾਲ ਸਤਲੋਜ ਦਾ ਪਾਣੀ ਹੋਰ ਗੰਦਾ ਹੋ ਜਾਊਗਾ ਮਤਲਬ ਗੱਲ ਇਹ ਹੈ ਕਿ ਉਹੀ ਪਾਣੀ ਗੰਦਾ ਅੱਜ ਵੀ ਹੋ ਰਿਹਾ ਜਿਵੇਂ ਸਰ ਨੇ ਕਿਹਾ ਕਿ ਗੱਲ ਉੱਥੇ ਦੀ ਉੱਥੇ ਹੈ ਅਸੀਂ ਐਡੀ ਵੱਡੀ ਜੇ ਲੜਾਈ ਜਿੱਤ ਕੇ ਪਰਮਾਤਮਾ ਦੀ ਮਿਹਰ ਨਾਲ ਤੇ ਉਹਦੇ ਨਾਲ ਕੋਈ ਇੰਪਰੂਵਮੈਂਟ ਨਹੀਂ ਹੋ ਗਈ ਪਰ ਉਹ ਤਾਂ ਬਸ ਇਸ ਗੱਲ ਦੀ ਲੜਾਈ ਸੀ ਕਿ ਉੱਥੇ ਹੀ ਰਹਿ ਗਏ ਨਹੀਂ ਤਾਂ ਉਹ ਸਤਲੁਜ ਦੇ ਕੰਡੇ ਤੇ ਜੇ ਡਾਈੰਗ ਇੰਡਸਟਰੀ ਹੋ ਰਹੀ ਜਾਂਦੀ ਤੇ ਉਹ ਪਾਣੀ ਹੋਰ ਡਬਲ ਗੰਦਾ ਹੋ ਜਾਣਾ ਸੀ ਸੋ ਪਾਣੀ ਦਾ ਕਾਨੂੰਨ ਵਾਟਰ ਐਕਟ ਹੈਗਾ ਜਿਹੜਾ ਕਹਿੰਦਾ ਕਿ ਪਾਣੀ ਗੰਦਾ ਨਹੀਂ ਕਰ ਸਕਦੇ ਪਰ ਪਾਣੀ ਧੜਲੇ ਨਾਲ ਗੰਦਾ ਕੀਤਾ ਜਾ ਰਿਹਾ ਹੈ ਕਸੂਰ ਸਰਕਾਰਾਂ ਦਾ ਹੈ ਪਰ ਜੇ ਆਪਾਂ ਡੈਮੋਕਰੇਸੀ ਹੈ ਨਾ ਅਸੀਂ ਵੋਟਾਂ ਪਾਉਂਦੇ ਆ ਕੁਝ ਹੱਦ ਤੱਕ ਕਸੂਰ ਸਾਡਾ ਵੀ ਹੈ ਕਿਉਂਕਿ ਅਸੀਂ ਸਰਕਾਰ ਦੇ ਪਿੱਛੇ ਡੰਡਾ ਲੈ ਕੇ ਪੈਂਦੇ ਨਹੀਂ ਸਰਕਾਰ ਡਰਦੀ ਹੈ ਸਾਡੇ ਤੋਂ ਪਰ ਕਿਉਂਕਿ ਅਸੀਂ ਡਰਾਉਂਦੇ ਹੀ ਨਹੀਂ ਅਸੀਂ ਅਸੀਂ ਹੋਰ ਬੜੇ ਬਿਜ਼ੀ ਆ ਹੋਰ ਬੜੇ ਕੰਮ ਹੈ ਐਂਟਰਟੇਨਮੈਂਟ ਵੀ ਚਾਹੀਦੀ ਐ ক্রিকেট ਮੈਚ ਵੀ ਦੇਖਣਾ ਹੁੰਦਾ ਹੈ ਬਾਲੀਵੁੱਡ ਵੀ ਦੇਖਣਾ ਹੁੰਦਾ ਉਹ ਠੀਕ ਐ ਮੈਂ ਨਹੀਂ ਕਹਿੰਦਾ ਮਾੜੀ ਗੱਲ ਐ ਪਰ ਅਸੀਂ ਕੀ ਜੀ ਰਹੇ ਆ ਸਾਡਾ ਫਿਊਚਰ ਕਿਦਾਂ ਦਾ ਹੋਊਗਾ ਇਹ ਗੱਲਾਂ ਤੋਂ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਪਿਛਲੇ 40 ਸਾਲ ਜਿਵੇਂ ਉੱਪਰੋਂ ਥੱਲੇ ਗਈਆਂ ਗੱਲਾਂ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਿਛਲੇ 40 50 ਸਾਲ ਚ ਉਹ ਅੱਗੋਂ ਹੋਰ ਹੋਏਗਾ ਸਾਡੀ ਜਨਰੇਸ਼ਨ ਤੁਹਾਡੀ ਜਨਰੇਸ਼ਨ ਵਾਸਤੇ ਕੁਝ ਬਹੁਤਾ ਬਚਾ ਨਹੀਂ ਸકી ਉਹਦੇ ਵਿੱਚੋਂ ਤੇ ਪਰ ਜੇ ਹਲਕੇ ਲੜਾਈ ਲੜਾਂਗੇ ਤਾਂ ਕੁਝ ਕਰ ਸਕਦੇ ਆ ਇੱਕ ਮੈਂ ਛੋਟੀ ਜੀ ਗੱਲ ਹੋਰ ਕਰਨਾ ਚਾਹਨਾ ਸ਼ਾਇਦ ਟਾਈਮ ਮੈਂ ਜ਼ਿਆਦਾ ਲੈ ਲਿਆ ਪਰ ਪਿਛਲੇ 3-4 ਸਾਲਾਂ ਦੇ ਵਿੱਚ ਮੈਨੂੰ ਇਹ ਗੱਲ ਸਮਝ ਆਈ 20 ਸਾਲ ਤੋਂ ਲੜਾਈ ਲੜ ਰਹੇ ਸੀ ਮੱਤੇਵਾੜੇ ਦੀ ਲੜਾਈ ਲੜੀ ਜੀਰੇ ਦੀ ਲੜਾਈ ਲੜੀ ਕਿ ਟੀਮ ਵਰਕ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਚੋਰ ਹੈ ਨਾ ਜਿਹੜੇ ਗੜਬੜ ਕਰ ਰਹੇ ਆ ਸਾਰੀ ਉਹ ਬੜੇ ਵਧੀਆ ਉਹਨਾਂ ਦਾ ਟੀਮ ਵਰਕ ਹੈ ਤੇ ਜਿਹੜੇ ਉਹਨਾਂ ਨਾਲ ਲੜ ਰਹੇ ਉਹਨਾਂ ਦਾ ਟੀਮ ਵਰਕ ਬਹੁਤ ਮਾੜਾ ਹੈ ਤਾਂ ਆਪਾਂ ਨੂੰ ਤਾਲਮੇਲ ਚਾਹੀਦਾ ਕੋਆਰਡੀਨੇਸ਼ਨ ਚਾਹੀਦਾ ਹੈ ਇਧਰ ਧਿਆਨ ਦੇਣਾ ਪਊਗਾ ਫਿਰ ਆਪਾਂ ਕੁਝ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਨਹੀਂ ਤਾਂ ਫਿਰ ਜੋ ਹੋ ਰਿਹਾ ਉਹ ਹੋ ਹੀ ਰਿਹਾ ਔਰ ਉਸ ਤੋਂ ਅੱਗੋਂ ਹੋਰ ਮਾੜਾ ਹੋਏਗਾ ਬਾਕੀ ਕਾਨੂੰਨੀ ਗੱਲਾਂ ਮੈਂ ਕਹੂੰਗਾ ਕਪਿਲ ਜੀ ਜਿਹੜੀਆਂ ਡਿਟੇਲ ਚ ਕਰ ਦੇਣਗੇ ਮੈਂ ਤਾਂ ਇਹ ਬੇਸਿਕ ਗੱਲ ਤੇ ਲਿਆਣਾ ਚਾਹੁੰਦਾ ਸੀ ਇੱਕ ਕੰਟੈਕਸਟ ਕਿ ਆਪਾਂ ਗੱਲ ਕਰ ਕਿਉਂ ਰਹੇ ਹਾਂ ਇਹਦੀ ਇਹਦੀ ਲੋੜ ਕੀ ਹੈ ਸੋ ਇਹ ਮੇਰੇ ਵੱਲੋਂ ਜੀ ਥੈਂਕ ਯੂ ਬਿਲਕੁਲ ਸਰ ਅਸੀਂ ਜਿੱਥੇ ਸੰਘਰਸ਼ ਦੀ ਗੱਲ ਵੀ ਕਰਾਂਗੇ ਮਿਲ ਕੇ ਦੇਖੋ ਹਰ ਇੱਕ ਚੀਜ਼ ਦੀ ਹੱਲ ਦੇ ਨਾ ਤਿੰਨ ਚਾਰ ਪੱਖ ਹੁੰਦੇ ਨੇ ਕਿਸੇ ਵੀ ਸਮੱਸਿਆ ਦਾ ਹੱਲ ਸਭ ਤੋਂ ਪਹਿਲਾਂ ਤਾਂ ਕਾਨੂੰਨ ਕਾਰਿਆਂ ਨੇ ਜਿਹੜੀ ਨੀਤੀ ਲੈ ਕੇ ਆਉਣੀ ਆ ਜਿਵੇਂ ਕਾਨੂੰਨ ਬਣਿਆ ਵਾ ਟਰੈਕਟਰ ਦੀ ਗੱਲ ਸਰ ਹੋਣਾ ਨੇ ਕੀਤੀ ਸੋ ਕਾਨੂੰਨ ਕਾਰਿਆਂ ਨੇ ਉਹਦਾ ਹੱਲ ਕਰਨਾ ਉਸੇ ਤਰ੍ਹਾਂ ਜਿਨ੍ਹਾਂ ਨੇ ਉਹਨੂੰ ਲਾਗੂ ਕਰਨਾ ਆ ਜਿਹੜੀ ਐਗਰੀਕਲਚਰ ਬਿਊਰੋਕ੍ਰੇਸੀ ਦੇ ਅੰਦਰ ਤੇ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਹੈ ਕਿ ਜੇਕਰ ਬਿਊਰੋਕ੍ਰੇਸੀ ਐਗਜ਼ੀਕਿਊਟ ਨਹੀਂ ਕਰਦੀ ਫੇਲ ਕੀ ਹੈ ਫਿਰ ਤੁਹਾਡੇ ਕੋਲ ਕਾਨੂੰਨ ਦਾ ਰਸਤਾ ਤੁਹਾਡੇ ਕੋਲ ਕੋਰਟ ਹੈ ਜਾਂ ਟ੍ਰਿਬਿਊਨਲ ਹੈ ਫਿਰ ਜੇਕਰ ਉਹ ਵੀ ਨਹੀਂ ਕਰਦਾ ਤੇ ਤੁਹਾਡੇ ਕੋਲੇ ਸੰਘਰਸ਼ ਦਾ ਰਾ ਪਿਛਲੇ ਸਮੇਂ ਚ ਪੰਜਾਬ ਨੇ ਆਲੇ ਦੁਆਲੇ ਤੇ ਹੋਰ ਸੂਬਿਆਂ ਨੇ ਬਹੁਤ ਸਾਰੇ ਮੋਰਚੇ ਲੜੇ ਔਰ ਉਹਨਾਂ ਮੋਰਚਿਆਂ ਦੇ ਬੜੇ ਸਾਰਾ ਸਫਲਤਕ ਨਤੀਜੇ ਵੀ ਨਿਕਲੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਲਾਂਕਿ ਅਸੀਂ ਹੁਣ ਕਪਿਲ ਜੀ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਜਿਹੜੀਆਂ ਸੰਸਥਾਵਾਂ ਨੇ ਅੱਜ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਐਨਐਸਐਸ ਵਿੰਗ ਦੇ ਨਾਲ ਤੁਸੀਂ ਸਾਰੇ ਬਵਾਸਤਾ ਪਹਿਲਾਂ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਾਲਜ ਦਾ ਐਨਐਸਐਸ ਵਿੰਗ ਕਰ ਰਿਹਾ ਇਸੇ ਤਰ੍ਹਾਂ ਦੇ ਹਮੇਸ਼ਾ ਪ੍ਰੋਗਰਾਮ ਆਪਾਂ ਕਰਦੇ ਰਹਿਣੇ ਆਂ ਔਰ ਇਸੇ ਤਰ੍ਹਾਂ ਹੀ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ EU ਜਥੇਬੰਦੀ ਹੈ ਜਿਹੜੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਨੇ ਗਰਾਊਂਡ ਵਾਟਰ ਡਿਪਲੀਸ਼ਨ ਦੀ ਸਮੱਸਿਆ ਨੂੰ ਹਾਈਲਾਈਟ ਕੀਤਾ ਔਰ ਪੰਜਾਬ ਦੇ ਵਿੱਚ ਮਿੰਨੀ ਜਿਹੜੇ ਛੋਟੇ ਜੰਗਲ ਲਗਾਉਣ ਨੂੰ ਕਾਫੀ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਗਿਆ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਉਹਨਾਂ ਦੀ ਮਦਦ ਦੇ ਨਾਲ 200 ਤੋਂ ਉੱਪਰ ਜਿਹੜੇ ਨੇ ਜੰਗਲ ਲੱਗ ਚੁੱਕੇ ਨੇ ਔਰ ਇਸੇ ਤਰ੍ਹਾਂ ਮੈਂ ਜਾਣਕਾਰੀ ਦੇ ਵਿੱਚ ਹੀ ਵਾਅਦਾ ਕਰਦਿਆਂ ਦੱਸ ਦਿਆਂ ਕਿ ਰੇਨ ਵਾਟਰ ਹਾਰਵੈਸਟਿੰਗ ਤੇ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਕੰਮ ਇਸ ਜਥੇ ਦੇ ਵੱਲੋਂ ਕੀਤਾ ਜਾ ਚੁੱਕਿਆ ਸਾਂਝੀਆਂ ਥਾਮਾਂ ਤੇ ਜਿਹੜੀਆਂ ਆਪਣੀਆਂ ਪਿੰਡਾਂ ਥਾਮਾਂ ਦੀਆਂ ਜਾਂ ਸ਼ਹਿਰਾਂ ਦੀਆਂ ਸਾਂਝੀਆਂ ਥਾਮਾਂ ਨੇ ਜਾਂ ਫਿਰ ਕੋਈ ਆਪਣੀ ਨਿੱਜੀ ਥਾਂ ਦੇ ਉੱਪਰ ਜੇਕਰ ਬਰਸਾਤੀ ਪਾਣੀ ਦੀ ਸੰਭਾਲ ਦੇ ਲਈ ਉਦਮ ਕਰਦਾ ਤਾਂ ਉਹਦੇ ਉੱਪਰ ਇੱਕ ਚੰਗਾ ਕੰਮ ਪਿਛਲੇ ਸਮੇਂ ਦੇ ਵਿੱਚ ਕੀਤਾ ਆ ਇਸੇ ਤਰ੍ਹਾਂ ਰੂਬਰੂ ਸੰਸਥਾ ਇੱਕ ਇੰਡੀਆ ਦੀ ਹైదరాబాద్ ਬੇਸਡ ਸੰਸਥਾ ਹੈ ਜਿਨ੍ਹਾਂ ਦੇ ਨਾਲ ਰਲ ਕੇ ਅਸੀਂ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ ਦੇ ਸਸਟੇਨੇਬਲ ਡਿਵੈਲਪਮੈਂਟ ਗੂਲਸ ਨੂੰ ਫੇਥ ਦੇ ਨਾਲ ਰਿਲੇਟ ਕਰਕੇ ਉਹ ਪ੍ਰੋਗਰਾਮ ਕਰਵਾਉਂਦੇ ਨੇ ਸੋ ਅੱਜ ਦਾ ਇਹ ਪ੍ਰੋਗਰਾਮ ਇਹਨਾਂ ਤਿੰਨ ਸੰਸਥਾਵਾਂ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਔਰ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਉਦੇਸ਼ ਉਹ ਮੁੱਖ ਤੌਰ ਤੇ ਇਹੀ ਰਿਹਾ ਕਿਉਂਕਿ ਰੂਬਰੂ ਦਾ ਤਾਲਮੇਲ ਬ੍ਰਿਟਿਸ਼ ਹਾਈ ਕਮਿਸ਼ਨ ਔਰ ਯੂਨਾਈਟਿਡ ਨੇਸ਼ਨਸ ਦੇ ਨਾਲ ਹੈ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਡਰੇਨੇਜ ਸਿਸਟਮ ਦੀ ਸਮੱਸਿਆ ਦੀ ਗੰਭੀਰਤਾ ਸਾਹਦੇ ਤੁਹਾਡੇ ਕੋਲ ਰੱਖੀ ਤਾਂ ਉਹਨੂੰ ਜਿੱਥੋਂ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਇੰਟਰਨੈਸ਼ਨਲ ਲੈਵਲ ਤੇ ਗੱਲ ਉੱਠੇਗੀ ਕਿਤੇ ਨਾ ਕਿਤੇ ਉਹਦਾ ਇੰਪੈਕਟ ਰੂਟ ਲੈਵਲ ਤੱਕ ਆਉਂਦਾ ਆ ਮੈਂ ਬੇਨਤੀ ਕਰਾਂ ਇੰਜੀਨੀਅਰ ਕਪਿਲ ਜੀ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲੜਾਈ ਲੜੀ ਚਾਹੇ ਉਹ ਜੀਰਾ ਮੋਰਚਾ ਸੀ ਚਾਹੇ ਮੱਤੇਵਾੜਾ ਮੋਰਚਾ ਸੀ ਚਾਹੇ ਲੁਧਿਆਣੇ ਚ ਦਰਖਤਾਂ ਦੀ ਕਟਾਈ ਨੂੰ ਐਨ ਜੀ ਡੀ ਚ ਲੈ ਕੇ ਗਏ ਸੋ ਜਦੋਂ ਇਹਨਾਂ ਸਮੱਸਿਆਵਾਂ ਨੂੰ ਟ੍ਰਿਬਿਊਨਲ ਦੇ ਵਿੱਚ ਜਾਂ ਕੋਰਟ ਦੇ ਵਿੱਚ ਲੈ ਕੇ ਜਾਂਦੇ ਆ ਕਾਨੂੰਨਾਂ ਦੇ ਬਾਰੇ ਤਾਂ ਦੱਸੂਗੀ ਉੱਥੇ ਜਨ ਲਜਾਨ ਦੇ ਵਿੱਚ ਐਗਜ਼ੀਕਿਊਸ਼ਨ ਚ ਕਿਸ ਤਰ੍ਹਾਂ ਦੇ ਅੜਿੱਕੇ ਅਰਚਨਾ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਸਰ ਅੱਜ ਸਾਨੂੰ ਆਉਣ ਵਾਲੇ ਇੰਜੀਨੀਅਰਸ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਤੇ ਡੈਫੀਨਿਟਲੀ ਸਾਨੂੰ ਇਹ ਵੀ ਹੋਪ ਰਹੇਗੀ ਕਿ ਜਿਹੜੀ ਜਨਰੇਸ਼ਨ ਕੋਈ ਇੱਕ ਲੜਾਈ ਸ਼ੁਰੂ ਕਰ ਚੁੱਕੀ ਹੈ ਉਸ ਲੜਾਈ ਨੂੰ ਤੁਸੀਂ ਪੂਰਾ ਕਰਨਾ ਹੈ ਜਿੰਨਾ ਹੈ ਤੇ ਸਭ ਤੋਂ ਪਹਿਲੇ ਤੁਹਾਨੂੰ ਇੱਕ ਚੀਜ਼ ਮੈਂ ਦੱਸ ਦਿਆਂ ਕਿ ਜਿਹੜੀ ਕਾਨੂੰਨ ਦੇ ਬਾਰੇ ਜਾਣਕਾਰੀ ਹੈ ਜਿਹਦਾ ਜਸਕਿਰੇ ਜੀ ਨੇ ਦੱਸਿਆ ਕਿ ਪਾਣੀ ਦਾ ਕਾਨੂੰਨ ਹੈ ਹਵਾ ਦਾ ਵੀ ਹੈ ਪਾਣੀ ਦਾ ਕਾਨੂੰਨ ਆਪਣਾ ਦੀ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ 1974 1974 ਦਾ ਐਕਟ ਬਣਿਆ ਹੋਇਆ ਤੇ ਅੱਜ ਤੁਸੀਂ ਦੇਖ ਲਓਗੇ 50 ਸਾਲ ਹੋ ਚੁੱਕੇ ਐ ਉਸ ਕਾਨੂੰਨ ਨੂੰ ਬਣਿਆ ਨੂੰ ਤੇ 50 ਸਾਲਾਂ ਦੇ ਵਿੱਚ ਅੱਜ ਤੱਕ ਇੱਕ ਵੀ ਲੁਧਿਆਣਾ ਦੀ ਕਿਸੇ ਇੰਡਸਟਰੀ ਜਾਂ ਲੁਧਿਆਣਾ ਦੇ ਕਿਸੇ ਪੋਲਿਊਟਰ ਨੂੰ ਸਜ਼ਾ ਨਹੀਂ ਹੋਈ ਉਹਦੇ ਚ ਸੈਕਸ਼ਨ ਹੈਗੇ ਕੁਝ ਜਿਹੜੇ ਕਿ ਪੈਨਲਟੀ ਕਲੋਜ਼ਸ ਨੇ 42 ਤੋਂ 42 ਤੋਂ ਲੈ ਕੇ ਅੱਗੇ ਚੱਲਦੇ ਨੇ ਤੇ ਹੋਰ ਇਦਾਂ ਹੀ 에ਅਰ ਦਾ ਕਾਨੂੰਨ ਹੈਗਾ 1981 ਦਾ ਤੇ ਪਾਣੀ ਦਾ ਹੋ ਗਿਆ ਹਵਾ ਦਾ ਸੋਇਲ ਦਾ ਇਹਨਾਂ ਕਾਨੂੰਨਾਂ ਤੋਂ ਇਲਾਵਾ ਕਿਉਂਕਿ ਕੁਝ ਅਜਿਹੇ ਮੁੱਦੇ ਸੀਗੇ ਕਿ ਜਿਨ੍ਹਾਂ ਨੂੰ ਲੈ ਕੇ ਅ ਜ਼ਰੂਰੀ ਸੀਗਾ ਕੁਝ ਰੂਲਸ ਬਣਾਣੇ ਸੋਲਿਡ ਵੇਸਟ ਮੈਨੇਜਮੈਂਟ ਰੂਲਸ 2016 ਚ ਬਣੇ ਸੀ ਇਹਨਾਂ ਸਾਰਿਆਂ ਦਾ ਜਿਹੜਾ ਰੋਲ ਹੈ ਕਿਉਂਕਿ ਅਲਟੀਮੇਟਲੀ ਯਾ ਤਾਂ ਆਪਣਾ ਗਰਾਊਂਡ ਵਾਟਰ ਜਿਹੜਾ ਟੇਬਲ ਹੈ ਗਰਾਊਂਡ ਵਾਟਰ ਆਪਣਾ ਪੋਲਿਊਟ ਹੋ ਰਿਹਾ ਕੰਟਾਮਿਨੇਟ ਹੋ ਰਿਹਾ ਹੈ ਯਾ ਆਪਣਾ ਸਰਫੇਸ ਵਾਟਰ ਹੋ ਰਿਹਾ ਹੈ ਲੁਧਿਆਣੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਬੁੱਢੇ ਤਰਿਆ ਦੀ ਰਹੀ ਹੈ ਜਿਹੜਾ ਬੁੱਢਾ ਨਾਲਾ ਬਣ ਗਿਆ ਉਹ ਬੁੱਢਾ ਨਾਲਾ ਕਿਉਂ ਬਣਿਆ ਲੁਧਿਆਣੇ ਜੀ ਜੇ ਤੁਹਾਨੂੰ ਪਤਾ ਹੋਵੇ ਕਿ ਜਗ੍ਹਾ ਜਗ੍ਹਾ ਤੋਂ ਕਈ ਜਗ੍ਹਾ ਤੁਸੀਂ ਦੇਖਿਆ ਹੋਏਗਾ ਚਾਹੇ ਆਪਾਂ ਕਦਵਾਈ ਨਗਰ ਵਾਲੀ ਸਾਈਡ ਜੇ ਕੋਈ ਜਾਂਦਾ ਰਹਿੰਦਾ ਹੈ ਲੁਧਿਆਣੇ 'ਚ ਕਈ ਜਗ੍ਹਾ ਤੋਂ ਕੁਝ ਡਰੇਨਸ ਹੈਗੀਆਂ ਹੈ ਨਾਲੇ ਜਿਹੜੇ ਕਹਿ ਲੈਨੇ ਆਪਾਂ ਅੱਜ ਦਿਨ ਚ ਉਹਨਾਂ ਨੂੰ ਕਵਰ ਵੀ ਕੀਤਾ ਜਾ ਰਿਹਾ ਉਹ ਸਾਰੇ ਬੁੱਡੇ ਦਰਿਆ 'ਚ ਗਿਰ ਰਹੇ ਨੇ ਅੱਜ ਤੋਂ 50 ਸਾਲ ਪਹਿਲੇ ਜਿਸ ਤਰ੍ਹਾਂ ਜਿਸ ਤਰ੍ਹਾਂ ਲੁਧਿਆਣਾ ਡਵੈਲਪ ਹੋਇਆ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਜਿਹੜਾ ਨਗਰ ਨਿਗਮ ਲੁਧਿਆਣਾ ਦੀ ਜਿਹੜੀ ਡਿਊਟੀ ਸੀਗੀ ਕਿ ਉਹ ਇੱਕ ਆਪਣਾ ਸੀਵਰੇਜ ਸਿਸਟਮ ਦਾ ਜਿਹੜਾ ਨੈਟਵਰਕ ਹੈ ਉਹਨੂੰ ਪ੍ਰੋਪਰ ਲੇ ਕਰਦਾ ਇਹਨਾਂ ਨੇ ਉਹਨੂੰ ਲੇ ਕਰਨ ਦੀ ਬਜਾਏ ਕੀ ਕੀਤਾ ਕਿ ਸਾਰੇ ਜਿਹੜੇ ਆਊਟਲੈਟ ਨੇ ਜਿਹੜਾ ਡਿਸਚਾਰਜ ਕਰਨਾ ਸ਼ੁਰੂ ਕਰਤਾ ਉਹ ਨੇਚਰਲ ਡਰੇਨਸ ਦੇ ਵਿੱਚ ਕਰਨਾ ਸ਼ੁਰੂ ਕਰਤਾ ਉਹ ਨੈਚੁਰਲ ਡਰੇਨਸ ਜਿਹੜੀਆਂ ਅਲਟੀਮੇਟਲੀ ਵੱਡੇ ਦਰਿਆ 'ਚ ਗਿਰੀਆਂ ਉਹ ਇੱਕ ਕੰਮ ਇਧਰੋਂ ਕੰਮ ਗੰਦਾ ਹੋਣਾ ਸ਼ੁਰੂ ਹੋ ਗਿਆ ਦੂਜਾ ਆਪਣਾ ਜਿੰਨੀ ਵੀ ਡਾਈੰਗ ਇੰਡਸਟਰੀ ਕੋਈ ਡਾਈੰਗ ਇੰਡਸਟਰੀ ਨੂੰ ਕੀ ਹੈ ਕਿ ਸਾਫ਼ ਪਾਣੀ ਚਾਹੀਦਾ ਹੈ ਡਾਈੰਗ ਇੰਡਸਟਰੀ ਖਾਰੇ ਪਾਣੀ 'ਚ ਨਹੀਂ ਲੱਗ ਸਕਦੀ ਉਹਨਾਂ ਨੂੰ ਬਿਲਕੁਲ ਸਾਫ਼ ਪਾਣੀ ਚਾਹੀਦਾ ਹੈ ਉਹਨਾਂ ਨੇ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਲਗਾਣੀ ਸ਼ੁਰੂ ਕਰ ਦਿੱਤੀ ਵੱਡੇ ਦਰਿਆ ਦੇ ਨਾਲ ਨਾਲ ਕਿਉਂਕਿ ਵੱਡੇ ਦਰਿਆ ਦਾ ਜਿਹੜਾ ਪਾਣੀ ਹੈ ਉਹ ਸਾਫ਼ ਸੀਗਾ ਬਿਲਕੁਲ ਉਹ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਸਾਫ਼ ਸੀਗਾ ਮੈਂ ਉਸ ਜਗ੍ਹਾ ਨੂੰ ਕ੍ਰੋਸ ਕਰਦਾ ਰਿਹਾ 1980 ਤੱਕ ਪਾਣੀ ਨਾ ਸਾਫ਼ ਸੀਗਾ ਕਿ ਤੁਸੀਂ ਉਹਦੇ નીચે ਜੇ ਪੱਥਰ ਪੇ ਤੁਹਾਨੂੰ ਨਜ਼ਰ ਆਉਂਦੇ ਸੀਗੇ ਇਹ ਕੰਮ ਜਿਹੜੇ ਨਗਰ ਨਿਗਮ ਨੇ ਸਾਤੋਂ ਪਹਿਲੇ ਨਲਕੀਆਂ ਕੀਤੀਆਂ ਤੇ ਉਹ ਅੱਜ ਵੀ ਹੋ ਰਹੀਆਂ ਨਹੀਂ ਅੱਜ ਜਿੰਨੀਆਂ ਕਲੋਨੀਆਂ ਬਣ ਰਹੀਆਂ ਨੇ ਉਹਨਾਂ 'ਚ ਕੋਈ ਸੀਵਰੇਜ ਸਿਸਟਮ ਦਾ ਡਿਜ਼ਾਈਨ ਨਹੀਂ ਹੋ ਰਿਹਾ ਲੁਧਿਆਣੇ ਦੇ ਵਿੱਚ 400 500 ਕਲੋਨੀਆਂ ਇਲੀਗਲ ਬਣ ਚੁੱਕੀਆਂ ਨੇ ਤੇ ਉਹਨਾਂ ਦਾ ਸੀਵਰੇਜ ਨੈਟਵਰਕ ਕੀ ਹੈ ਛੇਜ ਡਾਇ ਦਾ ਪਾਈਪ ਹੈ ਜਿਹੜਾ ਮੀਨ ਜਾ ਰਿਹਾ ਹੈ ਜਿਹੜਾ ਕਿ ਅਸੀਂ ਆਪਣੇ ਘਰ ਦੇ ਵਿੱਚ ਪਾਣੇ 6 ਇੰਚ 8 ਇੰਚ ਕੋਈ ਡਿਜ਼ਾਈਨਿੰਗ ਨਹੀਂ ਹੋ ਰਹੀ ਸਾਡੇ ਇੰਜੀਨੀਅਰਸ ਜਿਹੜੇ ਨੇ ਯਾ ਇਵਨ ਜੇ ਹੁਣ ਰਾਹੋਂ ਰੋਡ ਤੇ ਕੋਈ ਰਹਿ ਰਿਹਾ ਹੈ ਰਾਹੋਂ ਰੋਡ ਤੇ ਮੇਨ ਲਾਈਨ ਉਹਨਾਂ ਨੇ ਪਾਈ ਸੀ ਸੀਵਰੇਜ ਨੈਟਵਰਕ ਉਹ ਫਿਰ ਵੀ ਸਕਸੈਸਫੁਲ ਨਹੀਂ ਹੋਇਆ ਪ੍ਰੋਬਲਮ ਸਿਰਫ ਇਹ ਹੈ ਕਿ ਜਿੰਨੇ ਵੀ ਕਾਨੂੰਨ ਬਣ ਰਹੇ ਨੇ ਉਹਨਾਂ ਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੈ ਇਹ ਕਾਨੂੰਨ ਦੀ ਇੰਪਲੀਮੈਂਟੇਸ਼ਨ ਨਾ ਹੋਣਾ ਕਿਉਂਕਿ ਕਰਪਸ਼ਨ ਇੰਨੀ ਵੱਧ ਚੁੱਕੀ ਹੈ ਕੀ ਅੱਜ ਦੀ ਡੇਟ ਦੇ ਵਿੱਚ ਹਰ ਬੰਦਾ ਸੋਚਦਾ ਕਿ ਮੈਂ ਨਾ ਸੌਖੇ ਤਰੀਕੇ ਨਾਲ ਕੰਮ ਕਰਾ ਲਵਾਂ ਜੇ ਇੱਕ ਰੂਲ ਕਹਿੰਦਾ ਕਿ 5 ਦਿਨਾਂ ਬਾਅਦ ਤੁਹਾਨੂੰ ਕੋਈ ਪੇਪਰ ਮਿਲਣਾ ਨਹੀਂ ਮੈਨੂੰ ਅੱਜ ਹੀ ਚਾਹੀਦਾ ਹੁਣ ਬੁੱਡੇ ਦਰਿਆ ਨੂੰ ਜਾਂ ਪੰਜਾਬ ਦੇ ਗਰਾਊਂਡ ਵਾਟਰ ਨੂੰ ਜਿਹੜਾ ਕੰਟਾਮਿਨੇਟ ਹੋਣ ਤੋਂ ਬਚਾਉਣ ਲਈ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਵੇਅਰਨੈਸ ਤੇ ਨਾਲ ਦੀ ਨਾਲ ਆਵਾਜ਼ ਉਠਾਣੀ ਆਵਾਜ਼ ਕੌਣ ਉਠਾਏਗਾ ਸਿਟੀਜ਼ਨਸ ਕਿਉਂਕਿ ਸਾਡਾ ਸਿਸਟਮ ਕਰਪਟ ਹੋ ਚੁੱਕਾ ਹੈ ਅੱਜ ਲੁਧਿਆਣੇ ਦੀ ਆਬਾਦੀ ਸਾਡੇ ਲੁਧਿਆਣੇ ਦੀ ਆਬਾਦੀ 35 ਲੱਖ ਤੋਂ ਉੱਪਰ ਹੈ ਪਰ ਲੁਧਿਆਣੇ ਦੇ ਵਿੱਚ 350 ਬੰਦਾ ਵੀ ਨਹੀਂ ਹੈ ਕਿ ਜਿਹੜਾ ਇਹ ਕਹੇ ਕਿ ਸਾਨੂੰ ਸਾਫ ਪਾਣੀ ਚਾਹੀਦਾ ਪੂਰੇ ਲੁਧਿਆਣੇ ਦਾ ਇਹ ਨਹੀਂ ਹੈ ਕਿ ਜਿਹੜਾ ਕਿ ਤੁਸੀਂ ਸਾਫ ਜਗ੍ਹਾ ਇਧਰ ਇਧਰ ਲਈ ਸਾਈਡ ਬੈਠੇ ਆਪਾਂ ਬੀਆਰਐਸ ਨਗਰ ਗੁਰਦੇਵ ਨਗਰ ਜਾਏ ਐ ਇੱਥੇ ਵੀ ਸਾਰਿਆਂ ਦੇ ਘਰਾਂ 'ਚ ਆਰੋ ਲੱਗੇ ਹੋਏ ਨੇ ਸਾਨੂੰ ਕੰਪਰੋਮਾਈਜ਼ ਕਰਨ ਤੋਂ ਇਲਾਵਾ ਆਪਣੇ ਹੱਕ ਲੈਣ ਦੇ ਲਈ ਵੀ ਅੱਗੇ ਆਉਣਾ ਪਏਗਾ ਫੰਡਾਮੈਂਟਲ ਆਪਾਂ ਰਾਈਟਸ ਦੀ ਗੱਲ ਕਰਦੇ ਆ ਫੰਡਾਮੈਂਟਲ ਡਿਊਟੀਆਂ ਵੀ ਹੈਗੀਆਂ ਆਪਣੀਆਂ ਕਨਸਟੀਟਿਊਸ਼ਨ ਪੜ੍ਹਿਆ ਸਾਰਿਆਂ ਨੇ ਉਹਦੇ ਵਿੱਚ ਆਰਟੀਕਲ 51 A ਹੈ ਜਿਹਦੇ ਵਿੱਚ ਸਾਡੀ ਇੱਕ ਡਿਊਟੀ ਹੈ ਟਵਰਡਸ ਨੇਚਰ ਕਿ ਨੇਚਰ ਨੂੰ ਅਸੀਂ ਬਚਾਣਾ ਹੈ ਉਹਦੀ ਸਾਡੀ ਇੱਕ ਡਿਊਟੀ ਹੈ ਸੈਕੰਡਲੀ ਬੀਇੰਗ ਸਿਟੀਜ਼ਨ ਸਾਨੂੰ ਆਪਣੇ ਕਾਨੂੰਨ ਨੇ ਇਹ ਹੱਕ ਦਿੱਤਾ ਹੈ ਕਿ ਅਸੀਂ ਆਪਣੀ ਲੜਾਈ ਆਪ ਵੀ ਲੜ ਸਕਦੇ ਹਾਂ ਅਇ ਤੱਕ ਜਿੰਨੇ ਕੇਸ ਅਸੀਂ ਐਨਜੀਟੀ ਚ ਲਾਏ ਐ ਐਨਜੀਟੀ ਐ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ ਆਇਆ ਸੀ 2010 ਚ ਕਿਉਂਕਿ ਪੂਰੇ ਦੇਸ਼ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਐ ਕਿ ਜਿਹੜੇ ਆਪਣੇ ਨੈਚੁਰਲ ਰਿਸੋਰਸਿਸ ਐ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੋ ਗਿਆ ਜਿਸ ਹਾਵ ਨਾਲ ਇਲੀਗਲ ਮਾਈਨਿੰਗ ਹੋ ਰਹੀ ਐ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਕਾਨੂੰਨ ਬਣਿਆ ਐ ਇੱਕ ਟ੍ਰਿਬਿਊਨਲ ਬਣਿਆ ਹੈ ਟ੍ਰਿਬਿਊਨਲ ਨੇ ਮਤਲਬ ਕਿ ਉਹਦੇ ਵਿੱਚ ਕੋਈ ਵੀ ਆਪਣਾ ਇੱਕ ਕੇਸ ਲਗਾ ਸਕਦਾ ਜੇ ਤੁਹਾਡਾ ਵਾਤਾਵਰਣ ਦੇ ਰਿਲੇਟਡ ਹੈਗਾ ਤੇ ਇਹਨਾਂ ਚੀਜ਼ਾਂ ਨਾਲ ਅਸੀਂ ਲੜਾਈ ਲੜ ਰਹੇ ਹਾਂ ਪਰ ਲੜਾਈ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਇਕੱਠੇ ਹੋਣਾ ਪੈਣਾ ਹੈ ਤੁਸੀਂ ਸਟੂਡੈਂਟਸ ਤੁਸੀਂ ਮਤਲਬ ਹਰ ਇੱਕ ਬੰਦੇ ਦੀ ਇੱਕ ਡਿਊਟੀ ਐਟ ਲੀਸਟ ਬੰਦੀ ਹੈ ਕਿ ਇੱਕ ਹਫ਼ਤੇ ਵਿੱਚ ਇੱਕ ਘੰਟਾ ਵੀ ਆਪਣਾ ਟਾਈਮ ਡਿਵੋਟ ਕਰਦਾ ਹੈ ਟੁਵਰਡਸ ਨੇਚਰ ਟੁਵਰਡਸ এনਵਾਇਰਨਮੈਂਟ ਕੋਈ ਵੀ ਆਪਣੀ ਐਕਟੀਵਿਟੀ ਕਰਦਾ ਹੈ ਪਲੱਸ ਜੇ ਲੜਾਈ ਦੇ ਵਿੱਚ ਸਾਥ ਦਿੰਦੇ ਆਵਾਜ਼ ਉਠਾਉਣ ਲਈ ਜਦ ਤੱਕ ਸਰਕਾਰ ਨੂੰ ਅਸੀਂ ਉੱਪਰ ਤੱਕ ਕੰਪਲੇਂਟਸ ਨਹੀਂ ਪਾਵਾਂਗੇ ਆਪਾਂ ਨੂੰ ਆਪਣਾ ਰਾਈਟ ਨਹੀਂ ਮਿਲੇਗਾ ਗੁਲਾਮ ਤੋਂ ਵੀ ਜਦੋਂ 200 ਸਾਲ ਗੁਲਾਮੀ 'ਚ ਵੀ ਆਪਾਂ ਲੜ ਕੇ ਜਿੱਤੇ ਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਆਪਣਾ ਜਿਹੜਾ ਕੰਮ ਹੈ ਤਾਂ ਅੱਗੇ ਵਧੇਗਾ ਕਿ ਜੇ ਆਪਾਂ ਲੁਧਿਆਣੇ ਜਾਂ ਪੂਰੇ ਇੰਡੀਆ ਦੇ ਇੰਡੀਆ 'ਚ ਕਿਤੇ ਵੀ ਰਹਿਣਾ ਹੈ ਤੇ ਸਾਨੂੰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਆਪਣੇ ਸਾਫ਼ ਪਾਣੀ ਦੀ ਸਾਫ਼ ਹਵਾ ਦੀ ਲੋੜ ਹੈ ਤੇ ਉਹ ਅਸੀਂ ਲੈਣਾ ਹੈ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਨਾਲੋਂ ਕੀ ਜਾਸ ਵਹੀ ਕਰ ਲੈਣਾ ਕਹਿੰਦੇ ਸਾਨੂੰ ਕੀ ਸਾਨੂੰ ਕੀ ਦੇ ਵਿੱਚ ਆਪਾਂ ਨੂੰ ਬਹੁਤ ਫਰਕ ਪੈ ਚੁੱਕਾ ਹੈ ਆਪਣੀ ਸਿਹਤ ਤੇ ਬਹੁਤ ਅਸਰ ਹੋ ਚੁੱਕਾ ਹੈ ਜੋ ਨਜ਼ਰ ਨਹੀਂ ਆ ਰਿਹਾ ਹਜੇ ਕੋਈ ਵੀ ਗਲਤ ਜੀ ਨਜ਼ਰ ਆਂਦੀ ਹੈ ਉਹਦੇ ਲਈ ਆਵਾਜ਼ ਚੱਕਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਦੇ ਲਈ ਸਾਡੀ ਸੰਸਥਾ ਵੀ ਰੈਡੀ ਹੈ ਹਰ ਚੀਜ਼ ਲਈ ਅਸੀਂ ਤਿਆਰ ਆਂ ਕਿ ਤੁਸੀਂ ਅੱਗੇ ਆਓ ਸਾਡੇ ਤੋਂ ਜੋ ਸਾਨੂੰ ਨੌਲੇਜ ਮਿਲੀ ਹੈ ਲੜਕੇ ਉਹ ਨੌਲੇ ਤੁਹਾਨੂੰ ਜਲਦੀ ਮਿਲ ਜਿਵੇ ਤੇ ਜਿਹੜੇ ਆ ਪਾਣੀ ਨੂੰ ਲੈ ਕੇ ਆ ਹਵਾ ਨੂੰ ਲੈ ਕੇ ਅਸੀਂ ਜਿਹੜੀ ਲੜਾਈ ਹੈ ਅਸੀਂ ਪ੍ਰੋਪਰਲੀ ਲੜ ਸਕੀਏ ਸਿਰਫ ਤੇ ਸਿਰਫ ਆਪਣੇ ਕਨਸਟੀਟਿਊਸ਼ਨ ਨੂੰ ਫਾਲੋ ਕਰ ਲੋ ਆਵਾਜ਼ ਚੱਕਰ ਦਾ ਕੰਮ ਕਰ ਲੋ ਡੈਫੀਨੇਟਲੀ ਹਰ ਚੀਜ਼ ਤੁਹਾਨੂੰ ਜਾਂ ਆਉਣ ਵਾਲੀ ਜਨਰੇਸ਼ਨ ਨੂੰ ਜਿਹੜਾ ਹੈ ਜਲਦੀ ਇੰਪਰੂਵਮੈਂਟ ਮਿਲੇਗੀ ਤੁਹਾਨੂੰ ਅੱਜ ਅਸੀਂ ਕਹਿ ਰਹੇ ਹਾਂ ਕਿ ਕੁਝ ਗਲਤ ਕੰਮ ਜਿਹੜਾ ਹੋ ਰਿਹਾ ਸੀ ਉਹ ਰੁਕਿਆ ਹੈ ਐਸਟੀਪੀ ਲੱਗਨੇ ਸ਼ੁਰੂ ਹੋ ਗਏ ਕਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਲੱਗਨੇ ਸ਼ੁਰੂ ਹੋ ਗਏ ਲੇਕਿਨ ਉਹਨਾਂ ਦੀ ਜਿਹੜੀ ਹੈ ਵਰਕਿੰਗ ਜਿਹੜੀ ਹੈ ਉਹਦੀ ਜਿਹੜੀ ਉਹਨਾਂ ਦਾ ਰਿਜ਼ਲਟ ਜਿਹੜੇ ਆ ਰਹੇ ਆ ਕਿ ਹਜੇ ਪੋਜ਼ਿਟਿਵ ਨਹੀਂ ਆ ਰਹੇ ਪ੍ਰੋਪਰਲੀ ਲੇਕਿਨ ਇਹ ਹੈ ਕਿ ਜਿਹੜੀ ਚੀਜ਼ ਪੂਰੀ ਬੁੱਢੇ ਦਰਿਆ ਨੂੰ ਗੰਦਾ ਕਰ ਰਹੀ ਸੀ ਉਹ ਹੁਣ 50% ਗੰਦਾ ਰਹਿ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਾਮਨ ਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਨੇ ਉਹ ਡਾਈਂਗ ਕੰਪਲੈਕਸਿਸ ਲਈ ਲੱਗੇ ਨੇ ਇੱਕ ਆਪਣਾ ਤਾਜਪੁਰ ਰੋਡ ਦੇ ਉੱਤੇ ਡਾਈਂਗ ਕੰਪਲੈਕਸ ਹੈ ਇੱਕ ਆਪਣਾ ਹੈਗਾ ਫੋਕਲ ਪੁਆਇੰਟ ਤੇ ਤੀਸਰਾ ਫਲੂਐਂਟ ਟ੍ਰੀਟਮੈਂਟ ਪਲਾਂਟ ਲੱਗਿਆ ਹੈਗਾ ਬਾਦਰ ਕੇ ਰੋਡ ਇਹ ਤਿੰਨ ਲੱਗ ਚੁੱਕੇ ਨੇ ਪਰ ਜਦੋਂ ਇਹ ਲੱਗੇ ਸੀਗੇ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਇਹ ਦਾ ਜਿਹੜਾ ਪਾਣੀ ਸਾਫ਼ ਹੋ ਕੇ ਇਹ ਅਸੀਂ ਇਰੀਗੇਸ਼ਨ ਲਈ ਵਰਤਾਂਗੇ ਤੇ ਨਾਲ ਕੰਸਟਰਕਸ਼ਨ ਲਈ ਵਰਤਾਂਗੇ ਇਰੀਗੇਸ਼ਨ ਦਾ ਮਤਲਬ ਹੁੰਦਾ ਹੈ ਕਿ ਪਾਣੀ ਦੇ ਵਿੱਚ ਕੋਈ ਖਾਸ ਮਤਲਬ ਕਿ ਖਰਾਬੀ ਨਹੀਂ ਹੈਗੀ ਮੇਬੀ ਕਲਰ ਥੋੜਾ ਹਲਕਾ ਜਾਂ ਹੋ ਸਕਦਾ ਬਰਾਉਨਿਸ਼ ਹੋਵੇ ਲੇਕਿਨ ਉਹ ਇਰੀਗੇਸ਼ਨ ਲਈ ਯੂਜ਼ ਹੋ ਸਕੇ ਕਿ ਉਹਦੇ ਵਿੱਚ ਹੈਵੀ ਮੈਟਲ ਦੀ ਪ੍ਰੋਬਲਮ ਖਤਮ ਹੋ ਗਈ ਹੈ ਉਹਦੇ ਵਿੱਚ ਹੋਰ ਜਿੰਨੇ ਵੀ ਕੈਮੀਕल्स ਹੈ ਉਹ ਵਿਦਨ ਪਰਮਿਸਿਬਲ ਲਿਮਿਟਸ ਨਹੀਂ ਉਹ ਯੂਜ਼ ਹੋ ਸਕੇ 650 ਕਰੋੜ ਦਾ ਪ੍ਰੋਜੈਕਟ ਹੈ ਲੱਗ ਰਿਹਾ ਹੈ ਤੇ ਹੁਣ ਇਹ ਆਵਾਜ਼ਾਂ ਨਹੀਂ ਸ਼ੁਰੂ ਹੋ ਚੁੱਕੀ ਹੈ ਕਿ ਇਹਨੂੰ ਅਸੀਂ ਇਰੀਗੇਸ਼ਨ ਲਈ ਨਹੀਂ ਵਰਤ ਸਕਦੇ ਕਿਉਂ ਡੈਟ ਮੀਨਸ ਕਿ ਜਿਹੜੇ ਇਹਨਾਂ ਨੇ ਫਲੂਐਂਟ ਟ੍ਰੀਟਮੈਂਟ ਪਲੈਂਟ ਲਗਾਏ ਨੇ ਉਹਨਾਂ ਦੀ ਜਿਹੜੀ ਕੈਪੈਸਿਟੀ ਕਲੋ ਜਾਂ ਉਹਨਾਂ ਦਾ ਜਿਹੜਾ ਸਾਫ਼ ਕਰਨ ਦਾ ਹੈਗਾ ਸਿਸਟਮ ਉਹ ਉਹਨਾਂ ਕਾਰਗਰ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਉਹਨੇ ਇੱਕ ਵਾਰੀ ਲਾਗੇ ਨੇ ਹੁਣ ਸਾਡੀ ਅਗਲੀ ਜਿਹੜੀ ਲੜਾਈ ਚੱਲ ਰਹੀ ਹੈ ਕਿ ਜਦੋਂ ਜ਼ੀਰੋ ਲਿਕੁਇਡ ਡਿਸਚਾਰਜ ਮਤਲਬ ਜ਼ੀਰੋ ਲਿਕੁਇਡ ਡਿਸਚਾਰਜ ਦਾ ਮਤਲਬ ਹੈ ਕਿ ਕੋਈ ਪਾਣੀ ਇਸ ਤਰ੍ਹਾਂ ਵੇਸਟ ਨਹੀਂ ਜਾਣਾ ਕਿਸੇ ਨਾ ਕਿਸੇ ਜਗ੍ਹਾ ਤੇ ਯੂਜ਼ ਹੋਏਗਾ ਜ਼ੀਰੋ ਲਿਕੁਇਡ ਡਿਸਚਾਰਜ ਤੇ ਇਹ ਨਹੀਂ ਹੈ ਜਿਹੜੀ ਇੰਡਸਟਰੀ 2011 ਚ ਇਹ ਫਲੂਐਂਟ ਟ੍ਰੀਟਮੈਂਟ ਪਲਾਨ ਲੱਗਣੀ ਸੀ 2011 ਦੇ ਵਿੱਚ ਇਹ 2011 ਤੋਂ ਲਿੰਗਰ ਔਨ ਕਰਦੇ ਕਰਦੇ ਇਹਨਾਂ ਨੇ 2022-23 ਤੱਕ ਲੈ ਗਏ 2022 ਦੇ ਵਿੱਚ ਇਹਨਾਂ ਦੇ ਫਲੂਐਂਂਟ ਟ੍ਰੀਟਮੈਂਟ ਪਲੈਂਟਸ ਸ਼ੁਰੂ ਹੋਏ ਸੀਗੇ ਇਹਨਾਂ ਦਾ ਕੀ ਕਹਿੰਦੇ ਆ ਇਹਨਾਂ ਨੇ ਆਪਣੇ ਟੈਸਟ ਕਰਨੇ ਸ਼ੁਰੂ ਕੀਤੇ ਸੀ ਤੇ 2023 ਦੇ ਵਿੱਚ ਇਹਨਾਂ ਨੇ ਕਹਿਤਾ ਕਿ ਸਾਡਾ ਜਿਹੜਾ ਹੈਗਾ ਪੂਰੀ ਕੈਪੈਸਿਟੀ ਦੇ ਨਾਲ ਚੱਲ ਰਿਹਾ ਨੇ ਲੇਕਿਨ ਇਹ 11 ਸਾਲਾਂ ਦੇ ਵਿੱਚ ਜਿਹੜੀ ਇਹ ਵਾਦਾ ਕਰਦੇ ਸੀ ਡਾਈਂਗ ਇੰਡਸਟਰੀ ਕਿ ਇਹ ਐਫਲੂਐਂਟ ਟ੍ਰੀਟਮੈਂਟ ਪਲਾਂਟ ਜਿਹੜੇ ਸਾਡੇ ਹੈਗੇ ਆ ਇਹ ਇਹਨਾਂ ਦਾ ਪਾਣੀ ਜਿਹੜਾ ਸਾਫ਼ ਹੋ ਕੇ ਇਹ ਹੁਣ ਇਰੀਗੇਸ਼ਨ ਲਈ ਵਰਤਿਆ ਜਾਏਗਾ ਜਦ ਨਹੀਂ ਵਰਤਿਆ ਜਾ ਰਿਹਾ ਕੀ ਹੁਣ ਇਹ ਇੰਡਸਟਰੀ ਚੱਲਣ ਦੇ ਲਾਇਕ ਰਹਿਣੀ ਚਾਹੀਦੀ ਹੈ ਸਸਟੇਨੇਬਲ ਡਿਵੈਲਪਮੈਂਟ ਕੀ ਕਹਿੰਦੀ ਹੈ ਇੱਦਾਂ ਦੀ ਡਾਈੰਗ ਇੰਡਸਟਰੀ ਕਿਸ ਟਾਈਮ ਤੇ ਤਾਮਿਲਨਾਡੂ ਦੇ ਵਿੱਚ ਸੀਗੀ ਤੀਰਪੁਰ ਦੇ ਵਿੱਚ ਸੀ ਉਹਨਾਂ ਨੇ ਪੂਰਾ ਜ਼ੋਰ ਲਗਾ ਲਿਆ ਕਿ ਸ਼ਾਇਦ ਇੰਡਸਟਰੀ ਜਿਹੜੀ ਹੈ ਕਿ ਸ਼ਾਇਦ ਟ੍ਰੀਟਮੈਂਟ ਕਰ पाए ਪਾਣੀ ਦਾ ਪਰ ਪਾਣੀ ਦਾ ਜਿਹੜਾ ਟ੍ਰੀਟਮੈਂਟ ਹੈ ਪ੍ਰੋਪਰ ਨਹੀਂ ਹੋ ਪਾਰਿਆ ਕੀ ਇਹ ਡਾਈੰਗ ਇੰਡਸਟਰੀ ਜਿਹੜੀ ਕਿ ਲੋਕਾਂ ਨੂੰ ਜ਼ਹਿਰ ਦੇ ਰਹੀ ਹੈ ਲੋਕਾਂ ਨੂੰ ਕੈਂਸਰ ਦੇ ਰਹੀ ਆ ਹੁਣ ਰਹਿਣ ਦੇ ਲਾਇਕ ਹੈ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤੁਸੀਂ ਮੰਨਦੇ ਹੋ ਜਦੋਂ 11 ਸਾਲ ਇਹਨਾਂ ਨੇ ਸਿਰਫ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਕਹਿਤਾ ਕੀ ਅਸੀਂ ਲਗਾ ਲਾਂਗੇ ਤੇ ਉਸ ਤੋਂ ਬਾਅਦ ਪਾਣੀ ਠੀਕ ਹੋ ਜਾਏਗਾ ਜੇ ਅੱਜ ਪਾਣੀ ਠੀਕ ਨਹੀਂ ਹੋਇਆ ਕੀ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਜੇ ਪਾਣੀ ਠੀਕ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਪਾਣੀ ਜਿਹੜਾ ਹੈ ਬੁੱਢੇ ਦਰਿਆ 'ਚ ਸਟਨਾ ਬੈਨ ਨਹੀਂ ਹੋਣਾ ਚਾਹੀਦਾ ਸੈਕੰਡਲੀ ਪ੍ਰੋਬਲਮ ਇਹ ਆ ਰਹੀ ਹੈ ਕਿ ਇਹ ਪਾਣੀ ਜਿਹੜਾ ਗਰਾਊਂਡ ਵਾਟਰ ਤੋਂ ਲੈ ਰਹੇ ਨੇ ਬੋਰ ਲੱਗੇ ਨੇ ਅੱਜ ਤੱਕ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਕਿ ਅਸੀਂ ਇੱਕ ਪੰਜਾਬ ਪੋਲੂਸ਼ਨ ਨਹੀਂ ਇਹ ਕੰਟਰੋਲ ਨਹੀਂ ਕਰ ਰਿਹਾ ਇਹ ਜਿੱਦਾਂ ਨਾ ਭਗਵੰਤ ਮਾਨ ਜੀ ਨੇ ਪਹਿਲੇ ਨਾ ਚੀਫ ਮਿਨਿਸਟਰ ਬਣਨ ਤੋਂ ਪਹਿਲੇ ਕਿਹਾ ਸੀ ਪ੍ਰਦੂਸ਼ਣ ਬੋਰਡ ਹੈ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਹੈ ਪ੍ਰਦੂਸ਼ਣ ਬੋਰਡ ਹੈ ਅੱਜ ਵੀ ਉਹੀ ਹੈ ਕਰੋ ਬੋਰਡ ਪ੍ਰਦੂਸ਼ਣ ਕਰੋ ਬੋਰਡ ਹੈ ਅੱਜ ਤੱਕ ਕਿਸੇ ਡਾਈੰਗ ਇੰਡਸਟਰੀ ਨੂੰ ਪ੍ਰੋਪਰਲੀ ਇਹ ਚੈੱਕ ਨਹੀਂ ਹੋਇਆ ਕਿ ਉਹਨਾਂ ਦਾ ਪਾਣੀ ਮਤਲਬ ਜਿਹੜਾ ਗਰਾਊਂਡ ਵਾਟਰ ਹੈ ਉਹ ਕਿੰਨਾ ਐਕਸਟ੍ਰੈਕਟ ਕਰ ਰਹੇ ਹੈ ਕਿੰਨਾ ਯੂਜ਼ ਕਰ ਰਹੇ ਹੈ ਜਦ ਤੱਕ ਵਾਟਰ ਆਡਿਟ ਹਰ ਇੰਡਸਟਰੀ ਦਾ ਨਹੀਂ ਹੁੰਦਾ ਕਿ ਕਿੰਨੀ ਪ੍ਰੋਡਕਸ਼ਨ ਹੈ ਤੇ ਕਿੰਨਾ ਪਾਣੀ ਉਹ ਯੂਜ਼ ਕਰ ਰਿਹਾ ਹੈ ਤੇ ਉਹਦਾ ਪਾਣੀ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਹੋ ਰਿਹਾ ਹੈ ਤਦ ਤੱਕ ਇਹ ਪਾਣੀ ਸਾਫ਼ ਨਹੀਂ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਸੈਕੰਡਲੀ ਤੁਸੀਂ ਕਦੇ ਤਾਜਪੁਰ ਰੋਡ ਤੇ ਡਾਈੰਗ ਇੰਡਸਟਰੀ ਘੁੰਮ ਕੇ ਆਓ ਡਾਈੰਗ ਇੰਡਸਟਰੀਅਲ ਕੰਪਲੈਕਸ ਉਥੇ ਖਾਲੀ ਪਲਾਟਾ ਦੇ ਵਿੱਚ ਤੁਹਾਨੂੰ ਐਫਲੂਐਂਟ ਜਿਹੜਾ ਡੰਪ ਕੀਤਾ ਮਿਲ ਜੇਗਾ ਗੰਦਾ ਪਾਣੀ ਖਾਲੀ ਪਲਾਟਾ ਚ ਪਿਆ ਜਿਹੜਾ ਖਾਲੀ ਪਲਾਟਾ ਚ ਹੈ ਆਲਟੀਮੇਟਲੀ ਉਹ ਸੀਵ ਕਰੇਗਾ ਜਦੋਂ ਸੀਵ ਕਰੇਗਾ ਉਹਦੇ ਨਾਲ ਜਿਹੜੇ ਕੈਮੀਕਲਸ ਆ ਵੀ نیچے ਜਾਣਗੇ ਕੀ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਈਵਨ ਸਾਡੇ ਕੇਸ ਦੇ ਵਿੱਚ ਐਨਜੀਟੀ ਨੇ ਡਿਊਰਿੰਗ ਜਿਹੜਾ ਹੀアリング ਚੱਲ ਰਹੀ ਸੀ ਪੰਜਾਬ ਪੋਲੀੂਸ਼ਨ ਕੰਟਰੋਲ ਬੋਰਡ ਨੂੰ ਇਹ ਕਿਹਾ ਕਿ ਤੁਹਾਨੂੰ ਕਿਉਂ ਨਾ ਅਸੀਂ ਡਿਜ਼ੋਲਵ ਕਰਵਾ ਦਈਏ ਇਹ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਨਗਰ ਨਿਗਮ ਦੇ ਨਾਲ ਸੋਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਜਿਹੜਾ ਘੂੜਾ ਘਰਾਂ ਦਾ ਨਿਕਦਾ ਨਿਕਲਦਾ ਹੈ ਡੋਮੈਸਟਿਕ ਵੇਸਟ ਉਹਨੂੰ ਲੈ ਕੇ ਵੀ ਨਾਲ ਲੜਾਈ ਲਾੜ ਰਹੇ ਆ ਜਿਹੜਾ ਡੋਮੈਸਟਿਕ ਵੇਸ ਜਿਹੜਾ ਹੈ ਤੁਹਾਨੂੰ ਇਹ ਦੱਸ ਦਈਏ ਕਿ ਜੇ ਤਾਜਪੁਰ ਰੋਡ ਤੇ ਇੱਕ ਨਾ ਕੁਝ ਤੁਹਾਨੂੰ ਪਹਾੜ ਮਿਲਣਗੇ ਕੋਈ ਦੇਖੇ ਕਿਸੇ ਨੇ ਦਿੱਲੀ ਦੇ ਪਹਾੜਾਂ ਦੀ ਗੱਲ ਹੁੰਦੀ ਹੈ ਤਾਜਪੁਰ ਰੋਡ ਤੇ ਵੀ ਪਹਾੜ ਨੇ ਥੋੜੇ ਉੱਚੇ ਨਹੀਂ ਨੇ ਅਜੇ نیچے ਨੇ ਅਜੇ ਸੁਨੋ ਸੁਨੋ ਜ ਲੈਵਲ ਤੇ ਨਹੀਂ ਪਹੁੰਚਿਆ ਬਰਫ ਪੈਣੀ ਸ਼ੁਰੂ ਹੋਏਗੀ ਫਿਰ ਦੇਖਣਗੇ ਤੁਹਾਨੂੰ ਪਹਾੜ ਨਹੀਂ ਟੋਟਲੀ ਕੂੜੇ ਦੇ ਪਹਾੜ ਨਹੀਂ ਉਹ ਕੂੜਾ ਜਿਹੜਾ ਹੈਗਾ ਆਪਣੇ ਘਰਾਂ ਦਾ ਜਾ ਰਿਹਾ ਉੱਥੇ ਤੇ ਹਰ ਸਾਲ ਹਰ ਰੋਜ਼ ਉਥੇ 1100 ਮੈਟ੍ਰਿਕ ਟਨ ਜਿਹੜਾ ਆਫੀਸ਼ੀਅਲ ਫਿਗਰ ਹੈ 1100 ਮੈਟ੍ਰਿਕ ਟਨ ਯਾਨੀ ਕਿ ਲਗਭਗ 4 ਲੱਖ ਮੈਟ੍ਰਿਕ ਟਨ ਜਿਹੜਾ ਕੂੜਾ ਹੈ ਹਰ ਸਾਲ ਉਥੇ ਡੰਪ ਹੋ ਰਿਹਾ ਹੈ ਇਹ ਕੂੜਾ ਸਿਰਫ ਉਥੇ 에ਅਰ ਪੋਲੂਸ਼ਨ ਨਹੀਂ ਕਰ ਰਿਹਾ ਜਦੋਂ ਬਾਰਿਸ਼ ਪੈਂਦੀ ਹੈ ਜਿੰਨਾ ਪਾਣੀ ਹੈਗਾ ਇਹਦੇ ਚੋਂ ਸੀਪ ਕਰਕੇ ਉਹਨੇ ਜ਼ਮੀਨ 'ਚ ਜਾਣਾ ਇਹਨੇ ਗਰਾਊਂਡ ਵਾਟਰ ਨੂੰ ਵੀ ਕੰਟਾਮਿਨੇਟ ਕਰਨਾ ਤੇ ਸਾਡੀ ਸਰਕਾਰਾਂ ਸਾਡਾ ਨਗਰ ਨਿਗਮ ਇੰਨਾ ਕਿ ਲਾਇਕ ਕਹੀਏ ਕਿ ਨਲਾਇਕ ਕਹੀਏ 2016 ਤੋਂ ਲੈ ਕੇ ਅੱਜ ਤੱਕ ਇੰਨਾਂ ਕੋਲੋਂ ਕੋਈ ਕੰਪਨੀ ਨਹੀਂ ਡਿਸਾਈਡ ਹੋ ਪਾਈ ਕਿ ਉਹਨੂੰ ਅਸੀਂ ਕਰਨਾ ਕਿਸ ਤਰ੍ਹਾਂ ਹੈ ਉਹਨੂੰ ਡੀਕੰਪੋਜ਼ ਕਿਸ ਤਰ੍ਹਾਂ ਕਰਨਾ ਹੈ ਇੱਕ ਕੰਪਨੀ ਲਗਾਈ ਹੈ ਇਹਨਾਂ ਨੇ ਸਿਰਫ 5 ਲੱਖ ਮੈਟ੍ਰਿਕ ਟਨ ਲਈ ਡੇਢ ਸਾਲ ਦਾ ਟਾਰਗੇਟ ਹੈ ਡੇਢ ਸਾਲ ਚ ਕਰਨਾ ਹੈ ਤੇ ਸਵਾ ਸਾਲ ਦੇ ਵਿੱਚ ਅੱਜ ਤੱਕ ਸਿਰਫ 2.5 ਲੱਖ ਮੈਟ੍ਰਿਕ ਟਨ ਜੋ ਦੱਸ ਰਹੇ ਐ ਕਿ ਉਹ ਹੋ ਗਿਆ 2.5 ਲੱਖ ਮੈਟ੍ਰਿਕ ਟਨਸ ਹਾਲਚ ਹੋਇਆ 4 ਲੱਖ ਮੈਟ੍ਰਿਕ ਟਨ ਆ ਗਿਆ ਇਹ ਤਾਂ ਫਿਰ ਵੱਧ ਗਿਆ ਲੇਗੇਸੀ ਵੇਸ ਜਿਹੜਾ ਹੈਗਾ ਉਹ ਵੱਧ ਗਿਆ ਅਲਟੀਮੇਟਲੀ ਮੇਨ ਪ੍ਰੋਬਲਮ ਸਿਰਫ ਇਹ ਹੈਗੀ ਹੈ ਕਿ ਹੁਣ ਅਸੀਂ ਜਦੋਂ ਐਨਜੀਟੀ ਜੀ ਲੈ ਕੇ ਗਏ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਜਿੱਦਾਂ ਆਰਡਰ ਹੋ ਰਹੇ ਨਹੀਂ ਇਵਨ ਕੀ ਐਨਜੀਟੀ ਐਕਟ 'ਚ ਇਹ ਵੀ ਲਿਖਿਆ ਹੋਇਆ ਹੈ ਕਿ ਜੇ ਕੋਈ ਅਫੀਸਰ ਹੈਡ ਆਫ ਦਾ ਡਿਪਾਰਟਮੈਂਟ ਜੇ ਕੰਮ ਨਹੀਂ ਕਰਦਾ ਉਹਦੇ ਅਗੇਂਸਟ ਕ੍ਰਿਮੀਨਲ ਇਲੈਕਸ਼ਨ ਪ੍ਰोसीडिंग्स ਵੀ ਹੋ ਸਕਦੀ ਹੈ ਪਰ ਉਹ ਐਕਸ਼ਨ ਪ੍ਰोसीडिंग ਤਾਂ ਹੋਣਗੀਆਂ ਜੇ ਕੋਈ ਉਹਨਾਂ ਨੂੰ ਐਨਜੀਟੀ ਚ ਕੇਸ ਲੈ ਕੇ ਜਾਏਗਾ ਜਦ ਤੱਕ ਐਨਜੀਟੀ ਦਿੱਲੀ ਬੈਠੀ ਕੋਰਟ ਹੈ ਇੱਕ ਟ੍ਰਿਬਿਊਨਲ ਹੈ ਜਦ ਤੱਕ ਅਸੀਂ ਹਰ ਤਰੀਕੇ ਨਾਲ ਪੀਸਫੁਲ ਪ੍ਰੋਟੈਸਟ ਆਪਣੀ ਰਿਪਰੈਜ਼ੈਂਟੇਸ਼ਨ ਡਿਪਾਰਟਮੈਂਟਸ ਨੂੰ ਨਾਲ ਦੀ ਨਾਲ ਆਪਾਂ ਕੋਰਟਸ ਦੇ ਵਿੱਚ ਮੁੱਦੇ ਨੂੰ ਲੈ ਕੇ ਜਾਵਾਂਗੇ ਡੈਫੀਨਿਟਲੀ ਪ੍ਰੈਸ਼ਰ ਵਧੇਗਾ ਬਿਲਟ ਅਪ ਹੋਏਗਾ ਪਰ ਉਹਦੇ ਲਈ ਇੱਕ ਸਟਰੈਂਥ ਵੀ ਚਾਹੀਦੀ ਹੈ ਅੱਜ ਸਾਡੀ ਐਨਜੀਓ ਲੱਗੀ ਹੋਈ ਹੈ ਕਾਫੀ ਐਨਜੀਓਜ਼ ਗ੍ਰੀਨਰੀ ਲਈ ਵੀ ਲੱਗੀਆਂ ਹੋਈਆਂ ਪਰ ਜਦ ਤੱਕ ਨਵੀਂ ਜਨਰੇਸ਼ਨ ਆ ਕੇ ਆਪਣੀ ਆਵਾਜ਼ ਨਹੀਂ ਚੱਕਦੀ ਕਿਉਂਕਿ ਤੁਹਾਡੀ ਆਵਾਜ਼ ਸਾਡੇ ਨਾਲੋਂ ਪਹਿਲੇ ਸੁਣੀ ਜਾਏਗੀ ਤੁਹਾਡੀ ਆਵਾਜ਼ ਤਾਂ ਸੁਣਗੇ ਤੁਸੀਂ ਇਹ ਕਹਿਣਾ ਕਿ ਜਦੋਂ 18 ਸਾਲ 20 ਸਾਲ 22 ਸਾਲ ਦੇ ਬੱਚੇ ਕੋਰਟ ਦੇ ਵਿੱਚ ਜਾ ਕੇ ਖੜੇ ਹੋਣਗੇ ਕਿ ਸਾਨੂੰ ਸਾਫ਼ ਪਾਣੀ ਚਾਹੀਦਾ ਆਹ ਪ੍ਰੋਬਲਮ ਹੈ ਐਸੀ ਜਹਿਰ ਹੈਗਾ ਸਾਡਾ ਰਾਈਟ ਹੈ ਆਰਟੀਕਲ 21 ਰਾਈਟ ਟੂ ਲਿਵ ਜਦ ਤੱਕ ਇਹ ਰਾਈਟਸ ਨੂੰ ਲੈ ਕੇ ਤੁਸੀਂ ਆਵਾਜ਼ ਨਹੀਂ ਚੱਕਦੇ ਤੁਹਾਨੂੰ ਕੋਈ ਵੀ ਕਿਸੇ ਵੀ ਡਿਪਾਰਟਮੈਂਟ ਨੇ ਸੁਣਨਾ ਨਹੀਂ ਹੈ ਡਿਪਾਰਟਮੈਂਟ ਨੂੰ ਸੁਨਾਨ ਲਈ ਇੱਕ ਕੋੜ ਦਾ ਡੰਡਾ ਹੈ ਜਸਕੀਰ ਸਿੰਘ ਨੇ ਕਿਹਾ ਕਿ ਡੰਡਾ ਚੱਕਣਾ ਪੈਣਾ ਉਹ ਡੰਡਾ ਸਾਡਾ ਜਿਹੜਾ ਹੈਗਾ ਸਾਡਾ ਡੈਮੋਕਰੈਟਿਕ ਰਾਈਟ ਦਾ ਡੰਡਾ ਹੈ ਜਿਸ ਦਿਨ ਅੱਜ ਜਦ ਤੁਸੀਂ ਬੈਠੇ ਹੋ ਇੱਥੇ ਇਹਦੇ ਤੁਹਾਡੇ ਚੋਂ ਜ 10 ਬੰਦੇ ਬੱਚੇ ਵੀ ਆ ਜਾਂਦੇ ਸਾਡੇ ਨਾਲ ਤੇ ਇਹ ਕਹੇ ਜੀ ਸਟਰੈਂਥ ਹੋਏਗੀ ਕਿ ਪੰਜਾਬ ਔਰ ਜਿਸ ਤਰ੍ਹਾਂ ਹੌਲੀ ਹੌਲੀ ਐਨ ਜੀਓਜ਼ ਲੱਗੀਆਂ ਹੋਈਆਂ ਬਦਲਣ ਲਈ ਜਲਦੀ ਬਦਲਣਾ ਸ਼ੁਰੂ ਹੋਏਗਾ ਤੁਸੀਂ ਸਾਰੇ ਆਨੇਓ ਤੇ ਇੱਕ ਹਫਤੇ ਵਿੱਚ ਇੱਕ ਘੰਟਾ ਤੁਸੀਂ ਆਪਣਾ এনवायरमेंट ਲਈ ਕੱਢੋ ਤੁਹਾਨੂੰ ਹੌਲੀ ਹੌਲੀ ਇੰਪਰੂਵਮੈਂਟ ਨਜ਼ਰ ਆਏਗੀ ਡਿਪਾਰਟਮੈਂਟ ਵੀ ਤੁਹਾਨੂੰ ਹੀ ਪਤਾ ਲੱਗੇਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਰਪਸ਼ਨ ਸਾਡੇ ਕਰਕੇ ਹੀ ਹੈ ਉਹਨੂੰ ਵੀ ਅਸੀਂ ਕਿਸ ਤਰ੍ਹਾਂ ਦੂਰ ਕਰ ਸਕਦੇ ਆ ਸਿਸਟਮ ਨੂੰ ਬਣਾਉਣ ਦੇ ਲਈ ਸਿਸਟਮ ਦੇ ਵਿੱਚ ਵੜਨਾ ਪਏਗਾ ਸਿਸਟਮ ਨਾਲ ਲੜਨਾ ਪਏਗਾ ਡਿਵੈਲਪ ਕੰਟਰੀਜ਼ ਦੇ ਵਿੱਚ ਕਿਉਂ ਸਿਸਟਮ ਹੈਗਾ ਅਸੀਂ ਕਹਿੰਦੇ ਆ ਜੀ ਉੱਥੇ ਸਿਸਟਮ ਬਹੁਤ ਵਧੀਆ ਹੈ ਤਾਂ ਹੈ ਜੇ ਨੇਬਰ ਨੇ ਕਿਸੇ ਨੇ ਰਾਤ ਨੂੰ ਡੀਜੇ ਲਗਾ ਲਿਆ ਕੰਪਲੇਂਟ ਕੀਤੀ ਤੇ ਉਹਦੇ ਅਗੇਂਸਟ ਐਕਸ਼ਨ ਨਾਲ ਦੀ ਨਾਲ ਹੋ ਜਾਂਦਾ ਹੈ ਕੰਪਲੇਂਟ ਕਰਨੀ ਪੇਗੀ ਬੀਏ ਕੰਪਲੇਨੈਂਟ ਕੰਪਲੇਨੈਂਟ ਮਨੋ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਿਸੇ ਨਾ ਕਿਸੇ ਤਰੀਕੇ ਤੁਹਾਡਾ ਜਿਹੜਾ ਆਵਾਜ਼ ਜਿਹੜੀ ਆ ਸੁਣੀ ਜਾਏਗੀ ਲੜਨ ਦਾ ਤਰੀਕਾ ਵੀ ਹੈਗਾ ਉਹ ਵੀ ਅਸੀਂ ਦੱਸਾਂਗੇ ਲੀਗਲੀ ਤੌਰ ਤੇ ਸਾਨੂੰ ਕਿਸੇ ਵਕੀਲ ਕੋਲ ਜਾਣ ਦੀ ਲੋੜ ਨਹੀਂ ਹੈ ਪਹਿਲੇ ਹਰ ਚੀਜ਼ ਅਸੀਂ ਨਾਲ ਕਰਨ ਲਈ ਤਿਆਰ ਹਾਂ ਤੁਸੀਂ ਨਾਲ ਆਣ ਲਈ ਤਿਆਰ ਹੋਵੋਗੇ ਡੈਫੀਨਿਟਲੀ ਜਿਹੜਾ ਗ੍ਰੀਨ ਰੈਵੋਲੂਸ਼ਨ ਜਿਹੜਾ ਆਣਾ ਚਾਹੀਦਾ ਹੈ এনवायरमेंट ਕਲੀਨ এনवायरमेंट ਦਾ ਜਿਹੜਾ ਰੈਵੋਲੂਸ਼ਨ ਆਣਾ ਚਾਹੀਦਾ ਉਹ ਤੁਹਾਡੇ ਕਰਕੇ ਹੀ ਆਣਾ ਹੈ ਅਸੀਂ ਜਿਹੜਾ ਕਰ ਸਕਦੇ ਆ ਅਸੀਂ ਨਾਲ ਨਾਲ ਕਰਦੇ ਜਾ ਰਿਹਾ ਧੰਨਵਾਦ ਮੈਂ ਬਹੁਤ ਧੰਨਵਾਦ ਕਪਿਲ ਜੀ ਮੈਂ ਬਹੁਤ ਸਮਾਨ ਆ ਲੈਂਦਿਆਂ ਹੋਇਆਂ ਅੱਗੇ ਚੱਲਦਾ ਸਰਦਾਰ ਪਰਮਜੀਤ ਸਿੰਘ ਜੀ ਸਹੋਂਾਂ ਦੇ ਕੋਲ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਕਿਉਂਕਿ ਦੋਨਾਂ ਬੁਲਾਰਿਆਂ ਨੇ ਗੱਲ ਕੀਤੀ ਕਿ ਸਾਨੂੰ ਡੰਡਾ ਚੱਕਣਾ ਪੈਣਾ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਸੰਘਰਸ਼ ਹੋਏ ਇਹਨਾਂ ਨੂੰ ਲੈ ਕੇ ਖਾਸ ਕਰਕੇ ਡ੍ਰੇਨਸ ਨੂੰ ਜਾਂ ਬੁੱਢੇ ਦਰਿਆ ਨੂੰ ਜਾਂ ਕਾਲਾ ਸੰਘਿਆ ਨੂੰ ਜਾਂ ਪੱਟੀਆਂ ਡ੍ਰੇਨ ਨੂੰ ਲੈ ਕੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਐਕਸ਼ਨ ਹੋਇਆ ਕਿਉਂਕਿ ਜਦੋਂ ਤੁਸੀਂ ਕੋਈ ਐਕਸ਼ਨ ਕਰਦੇ ਹੋ ਤਾਂ ਗਵਰਨਮੈਂਟ ਨੂੰ ਉਹਦੇ ਤੇ ਰਿਐਕਸ਼ਨ ਕਰਨਾ ਪੈਂਦਾ ਹੈ ਬਿਊਰੋਕ੍ਰੇਸੀ ਨੂੰ ਤਾਂ ਕੀ ਉਹਦੇ ਤੇ ਕਿੰਨੀ ਕੁ ਐਕਟਿਵ ਰਹੀ ਬਿਊਰੋਕ੍ਰੇਸੀ ਜਾਂ ਗਵਰਨਮੈਂਟ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਕੀ ਕੁਝ ਐਫਰਟ ਲਏ ਉਹ ਐਫਰਟ ਕਿੰਨੇ ਕੁ ਕਾਮਯਾਬ ਹੋਏ ਨੇ ਅਰ ਅੱਗੇ ਕੀ ਹੋ ਸਕਦਾ ਆ ਉਹਦੇ ਬਾਰੇ ਗੱਲਬਾਤ ਕਰਨਗੇ ਸਰਦਾਰ ਪਰਮਜੀਤ ਸਿੰਘ ਸਭ ਤੋਂ ਪਹਿਲਾਂ ਫਤਿਹ ਦੀ ਸਾਰਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਤਾਂ ਇਹ ਹੈ ਕਿ ਜਿਹੜਾ ਵਾਤਾਵਰਨ ਦਾ ਮਸਲਾ ਆ ਉਹ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਕੋਈ ਕਿਸੇ ਹੋਰ ਦੇ ਨਾਲ ਜੁੜੀ ਹੋਈ ਗੱਲ ਨਹੀਂ ਹੈਗੀ ਕਿ ਇਹ ਕੋਈ ਸੰਸਥਾਵਾਂ ਦੇ ਮਸਲੇ ਹੋਣ ਕੋਈ ਕਾਰਖਾਨੇਦਾਰਾਂ ਦੇ ਮਸਲੇ ਹੋਣ ਇਹ ਆਪਣੇ ਸਾਰਿਆਂ ਦੇ ਨਾਲ ਜੁੜੀ ਹੋਈ ਗੱਲ ਹੈ ਜਿਹੜੇ ਇਸ ਧਰਤੀ ਦੇ ਉੱਪਰ ਇਸ ਬ੍ਰਹਿਮੰਡ ਦੇ ਵਿੱਚ ਕਈ ਕਈ ਅਣਗਿਣਤ ਗ੍ਰਹਿ ਨੇ ਉਹਨਾਂ ਦੇ ਵਿੱਚੋਂ ਮਨੁੱਖ ਦੀ ਜਾਣਕਾਰੀ ਦੇ ਵਿੱਚ ਸਿਰਫ ਇਹ ਧਰਤੀ ਹੈ ਜਿਹਦੇ ਉੱਪਰ ਜੀਵਨ ਹੈ ਇਹਦੇ ਜੀਵਨ ਦੇ ਜਿਹੜੇ ਮੂਲ ਤੱਤ ਮੰਨੇ ਜਾਂਦੇ ਆ ਉਹਨਾਂ ਦੇ ਵਿੱਚੋਂ ਹਵਾ ਪਾਣੀ ਤੇ ਮਿੱਟੀ ਇਹ ਤਿੰਨੇ ਬੁਨਿਆਦੀ ਤੱਤ ਹੈ ਸੋ ਇਨਾਂ ਤੱਤਾਂ ਤੋਂ ਬਿਨਾ ਉਹਨਾਂ ਦੇ ਵਿੱਚ ਇੱਕ ਸੰਤੁਲਨ ਤੋਂ ਬਿਨਾ ਜ਼ਿੰਦਗੀ ਜਿਹੜੀ ਆ ਉਹ ਕਾਇਮ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਅਸੀਂ ਉਹਨੂੰ ਜਾਣਦੇ ਆ ਸੋ ਇਸ ਕਰਕੇ ਇਹ ਸਾਰੀ ਦੁਨੀਆ ਦੇ ਸਾਹਮਣੇ ਹੀ ਸਵਾਲ ਹੈ ਅੱਜ ਕਿ ਜਿੱਥੇ ਮਨੁੱਖਤਾ ਖੜੀ ਹੈ ਜੇ ਇਸ ਹਾਲਾਤ ਦੇ ਵਿੱਚ ਉਹਦੇ ਵਿੱਚੋਂ ਅੱਗੇ ਸਾਡਾ ਪੁਇਖ ਕੀ ਹੋਊਗਾ ਸੋ ਪੰਜਾਬ ਇੱਕ ਇਸ ਤਰ੍ਹਾਂ ਦਾ ਖਿੱਤਾ ਆ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਆਮ ਇਹ ਗੱਲ ਕਹੀ ਜਾਂਦੀ ਕਿ ਪੰਜਾਬ ਦੇ ਵਿੱਚ ਜਨਮ ਲੈਣਾ ਕਿਸੇ ਨਿਆਮਤ ਤੋਂ ਘੱਟ ਨਹੀਂ ਹੈ ਉਹ ਇਸ ਕਰਕੇ ਕਿਉਂਕਿ ਕੁਦਰਤ ਨੇ ਇਹਨੂੰ ਬੜੇ ਜਰਖੇਜ਼ ਤੱਤਾਂ ਦੇ ਨਾਲ ਨਿਵਾਜਿਆ ਸੋ ਇੱਥੋਂ ਦਾ ਪਾਣੀ ਜਿਹੜਾ ਆ ਉਹ ਮਤਲਬ ਚਾਹੇ ਜ਼ਮੀਨ ਹੇਠਲਾ ਪਾਣੀ ਹੋਵੇ ਚਾਹੇ ਦਰਿਆਵਾਂ ਦਾ ਪਾਣੀ ਹੋਵੇ ਉਹ ਇੱਕ ਬੜਾ ਕੁਦਰਤੀ ਬੜਾ ਮਿੱਠਾ ਸੂਮਾ ਸਿਗਾ ਜ਼ਿੰਦਗੀ ਦਾ ਇਸੇ ਤਰ੍ਹਾਂ ਹੀ ਇੱਥੋਂ ਦੀ ਜਿਹੜੀ ਮਿੱਟੀ ਹੈ ਉਹ ਬਹੁਤ ਉਪਜਾਊ ਬੜੀ ਜਰਖੇਜ਼ ਇਸ ਸਾਰੇ ਆ ਇੰਡੀਅਨ সাব ਕੰਟੀਨੈਂਟ ਹੀ ਨਹੀਂ ਇਹ ਸਾਊਥ ਏਸ਼ੀਆ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਮਤਲਬ ਪਿੱਛੇ ਜੇ ਇੱਕ ਇਕਤਰਤਾ ਸੀਗੀ ਜਿੱਥੇ ਖੇਤੀਬਾੜੀ ਦੇ ਇੱਕ ਆਪਣੇ ਮਾਹਰ ਨੇ ਪੰਜਾਬ ਦੇ ਦਵਿੰਦਰ ਸ਼ਰਮਾ ਉਹਨਾਂ ਨੇ ਕਿਹਾ ਕਿ ਮੌਜੂਦਾ ਜਿਹੜਾ ਪੰਜਾਬ ਆ ਛੋਟਾ ਜਿਹਾ ਜਿਹੜਾ ਆ ਵਾਗੇ ਬਾਰਡਰ ਤੋਂ ਸ਼ੁਰੂ ਹੁੰਦਾ ਆ ਅਟਾਰੀ ਤੋਂ ਤੇ ਸ਼ੰਭੂ ਬੈਰੀਅਰ ਤੇ ਜਾ ਕੇ ਮੁੱਕ ਜਾਂਦਾ ਹੈ ਕਿ ਜੇ ਇਹਨੂੰ ਤੁਸੀਂ ਖੇਤੀ ਉਪਜ ਦੇ ਹਿਸਾਬ ਦੇ ਨਾਲ ਮਾਪੋ ਕਿ ਜਿੰਨੀ ਇੱਥੇ ਐਗਰੀਕਲਚਰ ਪ੍ਰੋਡਿਊਸ ਆ ਤੇ ਇਹ ਦੁਨੀਆ ਦੀਆਂ ਟੌਪ 5 ਕੰਟਰੀਜ਼ ਦੇ ਵਿੱਚ ਇਹਦਾ ਨਾਮ ਆਉਂਦਾ ਹੈ ਇਸ ਛੋਟੇ ਜਿਹੇ ਖਿੱਤੇ ਦਾ ਸੋ ਉਹ ਖਿੱਤੇ ਦੇ ਬਾਰੇ ਦੇ ਵਿੱਚ ਗੱਲ ਹੋ ਰਹੀ ਆਪਣੇ ਸਾਰਿਆਂ ਦੇ ਭੁੱਖ ਦੇ ਬਾਰੇ ਦੇ ਵਿੱਚ ਗੱਲ ਹੋ ਰਹੀ ਤੇ ਜਿਹੜੀ ਗੱਲ ਮਿੱਥੋਂ ਪਹਿਲਾਂ ਬੁਲਾ ਰਿਆ ਨੇ ਕੀਤੀ ਕਿ ਹਾਲਾਤ ਉੱਥੇ ਦੇ ਉੱਥੇ ਹੀ ਨੇ ਭਾਈ ਸਾਹਿਬ ਹੁਣਾਂ ਨੇ ਕਿਹਾ ਸੀਗਾ ਤੇ ਇਸੇ ਤਰ੍ਹਾਂ ਇਹ ਸੰਘਰਸ਼ ਦੀ ਗੱਲ ਜਿਹੜੀ ਆ ਉਹ ਜਸਕੀਰਤ ਹੁਣਾਂ ਨੇ ਕੀਤੀ ਤੇ ਵੀਰਜੀ ਹੁਣਾਂ ਨੇ ਗੱਲ ਕੀਤੀ ਕਿ ਸਾਨੂੰ ਉਦਮ ਜਿਹੜੇ ਆ ਉਹ ਕਰਦੇ ਰਹਿਣਾ ਚਾਹੀਦਾ ਸੋ ਉਸ ਸੰਬੰਧ ਦੇ ਵਿੱਚ ਆਪਾਂ ਦੇਖੀਏ ਕਿ ਜਿੰਨੇ ਪਿਛਲੇ ਸਮੇਂ ਦੇ ਵਿੱਚ ਉਦਮ ਹੋਏ ਨੇ ਜਿਨ੍ਹਾਂ ਦਾ ਜ਼ਿਕਰ ਸੁਖਜੀਤ ਸਿੰਘ ਹੋਣਾ ਨੇ ਕੀਤਾ ਸੋ ਉਹਨਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਹਾਲਾਤ ਨੂੰ ਹੋਰ ਜ਼ਿਆਦਾ ਵਿਗੜਨ ਤੋਂ ਹੀ ਆਪਾਂ ਰੋਕ ਪਾਏ ਆ ਉਹਦੇ ਵਿੱਚ ਕੋਈ ਸੁਧਾਰ ਹੋਇਆ ਹੋਵੇ ਇਸ ਤਰ੍ਹਾਂ ਦੀ ਸਥਿਤੀ ਹਾਲੀ ਨਹੀਂ ਆਈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਹੜੇ ਯਤਨ ਸੀਗੇ ਉਹ ਬੇਈਮਾਨੇ ਹੋ ਗਏ ਕਿਉਂਕਿ ਜੇ ਤੁਸੀਂ ਬਦਤਰੀਨ ਹਾਲਤ ਦੇ ਵਿੱਚ ਨਹੀਂ ਹੈਗੇ ਉਹਦਾ ਕਾਰਨ ਉਹੀ ਸਾਰਾ ਸੰਘਰਸ਼ ਜਾਂ ਉਹ ਸਾਰਾ ਕੁਝ ਹੈ ਦੂਜਾ ਇੱਕ ਇਹ ਗੱਲ ਹੈ ਕਿ ਕੌਣ ਕੌਣ ਲੋਕ ਹੁੰਦੇ ਆ ਜਿਹੜੇ ਇਸ ਬਾਰੇ ਦੇ ਵਿੱਚ ਉਦਦਮ ਕਰਦੇ ਆ ਦੇਖੋ ਉਹੀ ਲੋਕ ਹੁੰਦੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਚਾਹੇ ਉਹ ਸਰਕਾਰਾਂ ਦੇ ਵਿੱਚ ਹੋਣ ਚਾਹੇ ਅਫਸਰशाही ਦੇ ਵਿੱਚ ਹੋਣ ਚਾਹੇ ਉਹ ਆਮ ਲੋਕਾਂ ਦੇ ਵਿੱਚ ਹੋਣ ਅੱਜ ਦੇ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਉਹ ਹੈਗੀ ਬਿਰਤੀ ਦੀ ਕਿਉਂਕਿ ਬਿਰਤੀ ਜਿਹੜੀ ਆ ਸਾਡੀ ਜਾ ਸਾਡਾ ਜਿਹੜਾ ਐਟੀਟਿਊਡ ਆ ਸਾਰਾ ਐਜ਼ ਏ ਮਨੁੱਖਤਾ ਦੇ ਤੌਰ ਦੇ ਉੱਤੇ ਉਹ ਬਿਲਕੁਲ ਮਟੀਰੀਅਲਿਜ਼ਮ ਵੱਲ ਨੂੰ ਖਿੱਚਿਆ ਜਾ ਰਿਹਾ ਹੈ ਜਿਹੜੀ ਚੀਜ਼ ਦੇ ਵਿੱਚੋਂ ਕੋਈ ਭੌਤਿਕ ਫਾਇਦਾ ਨਹੀਂ ਨਿਕਲਦਾ ਕੋਈ ਪਦਾਰਥ ਦਾ ਫਾਇਦਾ ਨਹੀਂ ਨਿਕਲਦਾ ਸਰਕਾਰਾਂ ਜਾਂ ਲੋਕ ਜਾਂ ਵੱਡੇ ਸਰਮਾਇਦਾਰ ਕਾਰਖਾਨੇਦਾਰ ਇੱਥੋਂ ਤੱਕ ਕਿ ਆਮ ਲੋਕ ਵੀ ਉਹਦੇ ਵੱਲ ਨੂੰ ਤਵੱਜੋ ਨਹੀਂ ਦਿੰਦੇ ਇਹੀ ਕਾਰਨ ਹੈ ਕਿ ਜਿੰਨੀਆਂ ਵੱਡੀਆਂ ਦੁਨੀਆ ਦੀਆਂ ਸੰਸਥਾਵਾਂ ਨੇ ਉਹ ਹੁਣੇ ਸੋਚਦੀਆਂ ਆ ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਪ੍ਰੋਗਰਾਮ ਦਾ ਜ਼ਿਕਰ ਕੀਤਾ ਸਸਟੇਨੇਬਲ ਡਿਵੈਲਪਮੈਂਟ ਦਾ ਤੁਸੀਂ ਉਹਨਾਂ ਦਾ ਖੋਲ ਕੇ ਦੇਖ ਲਓ ਵੈਬਸਾਈਟ ਉਹ ਇਹ ਮੰਨਦੇ ਆ ਕਿ ਜੇ ਦੁਨੀਆ ਨੇ ਇੱਕ ਸਸਟੇਨੇਬਲ ਤਰੀਕੇ ਦੇ ਨਾਲ ਡਿਵੈਲਪ ਕਰਨਾ ਆ ਉਹਦੇ ਵਿੱਚ ਧਰਮ ਦਾ ਵਿਸ਼ਵਾਸ ਦਾ ਬੜਾ ਬੁਨਿਆਦੀ ਮਹੱਤਵਪੂਰਨ ਭੂਮਿਕਾ ਹੋਊਗੀ ਕਿਉਂਕਿ ਸਿਰਫ ਧਰਮ ਆ ਇਸ ਦੁਨੀਆ ਦੇ ਵਿੱਚ ਜਿਹੜਾ ਤੁਹਾਨੂੰ ਨਿਸ਼ਕਾਮ ਤੌਰ ਦੇ ਉੱਤੇ ਰਹਿ ਕੇ ਕੰਮ ਕਰਨਾ ਸਿਖਾਉਂਦਾ ਆ ਬਾਕੀ ਜਿੰਨੀ ਸਾਰੀ ਦੌੜ ਦੁਨੀਆ ਦੇ ਵਿੱਚ ਵੱਖ-ਵੱਖ ਵਿਚਾਰ ਆਏ ਫਲਸਫੇ ਆਏ ਤਰੀਕਾਕਾਰ ਆਏ ਸਾਰੇ ਹੀ ਇਹ ਕਹਿੰਦੇ ਆ ਕਿ ਕੁਝ ਕਰੋਗੇ ਤਾਂ ਉਹਦੇ ਬਦਲੇ ਦੇ ਵਿੱਚ ਕੁਝ ਮਟੀਰੀਅਲ ਪ੍ਰਾਪਤੀ ਹੋਵੇ ਸਰਕਾਰਾਂ ਵੀ ਜਿੰਨੀਆਂ ਚੱਲਦੀਆਂ ہیں ਇਹੀ ਕਾਰਨ ਹੈ ਨਾ ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਯਾਦ ਹੈ ਉਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਲਾਅ ਦੇ ਵਿੱਚ ਸੀਗੇ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤਾਂ ਉਨੀ ਇੱਥੇ ਇੰਡਸਟਰੀਲਿਸਟਾਂ ਦੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਉਹਨੇ ਮਸਲਾ ਜਿਹੜਾ ਸੀਗਾ ਉਹ ਚੱਕ ਲਿਆ ਬੁੱਢੇ ਦਰਿਆ ਦਾ ਉਹਦੇ ਪ੍ਰਦੂਸ਼ਣ ਦਾ ਉਹ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਮੀਟਿੰਗ ਦੇ ਵਿੱਚ ਕਾਰਖਾਨੇਦਾਰ ਸੀਗੇ ਤੇ ਉਹਨਾਂ ਨੇ ਰੌਲਾ ਪਾਉਣਾ ਹੀ ਸੀਗਾ ਵੀ ਇਹ ਮਸਲਾ ਚੱਕੋਗੇ ਤਾਂ ਸਾਨੂੰ ਨੁਕਸਾਨ ਹੁੰਦਾ ਜੀ ਉਹਨੇ ਇੱਕ ਗਲਾਸ ਮੰਗਵਾ ਕੇ ਰੱਖਿਆ ਹੋਇਆ ਸੀਗਾ ਨਾਲੇ ਦੇ ਪਾਣੀ ਦਾ ਉਹ ਗਲਾਸ ਟੇਬਲ ਦੇ ਉੱਤੇ ਰੱਖਤਾ ਉਹ ਕਹਿੰਦਾ ਵੀ ਇਹ ਪਾਣੀ ਪੀ ਕੇ ਦਿਖਾ ਦਿਓ ਫਿਰ ਤੁਹਾਡੀ ਗੱਲ ਸੁਣਦੇ ਆ ਪਰ ਉਹ ਗੱਲ ਉਥੇ ਤੱਕ ਹੀ ਰਹੀ ਉਸ ਮੇਜ਼ ਤੱਕ ਹੀ ਉਸ ਮੇਜ਼ ਤੋਂ ਅੱਗੇ ਨਹੀਂ ਗਈ ਕਿਉਂਕਿ ਜਿੰਨੇ ਵੀ ਪੋਲਿਟਿਕਲ ਕਲਾਸ ਆ ਉਹ ਕੋਈ ਨਿਸ਼ਕਾਮ ਤੌਰ ਦੇ ਉੱਪਰ ਜਾਂ ਸੇਵਾ ਦੇ ਵਾਸਤੇ ਨਹੀਂ ਆਏ ਹੁੰਦੇ ਸੋ ਉਸ ਕਰਕੇ ਗੱਲਾਂ ਹੁੰਦੀਆਂ ਨੇ ਪਰ ਉੱਥੇ ਹੀ ਧਰੀਆਂ-ਤਰੀਆਂ ਰਹਿ ਜਾਂਦੀਆਂ ਇਹੀ ਕਾਰਨ ਹੈ ਕਿ ਇੰਨੇ ਲੰਬੇ ਸਮੇਂ ਤੋਂ ਸਟਰਗਲ ਹੁੰਦੀ ਹੈ ਜਾਂ ਵਕ-ਵਕ ਯਤਨ ਹੁੰਦੇ ਆ ਗੱਲਾਂ ਹੁੰਦੀਆਂ ਨੇ ਖਬਰਾਂ ਲੱਗਦੀਆਂ ਆ ਪਰ ਜ਼ਮੀਨੀ ਹਾਲਾਤ ਜਿਹੜੇ ਆ ਉਹ ਬਿਹਤਰੀ ਵੱਲ ਨਹੀਂ ਜਾਂਦੇ ਸੋ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਜਿਹੜੇ ਅੱਜ ਦੁਨੀਆ ਇਹ ਗੱਲ ਮੰਨ ਰਹੀ ਕਿ ਜਿਹੜੇ ਲੋਕ ਵਿਸ਼ਵਾਸ ਦੇ ਨਾਲ ਜੁੜੇ ਹੋਏ ਨੇ ਧਰਮ ਦੇ ਨਾਲ ਜੁੜੇ ਹੋਇਆ ਉਹਨਾਂ ਦੇ ਵਿੱਚ ਨਿਸ਼ਕਾਮਤਾ ਆਉਂਦੀ ਹੈ ਜਾਂ ਸਰਵਿਸ ਦੀ ਜਿਹੜੀ ਭਾਵਨਾ ਆ ਉਹ ਆਉਂਦੀ ਹੈ ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਯੂਨਾਈਟਿਡ ਨੇਸ਼ਨਸ ਦੇ ਵੱਲੋਂ এনवायरमेंट ਦੇ ਉੱਪਰ ਇੱਕ ਪ੍ਰੋਗਰਾਮ ਸੀਗਾ ਇੰਟਰਨੈਸ਼ਨਲ ਲੈਵਲ ਦਾ ਤੇ ਉਹਦੇ ਉੱਪਰ ਉਹਨਾਂ ਨੇ ਵੱਖ-ਵੱਖ ਇੰਟਰਫੇਥ ਕਾਨਫਰੰਸ ਕਰਵਾਈ ਇੱਕ ਜਿਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਸੀਗੇ ਜਾਂ ਆਗੂ ਜਿਹੜੇ ਸੀਗੇ ਉਹਨਾਂ ਨੂੰ ਬੁਲਾਇਆ ਤੇ ਉਹਦੇ ਵਿੱਚ ਪੰਜਾਬ ਤੋਂ ਵੀ ਦੋ ਸ਼ਖਸੀਅਤਾਂ ਜਿਹੜੀਆਂ ਨੇ ਉਹ ਗਈਆਂ ਸੀ ਇੱਕ ਤਾਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਗਏ ਸੀਗੇ ਤੇ ਦੂਜੇ ਬਾਬਾ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਨੇ ਵੇਈਂ ਦੀ ਸਫਾਈ ਦਾ ਜਿਹੜਾ ਪ੍ਰੋਜੈਕਟ ਆ ਉਹ ਕੀਤਾ ਸੀਗਾ ਉੱਥੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਜਨਰਲ ਸੈਕਟਰੀ ਸੀ ਉਹ ਵੀ ਆਏ ਹੋਏ ਸੀਗੇ ਉੱਥੇ ਜਦੋਂ ਸਾਰਿਆਂ ਨੇ ਸਾਰੇ ਜਿੰਨੇ ਵੀ ਫੇਥ ਲੀਡਰਸ ਆਏ ਸੀ ਉਹਨਾਂ ਨੇ ਆਪਣੀ ਆਪਣੀ ਗੱਲ ਰੱਖੀ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਮਤਲਬ ਸਾਡੇ ਧਰਮ ਦੇ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਦੇ ਵਾਸਤੇ ਆਹ ਗੱਲ ਦੱਸੀ ਹੋਈ ਹੈ ਸਭ ਨੇ ਦੱਸਿਆ ਜੋ ਜੋ ਬਿੱਤਰ ਉਹਨਾਂ ਦੇ ਵਿੱਚ ਸੀ ਤਾਂ ਜਿਹੜੇ ਪੰਜਾਬ ਤੋਂ ਸਾਡੇ ਨੁਮਾਇੰਦੇ ਗਏ ਹੋਏ ਸੀਗੇ ਉਹਨਾਂ ਨੇ ਬਾਬਾ ਸੇਵਾ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਇੰਨੇ ਜ਼ਿਆਦਾ ਰੁੱਖ ਜਿਹੜੇ ਆ ਉਹ ਇਸ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲਾਏ ਆ ਐਨੇ ਸਮੇਂ ਤੋਂ ਕਰ ਰਹੇ ਆ ਇੰਨੀਆਂ ਗ੍ਰੀਨ ਬੈਲਟਸ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਖੜੀਆਂ ਕੀਤੀਆਂ ਨੇ ਤੇ ਬਲਬੀਰ ਬਾਬਾ ਬਲਬੀਰ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਿਹੜੀ ਵਹੀ ਸੀਗੀ ਕਿਸ ਤਰੀਕੇ ਦੇ ਨਾਲ ਉਹਨੂੰ ਮੁੜ ਸੁਰਜੀਤ ਕੀਤਾ ਉਹਦੇ ਵਿੱਚ ਜਿਹੜਾ ਪ੍ਰਦੂਸ਼ਿਤ ਪਾਣੀ ਪੈਂਦਾ ਸੀਗਾ ਉਹਦਾ ਜੋ ਵੀ ਹੱਲ ਹੋਇਆ ਦ ਜੁਨਾਈਟਿਡ ਨੇਸ਼ਨਸ ਦੇ ਜਨਰਲ ਸਕੱਤਰ ਨੇ ਕਹੀ ਕਿ ਬਹੁਤ ਚੰਗੀ ਗੱਲ ਹੈ ਕਿ ਸਾਰੇ ਵੀ ਜਿੰਨੇ ਇਹ ਸਾਡੇ ਕੋਲ ਦੁਨੀਆ ਪੱਧਰ ਤੋਂ ਧਰਮ ਦੇ ਆਗੂ ਆਏ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਧਰਮ ਦੇ ਵਿੱਚ ਜਾਂ ਉਹਨਾਂ ਦੇ ਫੇਤ ਦੇ ਵਿੱਚ ਕੀ ਕੀ ਹੈ ਪਰ ਉਹ ਕਹਿੰਦੇ ਵੀ ਅੱਜ ਦੀ ਇਸ ਸਭਾ ਦੇ ਵਿੱਚ ਇਹ ਪੰਜਾਬ ਦੇ ਦੋ ਨੁਮਾਇੰਦੇ ਆ ਜਿਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿ ਸਾਨੂੰ ਕੀ ਹਦਾਇਤ ਕੀਤੀ ਗਈ ਹੈ ਸਾਡੇ عقیده ਜਾਂ ਸਾਡੇ ਵਿਸ਼ਵਾਸ ਦੇ ਵੱਲੋਂ ਪੀ ਤੁਸੀਂ ਵਾਤਾਵਰਨ ਦੀ ਸੰਭਾਲ ਲਈ ਕੀ ਕਰਨਾ ਬਲਕਿ ਜਿਨ੍ਹਾਂ ਨੇ ਇਹ ਗੱਲ ਦੱਸੀ ਕਿ ਅਸੀਂ ਵਾਤਾਵਰਨ ਦੀ ਸੰਭਾਲ ਲਈ ਆਹ ਕੰਮ ਕੀਤਾ ਆ ਸੋ ਇਹ ਪੰਜਾਬ ਦੀ ਇੱਕ ਲਿਗੇਸੀ ਰਹੀ ਹੈ ਪੰਜਾਬ ਦੀ ਇੱਕ ਵਿਰਾਸਤ ਰਹੀ ਹੈ ਕਿ ਸਰਬਾਤ ਦੇ ਭਲੇ ਦੇ ਵਾਸਤੇ ਲੋਕਾਈ ਦੇ ਭਲੇ ਦੇ ਵਾਸਤੇ ਜਾਂ ਕੁਦਰਤ ਦੀ ਭਲਾਈ ਦੇ ਵਾਸਤੇ ਠੋਸ ਕਦਮ ਜਾਂ ਠੋਸ ਯਤਨ ਜਿਹੜੇ ਆ ਉਹ ਹੁੰਦੇ ਰਹੇ ਨੇ ਜ਼ਿਆਦਾਤਰ ਇਦਾਂ ਹੁੰਦਾ ਕਿ ਜਿਹੜੀ ਮਾੜੀ ਚੀਜ਼ ਹੁੰਦੀ ਉਹ ਆਪਣਾ ਪ੍ਰਚਾਰ ਆਪੇ ਕਰ ਲੈਂਦੀ ਮਨੁੱਖ ਦੀ ਵੀ ਬਿਰਤੀ ਹੁੰਦੀ ਆ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਦੇ ਆ ਇੱਕ ਨੈਗੇਟਿਵ ਪੋਸਟ ਹੁੰਦਾ ਇਸ ਗੱਲ ਦੇ ਉੱਪਰ ਰਿਸਰਚ ਆ ਗਈ ਬਹੁਤ ਜ਼ਿਆਦਾ ਯੂਨੀਵਰਸਟੀਆਂ ਜਾਂ ਹੋਰਨਾਂ ਅਦਾਰਿਆਂ ਦੇ ਵੱਲੋਂ ਕਿਉਂਕਿ ਮਨੁੱਖ ਦੀ ਬੁਨਿਆਦੀ ਫਿਤਰਤ ਹੈ ਕਿ ਉਹ ਨਕਾਰਾਤਮਕ ਚੀਜ਼ ਨੂੰ ਜ਼ਿਆਦਾ ਦੇਖਦਾ ਤੇ ਪ੍ਰਚਾਰਦਾ ਆ ਜਿਹੜੀ ਚੰਗੀ ਚੀਜ਼ ਹੈ ਉਹਦੀ ਚਰਚਾ ਘੱਟ ਹੁੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਮਾਜ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਚੰਗਿਆਈ ਖਤਮ ਹੋ ਗਈ ਆਪਾਂ ਆਮ ਉਦਾਹਰਨ ਲੈ ਲੈਨੇ ਆ ਖੇਤੀ ਦੀ ਕਿ ਨਦੀਨ ਨੂੰ ਕਦੀ ਨਹੀਂ ਉਹਦੀ ਪਰਵਰਿਸ਼ ਕਰਨੀ ਪੈਂਦੀ ਉਹਨੂੰ ਪਾਲਣਾ ਪੈਂਦਾ ਫਸਲ ਪਾਲਣੀ ਪੈਂਦੀ ਹੈ ਸੋ ਇੱਕ ਮਿਸਾਲ ਆ ਕਿ ਚੰਗਿਆਈ ਜਿਹੜੀ ਹੈ ਉਹਨੂੰ ਅੱਗੇ ਰੱਖਣਾ ਪੈਂਦਾ ਹਮੇਸ਼ਾ ਜਿਹੜੀ ਨਕਾਰਾਤਮਕ ਚੀਜ਼ ਆ ਉਹ ਆਪਣੇ ਆਪ ਫੈਲਦੀ ਹੈ ਸੋ ਇਸ ਸਾਰੇ ਸੰਦਰਭ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਵੀ ਯਤਨ ਹੋਏ ਨੇ ਖਾਸ ਤੌਰ ਦੇ ਉੱਪਰ ਜਿਹੜੇ ਸੰਘਰਸ਼ ਹੋਏ ਆ ਉਹਨਾਂ ਦੇ ਵਿੱਚੋਂ ਜੇਕਰ ਆਪਾਂ ਜਿਸ ਤਰ੍ਹਾਂ ਮੱਤੇਵਾੜੇ ਦੀ ਗੱਲ ਹੋਈ ਜ਼ੀਰੇ ਮੋਰਚੇ ਦੀ ਗੱਲ ਹੋਈ ਜਾਂ ਉਸ ਤੋਂ ਇਲਾਵਾ ਕਾਲਸ ਸੰਗੀਆਂ ਟ੍ਰੇਨ ਦੀ ਸਟਰਗਲ ਦੀ ਗੱਲ ਹੋਈ ਜਾਂ ਇਸੇ ਤਰ੍ਹਾਂ ਹੀ ਇੱਕ ਪੇਪਰ ਮਿਲ ਜਿਹੜੀ ਆ ਉਹ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਲੱਗਣ ਦਾ ਜਦੋਂ ਵਿਚਾਰ ਆਇਆ ਤੇ ਕਿਉਂਕਿ ਜੋ ਲੁਧਿਆਣੇ ਦੀ ਸਥਿਤੀ ਬਣੀ ਹੋਈ ਹੈ ਉਹਨੂੰ ਦੇਖਦਿਆਂ ਹੋਇਆਂ ਉਸ ਇਲਾਕੇ ਦੇ ਜਿਹੜੇ ਪਿੰਡ ਸੀਗੇ ਉਹਨਾਂ ਨੇ ਸਟਰਗਲ ਕਰਕੇ ਉਸ ਪ੍ਰੋਜੈਕਟ ਨੂੰ ਉੱਥੇ ਹੀ ਰੁਕਵਾ ਦਿੱਤਾ ਕਿ ਜਦੋਂ ਸਾਡੇ ਸਾਹਮਣੇ ਮਿਸਾਲ ਪਈ ਹੋਈ ਹੈ ਕਿ ਲੁਧਿਆਣੇ ਦੇ ਵਿੱਚ ਜਿਹੜੀ ਇਹ ਕਾਰਖਾਨੇਦਾਰੀ ਇਸ ਤਰ੍ਹਾਂ ਦੀ ਲੱਗੀ ਕਿ ਜਿਹਦੇ ਕਰਕੇ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਹੈ ਫਿਰ ਕਾਲੇ ਅੰਬ ਜਿਹੜਾ ਹਿਮਾਚਲ ਦੇ ਵਿੱਚ ਆ ਉਸੇ ਹੀ ਉਸੇ ਹੀ ਕੰਪਨੀ ਦੀ ਇੱਕ ਪੇਪਰ ਮਿਲ ਜਿਹੜੀ ਆ ਉੱਥੇ ਸੀਗੀ ਨੌਜਵਾਨ ਉੱਥੇ ਗਏ ਉਹਨਾਂ ਨੇ ਉੱਥੇ ਜਾ ਕੇ ਉਥੋਂ ਦੀ ਵੀਡੀਓਗ੍ਰਾਫੀ ਕੀਤੀ ਉਥੋਂ ਦੀ ਸਾਰੀ ਸਥਿਤੀ ਦੇਖੀ ਤੇ ਆ ਕੇ ਆਪ ਦੇ ਲੋਕਾਂ ਨੂੰ ਆ ਕੇ ਦੱਸਿਆ ਕਿ ਜਿੱਥੇ ਪਹਿਲਾ ਮਿਲ ਲੱਗੀ ਹੋਈ ਆ ਕਾਲਾ ਮਕਿ ਉੱਥੇ ਇਸ ਤਰੀਕੇ ਦੇ ਨਾਲ ਜਿਹੜਾ ਕੁਦਰਤੀ ਡਰੇਨਾਂ ਨੇ ਉਹਨਾਂ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਆਪਣੇ ਇਲਾਕੇ ਦੇ ਵਿੱਚ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਇਹ ਵੀ ਹੈਗਾ ਕਿ ਉੱਥੇ ਪਾਣੀ ਦਾ ਲੈਵਲ ਬਹੁਤ ਉੱਪਰ ਆ ਦਰਿਆ ਦਾ ਇਲਾਕਾ ਹੋਣ ਕਰਕੇ ਸੋ ਪਾਣੀ ਦਾ ਪੱਧਰ ਉੱਪਰ ਹੋਣ ਕਰਕੇ ਜ਼ਮੀਨ ਰੇਤਲੀ ਹੋਣ ਕਰਕੇ ਜੇਕਰ ਉੱਥੇ ਕੋਈ ਵੀ ਅਜਿਹੀ ਇੰਡਸਟਰੀ ਲੱਗਦੀ ਹੈ ਜीडीके ਸਰਫੇਸ ਦੇ ਉੱਪਰ ਪੋਲਿਊਟਡ ਵਾਟਰ ਛੱਡੂਗੀ ਤੇ ਉਹਦੇ ਨਾਲ ਜ਼ਮੀਨ ਦੇ ਹੇਠਲਾ ਪਾਣੀ ਜਿਹੜਾ ਆ ਉਹ ਵੀ ਖਰਾਬ ਹੋਣ ਦੇ ਅਸਰ ਜ਼ਿਆਦਾ ਸੀਗੇ ਸੋ ਇਸ ਕਰਕੇ ਉਹਨੂੰ ਵੀ ਉੱਥੇ ਰੁਕਵਾ ਲਿਆ ਗਿਆ ਬਾਕੀ ਇਹ ਆ ਕਿ ਕਿਸੇ ਵੀ ਮਸਲੇ ਦੇ ਹੱਲ ਦੇ ਵਾਸਤੇ ਦੋ ਤਿੰਨ ਪੱਧਰ ਹੁੰਦੇ ਸਭ ਤੋਂ ਪਹਿਲਾਂ ਹੁੰਦਾ ਜ਼ਿੰਮੇਵਾਰੀ ਦੇ ਅਹਿਸਾਸ ਦਾ ਉਹੀ ਬੰਦਾ ਚੱਲਦਾ ਆ ਜਿਹਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਇਸ ਧਰਤੀ ਦੇ ਉੱਪਰ ਜੇ ਰਹਿ ਰਹੇ ਆ ਤਾਂ ਸਾਡੇ ਕੁਝ ਫਰਜ਼ ਬਣਦੇ ਨੇ ਇਸ ਕੁਦਰਤ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਆਪਣੇ ਆਉਣ ਵਾਲੇ ਪੁੱਖ ਦੀਆਂ ਪੀੜੀਆਂ ਦੇ ਪ੍ਰਤੀ ਕੱਲੀਆਂ ਮਨੁੱਖ ਦੀਆਂ ਨਹੀਂ ਜਿੰਨਾ ਵੀ ਜੀਵ ਜੰਤ ਚਾਹੇ ਉਹ ਬਨਸਪਤੀ ਦੇ ਰੂਪ ਦੇ ਵਿੱਚ ਐ ਸੂਖਸ਼ਮ ਜੀਵਨ ਦੇ ਰੂਪ ਚ ਐ ਪਸ਼ੂ ਪੰਛੀ ਧਰਤੀ ਸਾਰਿਆਂ ਦੀ ਸਾਂਝੀ ਐ ਸੋ ਉਹਨਾਂ ਸਾਰੀ ਜੀਵਨ ਹੋਣ ਦੇ ਪ੍ਰਤੀ ਸਾਡੇ ਕੁਝ ਫਰਜ਼ ਹੈਗੇ ਇੱਕ ਤਾਂ ਉਹ ਜ਼ਿੰਮੇਵਾਰੀ ਦਾ ਅਹਿਸਾਸ ਹੈ ਦੂਸਰੀ ਗੱਲ ਸਦਾ ਹੁੰਦੀ ਜਾਣਕਾਰੀ ਦੀ ਕਿਉਂਕਿ ਸਮਾਜ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਉਦਮ ਕਰਨਾ ਆ ਤਾਂ ਬਿਨਾ ਜਾਣਕਾਰੀ ਤੋਂ ਨਹੀਂ ਹੋ ਸਕਦਾ ਸੋ ਸਭ ਤੋਂ ਵੱਡੀ ਜ਼ਰੂਰਤ ਇੱਥੇ ਹੁੰਦੀ ਹੈ ਜਾਣਕਾਰੀ ਦੀ ਕਿਉਂਕਿ ਜਿਹੜਾ ਸਿਸਟਮ ਬਣਿਆ ਹੋਇਆ ਆ ਉਹਦੇ ਵੱਲੋਂ ਹਰ ਸੰਭਵ ਤਰੀਕੇ ਦੇ ਨਾਲ ਤੁਹਾਨੂੰ ਰੋਕਿਆ ਜਾਊਗਾ ਰੋਕਣ ਤੋਂ ਅੱਗੇ ਵਧਣ ਤੋਂ ਆਪਾਂ ਤਾਂ ਹੀ ਬਚ ਸਕਦੇ ਜੇਕਰ ਸਾਡੇ ਵਿੱਚ ਜਾਣਕਾਰੀ ਹੋਵੇ ਸੋ ਇੱਥੇ ਸਭ ਤੋਂ ਵੱਧ ਮਿਹਨਤ ਜਿਹੜੀ ਹੈ ਉਹ ਲਾਉਣ ਦੀ ਜ਼ਰੂਰਤ ਹੁੰਦੀ ਕਿਸੇ ਵੀ ਮਸਲੇ ਬਾਰੇ ਜਦੋਂ ਆਪਾਂ ਨੂੰ ਜਾਣਨਾ ਆ ਜਿੰਨੇ ਵੀ ਬੰਦਿਆਂ ਨੇ ਉਹਦੇ ਉੱਪਰ ਪਹਿਲਾਂ ਕੰਮ ਕੀਤਾ ਸਾਰਿਆਂ ਨੂੰ ਸਤਿਕਾਰ ਦੇ ਨਾਲ ਮਿਲਣਾ ਚਾਹੀਦਾ ਮਨੁੱਖ ਦਾ ਇਹ ਫਾਇਦਾ ਹੈਗਾ ਆ ਜਾਂ ਸਮੁੱਚੀ ਜਿੰਨੀ ਮਨੁੱਖੀ ਜਾਤ ਆ ਉਹਦੇ ਵਿੱਚ ਕਿ ਜੋ ਇੱਕ ਜੀ ਨੇ ਤਜਰਬਾ ਲਿਆ ਤੁਹਾਨੂੰ ਉਹ ਦੁਬਾਰਾ ਸਾਰੇ ਉਸ ਅਮਲ ਦੇ ਵਿੱਚ ਉਲੰਘਣ ਦੀ ਲੋੜ ਨਹੀਂ ਤੁਸੀਂ ਉਹਦੇ ਐਕਸਪੀਰੀਅੰਸ ਤੋਂ ਫਾਇਦਾ ਲੈ ਸਕਦੇ ਆ ਆਪਣੀ ਜਿੰਨੀ ਪੜ੍ਹਾਈ ਹੈ ਇੰਜੀਨੀਅਰਿੰਗ ਦੀ ਹੁਣ ਸਾਰੇ ਜਿੰਨੀ ਜਿੰਨਾ ਕੁਝ ਤੁਹਾਨੂੰ ਪੜਾਇਆ ਜਾਂਦਾ ਕਿਸੇ ਸਮੇਂ ਕਿਸੇ ਨੇ ਇਹ ਚੀਜ਼ਾਂ ਸਿੱਧ ਕੀਤੀਆਂ ਸੀਗੀਆਂ ਤਾਂ ਹੁਣ ਜਦੋਂ ਤੁਹਾਨੂੰ ਦੱਸਿਆ ਜਾਂਦਾ ਤਾਂ ਦੱਸ ਕੇ ਹੀ ਉਹਦੇ ਬਾਰੇ ਦੇ ਵਿੱਚ ਸਮਝਾਇਆ ਜਾ ਸਕਦਾ ਸੋ ਜਾਣਕਾਰੀ ਇਕੱਤਰ ਕੀਤੀ ਜਾਵੇ ਉਸ ਤੋਂ ਅਗਲਾ ਕਦਮ ਹੁੰਦਾ ਜਾਗਰੂਕਤਾ ਦਾ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੈ ਪਰ ਤੁਸੀਂ ਓਨੀ ਦੇਰ ਤੱਕ ਲਾਮਬੰਦੀ ਨਹੀਂ ਕਰ ਸਕਦੇ ਜਿੰਨੇ ਚਿਰ ਤੱਕ ਹੋਰ ਲੋਕ ਉਸ ਚੀਜ਼ ਨੂੰ ਜਾਣਨ ਵਾਲੇ ਨਾ ਹੋਣ ਸੋ ਅਗਲਾ ਕਦਮ ਜਿਹੜਾ ਆ ਉਹ ਜਾਗਰੂਕਤਾ ਦਾ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਲਾਮਬੰਦੀ ਹੁੰਦੀ ਹੈ ਤੇ ਲਾਮਬੰਦੀ ਤੋਂ ਬਾਅਦ ਜਾ ਕੇ ਸੰਘਰਸ਼ ਹੁੰਦਾ ਜਿਹਦੇ ਵਾਸਤੇ ਵੱਖ-ਵੱਖ ਰੂਪ ਉਹਦੇ ਹੋ ਸਕਦੇ ਜਿਸ ਤਰ੍ਹਾਂ ਕਾਨੂੰਨੀ ਚਾਰਾ ਜੋਈ ਉਹਦਾ ਇੱਕ ਰੂਪ ਹੈਗਾ ਜਿਹੜੀ ਐਨਜੀਟੀ ਜਾਂ ਹੋਰ ਨਾ ਥਾਵਾਂ ਦੇ ਉੱਪਰ ਹੁੰਦੀ ਹੈ ਪਰ ਜਿੱਦਾਂ ਦਾ ਇੰਡੀਆ ਦਾ ਸਿਸਟਮ ਹੈ ਉਹਦੇ ਵਿੱਚ ਇਹ ਆ ਕਿ ਤੁਸੀਂ ਇਸ ਗੱਲ ਦੇ ਉੱਪਰ ਵੀ ਨਿਸ਼ਚਿੰਤ ਹੋ ਕੇ ਨਹੀਂ रह ਸਕਦੇ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਤੁਸੀਂ ਬੜੇ ਪੁਖਤਾ ਤਰੀਕੇ ਦੇ ਨਾਲ ਸਚੱਜੀ ਜਾਣਕਾਰੀ ਲੈ ਕੇ ਚਲੇ ਗਏ ਉੱਥੋਂ ਸਹੀ ਫੈਸਲਾ ਆ ਜਾਊਗਾ ਜੇ ਸਹੀ ਫੈਸਲਾ ਆ ਵੀ ਜਾਵੇ ਫਿਰ ਵੀ ਇਸ ਗੱਲ ਦੀ ਸ਼ੋਰਟ ਹੀ ਨਹੀਂ ਹੈਗੀ ਕਿ ਉਹ ਇੰਪਲੀਮੈਂਟ ਹੋ ਜਾਊਗਾ ਅਸੀਂ 2021 ਦੇ ਵਿੱਚ ਜਲ ਚੇਤਨਾ ਯਾਤਰਾ ਕੀਤੀ ਉਸ ਸਮੇਂ ਅਸੀਂ ਰੋਪੜ ਦੇ ਵਿੱਚ ਇੱਕ ਆਗੂ ਨੂੰ ਮਿਲੇ ਜਿਹੜੇ ਕਿ ਹੁਣ ਉੱਥੇ ਐਮਐਲਏ ਨੇ ਲੋਕਲ ਐਮਐਲ ਨੇ ਸਾਡੇ ਉਹ ਲਾਅ ਦੇ ਵਿੱਚ ਜੂਨੀਅਰ ਹੁੰਦੇ ਸੀਗੇ ਸੋ ਜਦੋਂ ਉਹਨਾਂ ਨੂੰ ਮਿਲੇ ਕਿਉਂਕਿ ਉਹਨਾਂ ਨੇ ਉੱਥੇ ਜਿਹੜੀ ਇਲੈਗਲ ਮਾਈਨਿੰਗ ਹੋਈ ਸੀ ਉਹਦਾ ਕੇਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚੋਂ ਲੈ ਕੇ ਗਏ ਸੀਗੇ ਸੋ ਇਸ ਕਰਕੇ ਸਾਡੀ ਇੱਛਾ ਸੀਗੀ ਕਿ ਉਹਨਾਂ ਨੂੰ ਮਿਲਿਆ ਜਾਵੇ ਕਿ ਉਹ ਕਿਸ ਤਰ੍ਹਾਂ ਉਹ ਸਾਰੀ ਸਟਰਗਲ ਹੋਈ ਪਿੰਡਾਂ ਦੇ ਲੋਕਾਂ ਨੇ ਕਿਸ ਤਰ੍ਹਾਂ ਸਹਿਯੋਗ ਕੀਤਾ ਕਿਉਂਕਿ ਉਹਦੇ ਵਿੱਚ ਬੜਾ ਵੱਡਾ ਫੈਸਲਾ ਆਇਆ ਸੀ 610 ਕਰੋੜ ਰੁਪਏ ਦਾ ਜੁਰਮਾਨਾ ਮਾਈਨਿੰਗ ਕੰਪਨੀਆਂ ਨੂੰ ਹੋਇਆ ਸੀਗਾ ਸੋ ਜਦੋਂ ਅਸੀਂ ਉਹਨਾਂ ਨੂੰ ਮਿਲੇ ਉਹ ਕਹਿੰਦੇ ਜੀ ਦੇਖੋ ਨੈਸ਼ਨਲ ਗ੍ਰੀਨ ਟਰਬਨਲ ਇੱਕ ਬਿਨਾ ਦੰਦਾਂ ਵਾਲਾ ਜੀਵ ਆ ਜਿਹੜਾ ਮਤਲਬ ਤੁਹਾਨੂੰ ਹਾਫ ਭਾਵਤਾ ਦਿਖਾ ਸਕਦਾ ਪਰ ਦੰਦੀ ਨਹੀਂ ਵੱਡ ਸਕਦਾ ਕਿਉਂਕਿ ਨੈਸ਼ਨਲ ਗ੍ਰੀਨ ਟੈਰਬਨਲ ਦੇ ਕੋਲ ਆਪਣੇ ਹੀ ਕੀਤੇ ਹੋਏ ਫੈਸਲਿਆਂ ਨੂੰ ਇੰਪਲੀਮੈਂਟ ਕਰਨ ਦੇ ਲਈ ਲੋੜੀਂਦੀ ਬਿਊਰੋਕ੍ਰੈਟਿਕ ਫੋਰਸ ਜਿਹੜੀ ਆ ਉਹ ਨਹੀਂ ਹੈਗੀ ਸੋ ਕਹਿੰਦੇ ਜੀ ਅਸੀਂ ਫੈਸਲਾ 610 ਕਰੋੜ ਰੁਪਏ ਦਾ ਜੁਰਮਾਨਾ ਹੋ ਗਿਆ ਉਹ 610 ਕਰੋੜ ਰੁਪਏ ਦਾ ਜੁਰਮਾਨਾ ਰਿਕਵਰ ਕਰਨ ਦੀ ਪਾਵਰ ਜਿਹੜੀ ਆ ਉਹ ਐਨਜੀਟੀ ਦੇ ਕੋਲ ਹੈ ਨਹੀਂਗੀ ਉਹਦੀ ਜਿਹੜੀ ਪਾਵਰ ਆ ਉਹ ਤਹਿਸੀਲਦਾਰ ਦੇ ਕੋਲ ਆ ਜਾਂ ਮੈਜਿਸਟ੍ਰੇਟ ਦੇ ਕੋਲ ਆ ਤੇ ਮੈਜਿਸਟ੍ਰੇਟ ਜਿਹੜਾ ਆ ਉਹ ਸਰਕਾਰ ਦੇ ਪ੍ਰਭਾਵ ਦੇ ਹੇਠ ਚੱਲਦਾ ਹੈ ਇਸ ਕਰਕੇ ਉਹ ਕਹਿੰਦੇ ਵੀ ਜਦੋਂ ਅਸੀਂ ਵਾਰ-ਵਾਰ ਗਏ ਵੀ ਕੰਟੈਂਪਟ ਪਟੀਸ਼ਨ ਵੀ ਲੈ ਕੇ ਗਏ ਕਿ ਐਨਜੀਟੀ ਦਾ ਫੈਸਲਾ ਆਇਆ 610 ਕਰੋੜ ਰੁਪਏ ਰਿਕਵਰ ਨਹੀਂ ਹੋ ਰਿਹਾ ਉਹ ਕਹਿੰਦੇ ਕਿ ਮਤਲਬ ਉਹਦੀ ਫਿਰ ਵੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਹੀਂ ਹੋ ਸਕੀ ਪਰ ਅੱਜ ਦੀ ਉਸ ਫੈਸਲੇ ਦੀ ਕੀ ਸਥਿਤੀ ਹੈ ਇਹ ਵੀ ਗੱਲ ਦੇਖਣ ਵਾਲੀ ਹੈ ਕਿਉਂਕਿ ਹੁਣ ਤਾਂ ਪੰਜਾਬ ਦੇ ਵਿੱਚ ਸਰਕਾਰ ਵੀ ਉਸੇ ਪਾਰਟੀ ਦੀ ਹੈ ਤੇ ਉਹੀ ਸ਼ਖਸ ਜਿਨ੍ਹਾਂ ਨੇ ਉਹ ਫੈਸਲਾ ਕਰਵਾਇਆ ਸੀਗਾ ਇੰਨੀ ਜਦੋਂ ਜਹਿਦ ਕਰਕੇ ਉਹ ਲੋਕਲ ਐਮਐਲਏ ਨੇ ਤੇ ਪਿਛਲੇ ਸਮੇਂ ਦੇ ਦੌਰਾਨ ਜੋ ਮੇਰੇ ਧਿਆਨ ਦੇ ਵਿੱਚ ਇੱਕ ਖਬਰ ਆਈ ਹੋਈ ਇਹ ਆਈ ਸੀ ਕਿ ਉਹ ਆਪਣੀ ਹੀ ਸਰਕਾਰ ਦੇ ਮੰਤਰੀ ਨੂੰ ਮੈਮੋਰੰਡਮ ਦੇ ਰਹੇ ਸੀਗੇ ਕਿ ਆਹ ਫੈਸਲਾ ਹੋਇਆ ਸੀਗਾ ਜੀ ਇਹਨੂੰ ਇੰਪਲੀਮੈਂਟ ਕਰਵਾਓ ਸੋ ਉਸ ਤੋਂ ਬਾਅਦ ਮੇਰੇ ਧਿਆਨ 'ਚ ਨਹੀਂ ਆਇਆ ਕਿ ਉਹ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ ਕਹਿਣ ਦਾ ਭਾਵੇਂ ਆ ਕਿ ਇਹ ਇੱਕ ਜਿਸ ਤਰ੍ਹਾਂ ਇਹ ਜ਼ਿੰਦਗੀ ਦਾ ਵੀ ਇੱਕ ਸੂਲ ਹੈਗਾ ਕਿ ਇਹਦੇ ਵਿੱਚ ਕਦੀ ਵੀ ਟਿਕਾ ਨਹੀਂ ਆਉਂਦਾ ਹੈਗਾ ਆਪਾਂ ਕਹੀਏ ਵੀ ਜ਼ਿੰਦਗੀ ਸਦਾ ਇੱਕ ਸਮਾਨ ਸਿੱਧੀ ਰੇਖਾ ਵਾਂਗੂ ਚੱਲਦੀ ਰਹੇ ਇਦਾਂ ਕਦੀ ਨਹੀਂ ਹੁੰਦਾ ਇਹਦੇ 'ਚ ਸਦਾ ਹੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਆ ਸਟਰਗਲ ਜ਼ਿੰਦਗੀ ਦਾ 파ਟ ਨਹੀਂ ਹੁੰਦੀ ਇੱਕ ਤਰ੍ਹਾਂ ਦੇ ਨਾਲ ਸਟਰਗਲ ਹੀ ਜ਼ਿੰਦਗੀ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਸਾਡਾ ਸਭ ਤੋਂ ਬੁਨਿਆਦੀ ਮਸਲਾ ਆ ਕਿਉਂਕਿ ਇਹ ਸਾਰੇ ਜੀਵਨ ਹੋਣ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ এনवायरमेंट ਦਾ ਤੇ ਇਸ ਕਰਕੇ ਇਹਦੇ ਵਿੱਚ ਵੀ ਲਗਾਤਾਰ ਸੰਘਰਸ਼ ਰਹਿਣਾ ਆ ਜਿਹੜੇ ਬੰਦੇ ਮਸਲਾ ਇਹ ਹੁੰਦਾ ਕਿ ਆਪਾਂ ਆਪਣੀ ਭੂਮਿਕਾ ਪਛਾਣੀਏ ਜਿਹੜੇ ਬੰਦੇ ਪੋਲਿਟਿਕਲ ਪਾਵਰ ਦੇ ਪਿੱਛੇ ਜਾਂਦੇ ਆ ਕਿਸੇ ਵੀ ਬੰਦੇ ਨੇ ਕਿੰਨੀਆਂ ਚੰਗੀਆਂ ਗੱਲਾਂ ਕਰ ਲਈਆਂ ਕਿੰਨੇ ਚੰਗੇ ਨਾਰੇ ਦੇ ਲਏ ਕਿੰਨਾ ਕੁਝ ਕਰ ਲਿਆ ਕਿੰਨੀ ਲਾਮਬੰਦੀ ਕਰ ਲਈ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ ਅਸਲੀ ਪਰ ਖੋਦਣ ਹੋਣੀ ਹੈ ਜਿੱਦਣ ਤੁਹਾਡੇ ਹੱਥ ਵਿੱਚ ਤਾਕਤ ਹੋਈ ਕਿਸੇ ਵੀ ਫੈਸਲੇ ਨੂੰ ਇੰਪਲੀਮੈਂਟ ਕਰਨ ਦੀ ਉਸ ਦਿਨ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ ਸੋ ਇਹ ਗੱਲ ਨੂੰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਬਾਕੀ ਤੁਸੀਂ ਸਾਰੇ ਨੌਜਵਾਨੋ ਸੋ ਇਸ ਨੂੰ ਇਸ ਤਰ੍ਹਾਂ ਨਾ ਜਾਣਿਆ ਜਾਵੇ ਕਿ ਸਾਡੇ ਕਾਲਜ ਦੇ ਵਿੱਚ ਇੱਕ ਵਾਤਾਵਰਣ ਦੇ ਮਸਲੇ ਦੇ ਉੱਪਰ ਚਰਚਾ ਹੋਈ ਸੀ ਤੇ ਇਹ ਵੀ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਪਰ ਜਾ ਕੇ ਹੀ ਹੱਲ ਹੋਣਾ ਤੇ ਆਪਾਂ ਨੂੰ ਲੱਗੇ ਕਿ ਨਹੀਂ ਨਹੀਂ ਇਹ ਤਾਂ ਹੱਲ ਹੀ ਨਹੀਂ ਹੋ ਸਕਦਾ ਆਪਾਂ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕਰੀਏ ਸੋ ਜਿਹੜੀ ਵੀ ਕੋਈ ਸਟਰਗਲ ਹੁੰਦੀ ਹੈ ਉਹਦੇ ਵਿੱਚ ਆਪਾਂ ਆਪਣੇ ਤਰੀਕੇ ਦੇ ਨਾਲ ਹਿੱਸਾ ਲੈ ਸਕਦੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਲੋਕ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਸਕਦੇ ਆ ਤੁਹਾਡੇ ਚੋਂ ਕਿਸੇ ਦੀ ਰਿਸਰਚ ਵਾਲੀ ਬਿਰਤੀ ਹੋਵੇ ਤਾਂ ਤੁਸੀਂ ਕਿਸੇ ਵੀ ਮਾਮਲੇ ਦੇ ਉੱਪਰ ਖੋਜ ਪੜਤਾਲ ਕਰਕੇ ਜਿਹੜੇ ਫੈਕਟਸ ਐਂਡ ਫਿਗਰ ਨੇ ਉਹ ਰੱਖ ਸਕਦੇ ਹੋ ਜਿਸ ਤਰ੍ਹਾਂ ਤੁਹਾਡੇ ਟੀਚਰ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਵਿਦਿਆਰਥੀਆਂ ਵੱਲੋਂ ਤੇ ਇਹਨਾਂ ਦੇ ਵੱਲੋਂ ਖੋਜ ਕੀਤੀ ਗਈ ਤੁਸੀਂ ਉਹਨੂੰ ਬਰੀਫ ਕਰਕੇ ਕਿਸੇ ਪ੍ਰੈਜ਼ੈਂਟੇਬਲ ਫਾਰਮ ਦੇ ਵਿੱਚ ਲਿਆਓ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਇਹਨਾਂ ਦੀ ਕੀਤੀ ਹੋਈ ਜਿਹੜੀ ਖੋਜ ਆ ਉਹ ਲੋਕਾਂ ਤੱਕ ਪਹੁੰਚੇ ਸੋ ਇਸੇ ਤਰੀਕੇ ਦੇ ਨਾਲ ਹੀ ਵੱਖ-ਵੱਖ ਖੁੱਦਮ ਜਿਹੜੇ ਆ ਉਹਨਾਂ ਦੇ ਵਿੱਚ ਹਿੱਸੇ ਲੈਂਦੇ ਰਹਿਣਾ ਚਾਹੀਦਾ ਇਹ ਦੇਖਣਾ ਚਾਹੀਦਾ ਕਿ ਘੱਟੂ-ਘੱਟ ਜੇਕਰ ਅਸੀਂ ਕਿਸੇ ਸਮੱਸਿਆ ਦਾ ਹੱਲ ਕਰਨ ਦੇ ਵਿੱਚ ਬਹੁਤਾ ਯੋਗਦਾਨ ਨਹੀਂ ਪਾ ਰਹੇ ਤਾਂ ਘੱਟੋ ਘੱਟ ਕਿਸੇ ਸਮੱਸਿਆ 'ਚ ਵਾਧਾ ਨਾ ਕਰ ਰਹੇ ਹੋਈਏ ਛੋਟੀਆਂ ਛੋਟੀਆਂ ਗੱਲਾਂ ਆਪਦੀ ਜ਼ਿੰਦਗੀ ਦੀ ਤਰਜ਼ ਜ਼ਿੰਦਗੀ ਹੈਗੀ ਆ ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਢਾਲੀਏ ਕਿ ਜਿਹੜਾ ਪ੍ਰਦੂਸ਼ਣ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋ ਗੈਰ ਕੁਦਰਤੀ ਚੀਜ਼ ਹੈ ਉਹਦੇ ਵਿੱਚ ਆਪਾਂ ਹਿੱਸਾ ਨਾ ਪਾਈਏ ਤੇ ਇਹ ਗੱਲਾਂ ਤਾਂ ਹੀ ਹੋ ਸਕਦੀਆਂ ਜੇਕਰ ਅਸੀਂ ਉਹਨੂੰ ਪੈਸੇ ਦੀ ਤੱਕੜੀ ਦੇ ਵਿੱਚ ਰੱਖ ਕੇ ਤੋਲਣ ਤੋਂ ਗੁਰੇਜ਼ ਕਰਾਂਗੇ ਇਹ ਵਾਤਾਵਰਨ ਦਾ ਜਿਹੜਾ ਮਸਲਾ ਆ ਇਹ ਸਦਾ ਹੀ ਯੋਗਦਾਨ ਪਾਉਣ ਦਾ ਮਸਲਾ ਆ ਇਹਦੇ ਵਿੱਚੋਂ ਨਿਕਲਣਾ ਤਾਂ ਕੀ ਹੈਗਾ ਜਿਹੜੇ ਬੰਦੇ ਹੁਣ ਉੱਥੇ ਐਨਜੀਟੀ ਦੇ ਵਿੱਚ ਜਾ ਰਹੇ ਜਾਂ ਹੋਰ ਨਾ ਥਾਵਾਂ ਦੇ ਉੱਪਰ ਜਾ ਰਹੇ ਆ ਉਹ ਆਪ ਦਾ ਸਮਾਂ ਵੀ ਲਾ ਰਹੇ ਐਫਰਟ ਵੀ ਲਾ ਰਹੇ سرمਾਇਆ ਵੀ ਲਾ ਰਹੇ ਪਰ ਇਸ ਕਰਕੇ ਲਾ ਰਹੇ ਕਿਉਂਕਿ ਆਪਣੀ ਸਾਰਿਆਂ ਦੀ ਸਾਂਝਾ ਰਿਸੋਰਸ ਹੈ ਕੁਦਰਤ ਨੇ ਦਿੱਤਾ ਹੋਇਆ ਤੇ ਇਹਨੂੰ ਸੰਭਾਲਣ ਦੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇੰਨੀ ਇੱਕ ਬੇਨਤੀ ਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸਰਦਾਰ ਪਰਮਜੀਤ ਸਿੰਘ ਜੀ ਕਿਉਂਕਿ ਚਾਰ ਪੜਾਵਾਂ ਦੀ ਗੱਲ ਕੀਤੀ ਔਰ ਉਹਨਾਂ ਚਾਰ ਪੜਾਵਾਂ ਦੇ ਵਿੱਚ ਜਿਵੇਂ ਭਾਜੀ ਨੇ ਜਾਣਕਾਰੀ ਵਾਲੇ ਪੱਧਰ ਦੀ ਗੱਲ ਕੀਤੀ ਜਾਣਕਾਰੀ ਵਾਲੇ ਪੱਧਰ ਦੀ ਜਦੋਂ ਗੱਲ ਕਰ ਰਹੇ ਸੀ ਤਾਂ ਮੇਰੇ ਧਿਆਨ 'ਚ ਇੱਕ ਉਦਾਹਰਣ ਆਈ ਲੁਧਿਆਣੇ 'ਚ ਜਿਹੜੇ ਟ੍ਰੀਟਮੈਂਟ ਪਲੈਂਟ ਨੇ ਉਨਾ ਚੁ ਇੱਕ ਪਲਾਂਟ ਦੀ ਗੱਲ ਕਰਾਂ ਤਾਂ ਐਰੋਬਿਕਰ ਅਨੈਰੋਬਿਕ ਦੇ ਬਾਰੇ ਸਾਡੇ ਕੈਮਿਸਟਰੀ ਵਾਲੇ ਟੀਚਰ ਔਰ ਡਾਕਟਰ ਪੁਨੀਤ ਪਾਲ ਉਹ ਬੜਾ ਉਸ ਚੀਜ਼ ਦੇ ਨਾਲ ਬਾ ਵਾਸਤਾ ਨੇ ਹੁਣ ਇੱਕ ਹਵਾ ਦੇ ਨਾਲ ਟਰੀਟ ਕਰਦਾ ਆ ਪਾਣੀ ਨੂੰ ਇੱਕ ਹਵਾ ਤੋਂ ਬਿਨਾਂ ਟਰੀਟ ਕਰਦਾ ਆ ਬੈਕਟੀਰੀਆਸ ਦੇ ਨਾਲ ਜਿਹੜਾ ਅਨੈਰੋਬਿਕਰ ਨੇ ਬੈਕਟੀਰੀਆਸ ਦੇ ਨਾਲ ਟਰੀਟ ਕਰਨਾ ਹੁਣ ਜਿਹੜਾ ਇਹ ਸਿਸਟਮ ਲੱਗਿਆ ਹੋਇਆ ਇਦੇ 'ਚ ਜਿਹੜਾ ਇੱਕ ਵੱਡਾ ਲੂਪ ਹੋਲ ਜਿਵੇਂ ਮੈਂ ਇਸ ਤੋਂ ਪਹਿਲਾਂ ਗੱਲ ਕੀਤੀ ਕਿ ਲੂਪ ਹੋਲ ਇਹ ਵੀ ਹੈਗੇ ਨੇ ਕਿ ਸੀਵਰੇਜ ਟ੍ਰੀਟਮੈਂਟ ਪਲੈਂਟ ਹੀ ਅਸੀਂ ਇੰਡਸਟਰੀ ਦੇ ਵੇਸਟ ਨੂੰ ਟ੍ਰੀਟ ਕਰਨ ਦੇ ਲਈ ਯੂਜ਼ ਕਰ ਰਹੇ ਹਾਂ ਜਿਹੜੇ ਕਿ ਕਾਰਗਰ ਹੀ ਨਹੀਂ ਹੈਗੇ ਉਸੇ ਤਰ੍ਹਾਂ ਹੁਣ ਅਨੈਰੋਬਿਕ ਦੀ ਇੱਕ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਜੇਕਰ ਉਹਦੇ 'ਚ ਕੈਮੀਕਲ ਦੀ ਮਾਤਰਾ ਵੱਧ ਜਾਂਦੀ ਹੈ ਜਿਹੜਾ ਵੇਸਟ ਆ ਰਿਹਾ ਜਿਹੜਾ ਵੇਸਟ ਵਾਟਰ ਆ ਰਿਹਾ ਉਹਦੇ 'ਚ ਜੇਕਰ ਕੈਮੀਕਲ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਉਹਨੂੰ ਬਾਈਪਾਸ ਕਰਕੇ ਸਿੱਧਾ ਡਰੇਨ ਕਰ ਦਿੰਦਾ ਹੈਗਾ ਉਹਨੂੰ ਟ੍ਰੀਟ ਹੀ ਨਹੀਂ ਕਰਦਾ ਤੇ ਰਾਤ ਨੂੰ ਬੁੱਡੇ ਨਾਲੇ ਦਾ ਲੈਵਲ ਤਕਰੀਬਨ 3 ਤੋਂ 4 ਫੁੱਟ ਵੱਧ ਜਾਂਦਾ ਜਿਹੜੇ ਲੋਕ ਬੁੱਡੇ ਨਾਲੇ ਦੇ ਕੰਡੇ ਵਸਦੇ ਨੇ ਉਹ ਇਹ ਦੱਸਦੇ ਆ ਤਕਰੀਬਨ ਡੇਲੀ ਰਾਤ ਨੂੰ 3 ਤੋਂ 4 ਫੁੱਟ ਉਹਦਾ ਪੱਧਰ ਵੱਧਣਾ ਆ ਤੇ ਰਾਤ ਨੂੰ ਉਹ ਸਾਰੇ ਦਾ ਸਾਰਾ ਪਾਣੀ ਫਿਰ ਨਾਨ ਟ੍ਰੀਟ ਹੋ ਕੇ ਅੱਗੇ ਜਾਂਦਾ ਬਿਨਾ ਸੁਧਾਈ ਤੋਂ ਅੱਗੇ ਜਾਂਦਾ ਇਸੇ ਤਰ੍ਹਾਂ ਬਾਕੀ ਪੜਾਵਾਂ ਦੀ ਭਾਜੀ ਉਹਨਾਂ ਨੇ ਗੱਲ ਕੀਤੀ ਸੋ ਕਿਉਂਕਿ ਜੇਕਰ ਜਾਣਕਾਰੀ ਹੋਏਗੀ ਪਹਿਲੀ ਗੱਲ ਜ਼ਿੰਮੇਵਾਰੀ ਦੇ ਪੱਤਰ ਤੇ ਹੋਵਾਂਗੇ ਔਰ ਜਾਣਕਾਰੀ ਹੋਏਗੀ ਤਾਂ ਹੀ ਅੱਗੇ ਕੁਝ ਕਰ ਸਕਾਂਗੇ ਸਾਡੇ ਦਰਮਿਆਨ ਪ੍ਰੋਫੈਸਰ ਰਾਜਵੀਰ ਕੌਰ ਨੇ ਹੁਣੇ ਉਹਨਾਂ ਨੂੰ ਬੁੱਡੇ ਦਰਿਆ ਦੇ ਉੱਪਰ ਉਹਦੇ ਟ੍ਰੀਟਮੈਂਟ ਦੇ ਲਈ ਕੰਮ ਕਰਨ ਦੇ ਲਈ ਇੱਕ ਪ੍ਰੋਜੈਕਟ ਦੀ ਗ੍ਰਾਂਟ ਵੀ ਮਿਲੀ ਹੈ ਮੈਂ ਬੇਨਤੀ ਕਰਾਂਗਾ ਕਿ ਕਿੰਨਾ ਕੁ ਸੋਧਿਆ ਜਾ ਸਕਦਾ ਕੈਮੀਕਲਸ ਨੂੰ ਕਿੰਨਾ ਕੁ ਘਟਾਇਆ ਜਾ ਸਕਦਾ ਕੀ 100% ਘਟ ਸਕਦੇ ਆ ਇਆ ਉਸ ਤੋਂ ਘੱਟ ਕਰ ਸਕਦੇ ਆ ਉਹਦੇ ਤੇ ਗੱਲ ਰੱਖਣਗੇ ਪ੍ਰੋਫੈਸਰ ਰਾਜਵੀਰ ਕੌਰ ਹਾਂਜੀ ਬਹੁਤ-ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਚਿਓ ਜਿਵੇਂ ਆਪਾਂ ਲੁਧਿਆਣੇ ਰਹਿ ਰਹੇ ਆ ਲੁਧਿਆਣਾ ਜਦੋਂ ਮਨ ਚ ਆਉਂਦਾ ਤਾਂ ਸਾਡੇ ਮਨ ਚ ਟੈਕਸਟਾਈਲ ਇੰਡਸਟਰੀ ਪਹਿਲੇ ਫੋਕਸ ਕਰਦੀ ਆ ਠੀਕ ਹੈ ਟੈਕਸਟਾਈਲ ਇੰਡਸਟਰੀ ਨੂੰ ਫਿਰ ਅਸੀਂ ਰਿਲੇਟ ਕਰਦੇ ਆ ਰੰਗਾਂ ਨਾਲ ਠੀਕ ਹੈ ਅਸੀਂ ਸਾਨੂੰ ਕਲਰਫੁਲ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਸਭ ਨੂੰ ਪਤਾ ਠੀਕ ਹੈ ਆਪਾਂ ਕੱਪੜੇ ਪਾਨੇ ਆ ਪਾਰੇ ਲੁਧਿਆਣਾ ਲੋਕਾਂ ਨੂੰ ਰੰਗ ਦਿੰਦਾ ਹੋਇਆ ਖੁਦ ਬੇਰੰਗ ਹੋ ਗਿਆ ਠੀਕ ਹੈ ਉਹਦਾ ਮੇਨ ਰੀਜ਼ਨ ਜੋ ਆਪਾਂ ਇੱਥੇ ਗੱਲ ਕਰ ਰਹੇ ਆਂ ਆਪਾਂ ਵਾਟਰ ਪੋਲੂਸ਼ਨ ਦੀ ਗੱਲ ਕਰ ਰਹੇ ਆਂ ਜਦੋਂ ਵਾਟਰ ਪੋਲੂਸ਼ਨ ਦੀ ਗੱਲ ਕਰਦੇ ਆਂ ਤਾਂ ਆਪਾਂ ਨੂੰ ਡਾਈਜ਼ ਆਉਂਦੀਆਂ ਡਾਈਜ਼ ਬਹੁਤ ਕਲਰਫੁੱਲ ਹੁੰਦੀਆਂ ਨੇ ਚੰਗੀਆਂ ਲੱਗਦੀਆਂ ਨੇ ਠੀਕ ਹੈ ਆਪਾਂ ਕਿਸੇ ਸ਼ਾਪ ਤੇ ਚਲੇ ਜਾਈਏ ਤੁਸੀਂ ਬੱਚਿਓ ਠੀਕ ਹੈ ਤੁਹਾਨੂੰ ਜ਼ਿਆਦਾ ਅਟਰੈਕਸ਼ਨ ਕਿਹੜੀ ਚੀਜ਼ਾਂ ਤੋਂ ਹੁੰਦੀ ਹੈ ਕਲਰਫੁੱਲ ਚੀਜ਼ਾਂ ਵੇਖ ਕੇ ਠੀਕ ਹੈ ਤੁਸੀਂ ਕਿਸੇ ਬੇਕਰੀ ਤੇ ਚਲੇ ਜਾਓ ਹਨਾ 컬러풀 ਚੀਜ਼ਾਂ ਦੇਖ ਕੇ ਸਾਨੂੰ ਆਟੋਮੈਟਿਕਲੀ ਬਹੁਤ ਚੰਗਾ ਲੱਗਦਾ ਅਸੀਂ ਬਲੈਕ ਐਂਡ ਵਾਈਟ ਨੂੰ ਅਸੈਪਟ ਨਹੀਂ ਕਰਨਾ ਚਾਹੁੰਦੇ ਸੋ ਹੁਣ ਹੋ ਕੀ ਰਿਹਾ ਉਹ 컬러ਫੁਲ ਚੀਜ਼ਾਂ ਡਾਈਜ਼ ਸਾਡੇ ਲਈ ਜ਼ਹਿਰ ਬਣ ਗਈਆਂ ਜਦੋਂ ਡਾਈ ਦੀ ਗੱਲ ਆਉਂਦੀ ਹੈ ਨਾ ਜਦੋਂ ਅਸੀਂ ਕੈਮੀਕल्स ਨਾਲ ਰਿਲੇਟ ਕਰਦੇ ਆ ਤਾਂ ਡਾਈਜ਼ ਬਹੁਤ ਜ਼ਿਆਦਾ ਹਾਰਮਫੁਲ ਹ ਬਹੁਤ ਜ਼ਿਆਦਾ ਡਾਈਜ਼ ਦੀਆਂ ਬਹੁਤ ਕੈਟੇਗਰੀਜ਼ ਨੇ ਉਹਨਾਂ ਚੋਂ ਕੁਝ ਡਾਈਜ਼ ਐ ਜਿਨ੍ਹਾਂ ਨੂੰ ਅਸੀਂ ਕਲਰ ਕਿੰਨਾ ਨੂੰ ਦੇਣ ਲਈ ਯੂਜ਼ ਕਰਦੇ ਆ ਖਾਣ ਪੀਣ ਦੀਆਂ ਚੀਜ਼ਾਂ ਨੂੰ ਠੀਕ ਹੈ ਕਾਣਪੀਂ ਦੇ ਚੀਜ਼ਾਂ ਚ ਵੀ ਯੂਜ਼ ਕਰ ਰਹੇ ਆ ਡਾਈ ਉਹੀ ਡਾਈ ਕੱਪੜਿਆਂ ਲਈ ਵੀ ਯੂਜ਼ ਕਰ ਰਹੇ ਆ ਬਹੁਤ ਇੰਡਸਟਰੀਆਂ ਨੇ ਪੇਪਰ ਇੰਡਸਟਰੀ ਟੈਕਸਟਾਈਲ ਇੰਡਸਟਰੀ ਜਿੱਥੇ ਡਾਈਜ਼ ਦਾ ਯੂਜ਼ ਹੋ ਰਿਹਾ ਹੁਣ ਜਦੋਂ ਆਪਾਂ ਡਾਈਜ਼ ਦੀ ਗੱਲ ਕਰਦੇ ਆ ਆਪਣੇ ਕੋਲ ਇੱਕ ਡਾਈ ਆ ਅਮਰੰਥ ਡਾਈ ਬੋਲਦੇ ਆ ਉਹਨੂੰ ਠੀਕ ਹੈ ਅਮਰੰਥ ਡਾਈ ਨੂੰ ਟੈਕਸਟਾਈਲ ਇੰਡਸਟਰੀ ਚ ਵੀ ਯੂਜ਼ ਕੀਤਾ ਜਾਂਦਾ ਉਹਨੂੰ ਅਸੀਂ ਫੂਡ ਇੰਡਸਟਰੀ ਚ ਵੀ ਯੂਜ਼ ਕਰ ਰਹੇ ਆ ਪਰ ਜਦ ਕਿ ਉਹ ਇੱਕ ਇਦਾਂ ਦੀ ਡਾਈ ਹੈ ਜਿਹੜੀ ਕੁਝ ਫੋਰਨ ਕੰਟਰੀਜ਼ ਦੇ ਵਿੱਚ ਟੋਟਲੀ ਬੈਨ ਹੈ ਫਾਰ ਦਾ ਫੂਡ ਬਟ ਇੱਥੇ ਅਸੀਂ ਜਨਰਲੀ ਯੂਜ਼ ਕਰ ਰਹੇ ਆ ਸਾਡੇ ਆਮ ਚੱ ਸੋ ਸਾਨੂੰ ਇਹ ਚੀਜ਼ਾਂ ਬਾਰੇ ਬਹੁਤ ਸੋਚਣ ਦੀ ਅਵੇਰਨੈਸ ਦੀ ਲੋੜ ਹੈ ਦਾ ਸਰ ਨੇ ਹੁਣ ਇੱਕ ਗੱਲ ਕੀਤੀ ਸੀ ਇਰੀਗੇਸ਼ਨ ਦੇ ਨਾਲ ਆਪਾਂ ਜਦੋਂ ਐਫੂਲੈਂਟ ਟ੍ਰੀਟਮੈਂਟ ਪਲੈਂਟ ਲਗਾ ਲਿਆ ਉਸ ਤੋਂ ਬਾਅਦ ਅਸੀਂ ਉਹ ਪਾਣੀ ਨੂੰ ਕਿੱਥੇ ਕਿੱਦਾਂ ਯੂਜ਼ ਕਰ ਸਕਦੇ ਆ ਅਸੀਂ ਸਹੀ ਗੱਲ ਆ ਸਰ ਨੇ ਬਿਲਕੁਲ ਸਹੀ ਕਿਹਾ ਇਰੀਗੇਸ਼ਨ ਲਈ ਅਸੀਂ ਯੂਜ਼ ਕਰ ਸਕਦੇ ਆ ਖੁਦ ਮੇਰਾ ਖੁਦ ਦਾ ਰਿਸਰਚ ਦਾ ਫੀਲਡ ਸੀਗਾ ਟ੍ਰੀਟਮੈਂਟ ਪਲੈਂਟ ਤੋਂ ਬਾਅਦ ਜਦੋਂ ਟ੍ਰੀਟ ਕਰ ਲਿਆ ਐਫੂਲੈਂਟ ਨੂੰ ਹੁਣ ਉਸ ਪਾਣੀ ਨੂੰ ਮੈਂ ਇਰੀਗੇਸ਼ਨ ਲਈ ਯੂਜ਼ ਕੀਤਾ ਤਾਂ ਮੇਰੇ ਕੋਲ ਬਹੁਤ ਚੰਗੇ ਰਿਜ਼ਲਟ ਆਏ ਪਰ ਉਹ ਰਿਜ਼ਲਟ ਨੂੰ ਜਦੋਂ ਹੁਣ ਅਸੀਂ కెਮਿਸਟਰੀ ਦੀ ਫਾਰਮ ਚ ਲੈ ਕੇ ਆਣਾ ਸਾਨੂੰ ਅੱਗੇ ਅਸੀਂ ਐਸਾ ਚ ਨਹੀਂ ਕਮਰਸ਼ੀਅਲਾਈਜ਼ ਕਰ ਸਕਦੇ ਤਾਂ ਉਸਦੇ ਟੈਸਟਿੰਗ ਹੋਈ ਅਸੀਂ ਤੁਸੀਂ ਕੰਪਾਊਂਡ ਦੇ ਨਾਮ ਸੁਣੇ ਹੋਣੇ ਸਲਫਰ ਹੋ ਗਿਆ ਆਰਸੈਨਿਕ ਬੋਲਦੇ ਆ ਸਭ ਨੂੰ ਪਤਾ ਹੈਵੀ ਮੈਟਲਸ ਦੀ ਗੱਲ ਕਰਦੇ ਆ ਬਹੁਤ ਜ਼ਿਆਦਾ ਪੁਆਇਜ਼ਨ ਹਨ ਜਿੰਨਾ ਚ ਪਰ ਜਦੋਂ ਆਪਾਂ ਟੈਸਟਿੰਗ ਕੀਤੀ ਤਾਂ ਉਹਦੇ ਵਿੱਚੋਂ ਕਾਫੀ ਹੱਦ ਤੱਕ ਠੀਕ ਹੈ ਕਲਰ ਤਾਂ ਉਹਦਾ ਗਏ ਹੀ ਗਿਆ ਐਫੂਲੈਂਟ ਜਿਹੜਾ ਕਲਰਫੁਲ ਸੀਗਾ ਉਹ ਤਾਂ ਚੇਂਜ ਹੋਇਆ ਹੋਇਆ ਪਰ ਉਹ ਚ కెਮਿਕਲ ਦੇ ਬੌਂਡਿੰਗ ਸੀ ਨਾ ਜਿਹੜੀ ਉਹ ਵੀ ਸਾਰੀ ਡਿਸ ਅਪੀਅਰ ਹੋਈ ਸੋ दैट मींस ਅਸੀਂ ਉਸ ਪਾਣੀ ਨੂੰ ਇਰੀਗੇਸ਼ਨ ਲਈ ਯੂਜ਼ ਕਰ ਸਕਦੇ ਹਾਂ ਸੋ ਇਸ ਫੀਲਡ ਦੇ ਵਿੱਚ ਅੱਗੇ ਸਾਨੂੰ ਕੰਮ ਕਰਨ ਦੀ ਹੋਰ ਲੋੜ ਬਣਦੀ ਹੈ ਤੇ ਜਿੱਦਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਹਨਾ ਕਾਫੀ ਹੱਦ ਤੱਕ ਅਸੀਂ ਆਪ ਜਾਣਦੇ ਹਾਂ ਤੇ ਤੁਸੀਂ ਇੱਕ ਚੈਪਟਰ ਵੀ ਪੜ ਰਹੇ ਹੋ ਨਾ ਵਾਟਰ ਵਾਲਾ ਸੋ ਮੈਂ ਤੁਹਾਡੇ ਤੋਂ ਬਹੁਤ ਐਕਸਪੈਕਟ ਕਰ ਰਹੀ ਹਾਂ ਵੀ ਤੁਸੀਂ ਵੀ ਆਪਣਾ ਆਪਣਾ ਪਲੀਜ਼ ਵੀਊ ਜ਼ਰੂਰ ਸਾਡੇ ਨਾਲ ਹਨਾ ਸਾਂਝਾ ਕਰੋ ਤੁਸੀਂ ਕੁਝ ਕਰਨਾ ਚਾਹੋਗੇ ਜਾਂ ਸਿਰਫ ਉਹ ਇੱਕ ਪੜ ਕੇ ਹਨਾ ਠੀਕ ਹੈ ਤੁਹਾਡੇ ਮਨ ਚਾ ਵੀ ਅਸੀਂ ਇੰਜੀਨੀਅਰਾਂ ਜੀ ਪੜ ਲਿਆ ਠੀਕ ਹੈ ਇੱਕ ਸਬਜੈਕਟ ਸੀਗਾ ਹੁਣ ਉਸ ਲਈ ਐਫਰਟ ਕਰਨਾ ਚਾਹੁੰਦੇ ਹਾਂ ਕੋਈ ਰਿਸਪੌਂਸ ਦੋਗੇ ਕਿਉਂਕਿ ਅਸੀਂ ਤੁਹਾਨੂੰ ਵੀ ਇਨਵੋਲ ਕਰਨਾ ਚਾਹੁੰਦੇ ਆ ਇਸ ਲਈ ਅ ਸਰ ਤੁਸੀਂ ਕੋ ਪਹਾੜ ਵਾਲੀ ਗੱਲ ਕੀਤੀ ਤਾਂ ਮੈਂ ਤੁਹਾਨੂੰ ਇੱਕ ਸ਼ੇਅਰ ਕਰਨਾ ਚਾਹੁੰਦੇ ਆ ਅ ਚੰਡੀਗੜ੍ਹ ਤੋਂ ਸਿਸਵਾਨ ਪੈਂਦਾ ਇੱਕ ਕੋਈ ਹੈ ਇੱਕ ਏਰੀਆ ਸੋ ਅਸੀਂ ਉੱਥੇ ਜਾ ਰਹੇ ਸੀ ਮੇਰਾ ਨਾਲ ਮੇਰਾ ਬ੍ਰਦਰ ਬੈਠਾ ਕਾਫੀ ਦੂਰ ਸੀਗੇ ਚਲੋ ਹਿਲੀ ਏਰੀਆ ਆ ਜਾਂਦਾ ਉਹ ਕਹਿੰਦਾ ਦੇਖੋ ਸਾਹਮਣੇ ਦੇਖੋ ਕਹਿੰਦਾ ਪਹਾੜ ਦਿਖ ਰਿਹਾ ਤੇ ਉਹ ਐਕਸਾਈਟਮੈਂਟ ਉਹ ਰਿਅਲਿਟੀ ਕੀ ਸੀ ਜਦੋਂ ਅਸੀਂ ਨੀਅਰਬਾਈ ਗਏ ਨਾ ਉਹ ਸਭ ਕੂੜੇ ਦੇ ਢੇਰ ਸੀਗੇ ਤੇ ਉਹ ਕਿਸ ਫਾਰਮ ਚ ਦਿਖ ਰਹੀ ਸੀ ਦੂਰੋਂ ਵੀ ਲਾਇਕਾ ਪਹਾੜਾ ਹੈ ਸੋ ਆਪਾਂ ਸਮਝ ਸਕਦੇ ਹਾਂ ਵੀ ਪੋਲਿਊਸ਼ਨ ਦਾ ਲੈਵਲ ਕਿਸ ਹੱਦ ਤੱਕ ਆਈ ਹੋ ਰਿਹਾ ਸੋ ਆਪਾਂ ਨੂੰ ਜ਼ਰੂਰ ਇਹ ਚੀਜ਼ਾਂ ਲਈ ਸੋਚਣ ਦੀ ਲੋੜ ਹੈਗੀ ਆ ਤੁਸੀਂ ਇੱਕ ਜਰਨਲ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੀ ਆਪਾਂ ਜਦੋਂ ਕਈ ਵਾਰ ਮਾਰਕੀਟ ਜਾਂਦੇ ਆ ਨਾ ਸਬਜ਼ੀ ਵਗੈਰਾ ਬਾਏ ਕਰਦੇ ਆ ਫਰੂਟਸ ਲੈਣੇ ਆ ਤੁਸੀਂ ਕਦੇ ਵੀ ਆਪ ਤੁਸੀਂ ਵੀ ਅਪਲਾਈ ਕੀਤਾ ਨਾ ਆਪਾਂ ਐਪਲ ਦੇਖਦੇ ਆ ਹਨਾ ਐਪਲ ਦੋ ਤਿੰਨ ਕਿਸਮਾਂ ਦੇ ਪੈ ਹੋਣਗੇ ਇੱਕ ਬੜੇ ਨਾ ਬਹੁਤ ਸ਼ਾਈਨੀ ਪੈ ਹੋਣਗੇ ਆਪਣੇ ਆਪ ਅਸੀਂ ਉਹਨਾਂ ਨੂੰ ਕੀ ਕਰਦੇ ਆ ਵੀ ਅਸੀਂ ਤੇਹੀ ਲੈਣੇ ਨੇ ਬਹੁਤ ਚੰਗੇ ਹੋਣਗੇ ਪਰ ਤੁਹਾਨੂੰ ਪਤਾ ਉਤੇ ਕੋਟਿੰਗ ਹੋਈ ਹੁੰਦੀ ਆ ਹਾਂਜੀ ਬਿਲਕੁਲ ਐਦਾਂ ਹੀ ਅਸੀਂ ਕਈ ਵਾਰ ਅਦਰਕ ਲੈਂਦੇ ਆ ਨਾ ਅਸੀਂ ਉਹ ਤੇਰੀ ਪਈ ਹੋਗੀ ਆਪਾਂ ਉਥੋਂ ਕਿਹੜਾ ਲੈਣਾ ਪਸੰਦ ਕਰਾਂਗੇ ਜਿਹੜਾ ਬਹੁਤ ਜ਼ਿਆਦਾ ਸਾਫ਼ ਦਿਖ ਰਿਹਾ ਹੋਏਗਾ ਪਰ ਉਹ ਸਾਫ਼ ਵਾਲੇ ਦਾ ਕੀ ਮਤਲਬ ਉਤੇ ਐਸਿਡ ਦੀ ਨਾਲ ਵਾਸ਼ਿੰਗ ਵੀ ਹੁੰਦੀ ਆ ਸੋ ਅਸੀਂ ਜਨਰਲੀ ਇਹ ਆਪਣੀ ਲਾਈਫ ਦੇ ਵਿੱਚ ਇਹ ਚੀਜ਼ਾਂ ਦੇਖ ਰਹੇ ਆ ਐਨਵਾਇਰਨਮੈਂਟ ਕੈਮਿਸਟਰੀ ਇਹ ਸਾਰੀਆਂ ਚੀਜ਼ਾਂ ਸਾਡੀ ਡੇਲੀ ਲਾਈਫ ਦੇ ਵਿੱਚ ਨੇ ਠੀਕ ਹੈ ਜੀ ਤੁਹਾਡੇ ਵਿੱਚੋਂ ਕੋਈ ਬੱਚਾ ਦੱਸਣਾ ਚਾਹੇਗਾ ਅਗਰ ਤੁਸੀਂ ਮਤਲਬ ਟ੍ਰੀਟਮੈਂਟ ਦੀ ਗੱਲ ਕਰ ਰਹੇ ਸੀ ਆਪਾਂ ਹਨਾ ਪੋਲੂਸ਼ਨ ਦੀ ਗੱਲ ਕਰ ਰਹੇ ਆ ਕਿਉਂਕਿ ਮੈਨੂੰ ਪਤਾ ਤੁਹਾਡੇ ਚੋਂ ਕੁਝ ਬੱਚੇ ਵਿਲਿੰਗ ਵੀ ਸੀਗੇ ਜਿਹੜੇ ਇਸ ਫੀਲਡ ਨਾਲ ਜੁੜਨਾ ਚਾਹੁੰਦੇ ਆ ਕੋਈ ਕਿਸੇ ਸ਼ੇਅਰ ਕਰਨਾ ਚਾਹੁੰਦਾ ਹਾਂਜੀ देखो जब आप कलर दी गल करदेया कलर दी ਆਪਣੇ ਕੋਲ ਹੋਰ ਬਹੁਤ ਕੈਟੇਗਰੀਜ਼ ਐ ਕਲਰ ਤਾਂ ਅਗਰ ਅਜੇ ਤੁਸੀਂ ਚਾਹੋ ਆਪਾਂ ਪlant ਦੀ ਗੱਲ ਕਰਦੇ ਆਂ ਠੀਕ ਐ ਕੁਦਰਤ ਨੇ ਸਾਨੂੰ ਲੀਫਸ ਦਿੱਤੇ ਆਂ ਆਟੋਮੈਟਿਕਲੀ ਉਹ ਚ ਹੈ ਨਾ ਨੇਚਰਲ ਕਲਰ ਗ੍ਰੀਨ ਕਲਰ ਐ ਠੀਕ ਐ ਪਰ ਹੁਣ ਕੀ ਹੁੰਦਾ ਜਦੋਂ ਅਸੀਂ ਟੈਕਸਟਾਈਲ ਦੇ ਵਿੱਚ ਗੱਲ ਕਰ ਰਿਹਾ ਆਂ ਆਪਾਂ ਕੱਪੜੇ ਦੀ ਡਿਫਰੈਂਟ ਵੈਰਾਈਟੀ ਤੇ ਜਾਣਦੇ ਆਂ ਠੀਕ ਐ ਇੱਕ ਕੱਪੜਾ ਸੀ ਲਿਆ ਥੋੜੀ ਜਿਹੀ ਵਾਸ਼ ਕੀਤੀ ਕਲਰ ਨਿਕਲ ਗਿਆ ਰਾਈਟ ਫਿਰ ਉੱਥੇ ਬਾਈਂਡਿੰਗ ਮਟੀਰੀਅਲ ਦੀ ਬੇਸਿਕਲੀ ਗੱਲ ਆ ਰਹੀ ਹੈ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਸੋ ਅਸੀਂ ਉੱਥੇ ਡਾਈਜ਼ ਨੂੰ ਐ ਸੱਚ ਅਸੀਂ ਲਾਈਫ 'ਚੋਂ ਨਹੀਂ ਖਤਮ ਕਰ ਸਕਦੇ ਪਰ ਅਸੀਂ ਨੇਚਰਲ ਡਾਈਜ਼ ਤੇ ਫੋਕਸ ਕਰਨਾ ਸ਼ੁਰੂ ਕਰ ਦਈਏ ਤਾਂ ਸਾਨੂੰ ਇਹਦੇ ਰਿਜ਼ਲਟ ਮਿਲਣਗੇ ਪੱਕਾ ਡੈਫੀਨਿਟਲੀ ਮਿਲਣਗੇ ਤੁਸੀਂ ਨੇਚਰਲ ਕਲਰ ਨੂੰ ਅਪਲਾਈ ਕਰਨਾ ਸ਼ੁਰੂ ਕਰੋ ਚੁਕੰਦਰ ਸਬਨੇ ਹੈਨਾ ਯੂਜ਼ ਕਰਦੀ ਹੂੰ ਬਹੁਤ ਡਾਰਕ ਕਲਰ ਹੁੰਦਾ ਉਸ ਕਲਰ ਨੂੰ ਅਸੀਂ ਕਿਤੇ ਨਾ ਕਿਤੇ ਯੂਟਿਲਾਈਜ਼ ਕਰੀਏ ਉਹਦੇ ਨਾਲ ਬਾਈਂਡਿੰਗ ਮਟੀਰੀਅਲ ਮਤਲਬ ਇਹ ਜੋ ਤੁਸੀਂ ਬਾਤ ਦੀ ਗੱਲ ਕਰ ਰਹੇ ਹੋ ਸਾਡਾ ਰਿਸਰਚ ਦਾ ਫੀਲਡ ਆਏਗਾ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆਂ ਵੀ ਤੁਹਾਡੇ ਚ ਉਹ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਇਸ ਫੀਲਡ 'ਚ ਇੰਟਰਸਟ ਆ ਤੁਸੀਂ ਅੱਗੇ ਮੂਵ ਤਾਂ ਕਰੋ ਫੇਰ ਹੀ ਹੋਏਗਾ ਨਾ ਜਿੱਦਾਂ ਤੁਸੀਂ ਆਈਡੀਆ ਦਿੱਤਾ ਬਹੁਤ ਚੰਗਾ ਹੈ ਠੀਕ ਹੈ ਆਪਾਂ ਇਹਨੂੰ ਇੰਪਲੀਮੈਂਟ ਕਰਕੇ ਵੇਖੀਏ ਸੇ ਬਹੁਤ ਜ਼ਰੂਰੀ ਹੈ ਮਤਲਬ ਡਾਈਜ਼ ਦੇ ਵਿੱਚ ਬਹੁਤ ਸਾਰੇ ਕੰਪਾਊਂਡਸ ਹੁੰਦੇ ਆਂ ਜਿਹੜੇ ਬਹੁਤ ਡਾਇਰੈਕਟਲੀ ਇਨਡਾਇਰੈਕਟਲੀ ਹਾਰਮਫੁਲ ਹਨ ਅਗਰ ਤੁਸੀਂ ਡਾਈ ਇੰਡਸਟਰੀ 'ਚ ਕੋਈ ਪਰਸਨ ਕੰਮ ਕਰ ਰਿਹਾ ਠੀਕ ਹੈ ਉਸ ਬੰਦੇ ਦੇ ਉਹਨੇ ਡੇਲੀ ਰੂਟੀਨ ਚ ਕਿਉਂਕਿ ਉਹਨਾਂ ਨੇ ਪ੍ਰੀਕਾਸ਼ਨ ਐ ਸੱਚ ਨਹੀਂ ਲੈਣੀ ਹੈਗੀ ਠੀਕ ਹੈ ਡਾਈਜ਼ ਦੇ ਵਿੱਚ ਇਦਾਂ ਹੀ ਹੱਥ ਪਾ ਰਹੇ ਆ ਸੋ ਉਹਨਾਂ ਨੂੰ ਬਹੁਤ ਜ਼ਿਆਦਾ ਉਹਦੇ ਹਜਰਡਸ ਇਫੈਕਟ ਮਿਲ ਰਹੇ ਨੇ ਹੈਲਥ ਦੇ ਇਸ਼ੂਜ਼ ਆਉਂਦੇ ਆ ਸਕਿਨ ਦੀ ਪ੍ਰੋਬਲਮਸ ਆਂਦੀਆਂ ਨੇ ਸੋ ਇਹ ਸਭ ਕਿਤੇ ਕਿਹਦਾ ਰੀਜ਼ਨ ਹੈ ਡਾਈਜ਼ ਦਾ ਕਿਉਂਕਿ ਡਾਈਜ਼ ਦੇ ਵਿੱਚ ਡੈਫੀਨਿਟਲੀ ਕੈਮੀਕल्स ਇਦਾਂ ਦੇ ਹੋਣਗੇ ਹੋਣਗੇ ਹਾਂ ਅਸੀਂ ਉਹਨੂੰ 100% ਰਿਪਲੇਸ ਨਹੀਂ ਕਰ ਸਕਦੇ ਪਰ ਅਸੀਂ ਡਾਈਜ਼ ਦਾ ਲੈਵਲ ਚੇਂਜ ਕਰ ਸਕਦੇ ਆ ਅਮਾਉਂਟ ਚੇਂਜ ਕਰ ਸਕਦੇ ਆ ਜੇ ਜੋ ਪਤਾ ਸਾਨੂੰ ਬੜਾ ਕਲੀਅਰਲੀ ਪਤਾ ਜਿੱਦਾਂ ਤੁਹਾਨੂੰ ਇੱਕ ਡਾਈ ਦੀ ਐਗਜ਼ੈਂਪਲ ਦਿੱਤੀ ਹੁਣ ਉਹ ਡਾਈ ਪਤਾ ਵੀ ਉਹ ਫੌਨ ਕੰਟਰੀ ਚ ਅਗਰ ਬੈਨ ਆ दैट मींस ਇੰਪੈਕਟ ਹੈਗੇ ਨੇ ਨਾ ਤਾਂ ਉਹਦਾ ਯੂਟਿਲਾਈਜ਼ ਉੱਥੋਂ ਘਟਾਇਆ ਜਾਵੇ ਉਹਦੀ ਜਗ੍ਹਾ ਹੋਰ ਡਾਈਜ਼ ਯੂਜ਼ ਕੀਤੀਆਂ ਜਾਣ ਸੋ ਇਹ ਡੈਫੀਨਿਟਲੀ ਆਪਾਂ ਨੂੰ ਦੇਖਣਾ ਚਾਹੀਦਾ ਤੇ ਟ੍ਰੀਟਮੈਂਟ ਪਲਾਨ ਤੋਂ ਬਾਅਦ ਅਗਰ ਆਪਾਂ ਯੂਜ਼ ਕਰ ਸਕਦੇ ਉਹ ਪਾਣੀ ਨੂੰ ਆਪਾਂ ਡਾਇਰੈਕਟ ਨਾ ਯੂਜ਼ ਕਰੋ ਬਟ ਡੋਮੈਸਟਿਕ ਅਸੀਂ ਜਨਰਲ ਘਰ ਦੇ ਕੁਝ ਕੰਮਾਂ ਲਈ ਯੂਜ਼ ਕਰ ਸਕਦੇ ਹਾਂ ਤੇ ਕੁ ਨਾਲ ਹੀ ਉਸ ਵਾਲ ਬੰਦੇ ਨੂੰ ਜਿਹੜੇ ਕਿ ਬੱਚਾ ਹੁੰਦਿਆ ਨੇ ਤਾਂ ਉਹ ਉਸ ਵਾਲ ਬੰਦੇ ਵਾਲੇ ਆਪਣਾ ਪਾਣੀ ਲੋੜ ਤੇ ਛੱਡੁੰਦੇ ਨੇ ਤਾਂ ਉਹ ਸਾਰਾ ਕਾਲਾ ਪਾਣੀ ਜਦੋਂ ਉਹ ਟ੍ਰੈਵਲ ਕਰਦੇ ਆ ਸਾਡੇ ਬਾਈਕ ਸਕੂਟਰਾਂ ਤੇ ਨਾਲ ਹੀ ਕਾਢੀ ਕੋਲ ਆ ਜਾਂਦਾ ਤੇ ਉਸ ਕਰਕੇ ਮੇਰੀ ਮੰਮੀ ਦੇ ਪੈਰ 'ਚ ਨਾ ਫੰਗਸ ਨਾਲੀ ਤਾਂ ਹੁਣ ਅਸੀਂ ਦੇਖ ਸਕਦੇ ਆ ਕਿ ਕਿੰਨਾ ਕੋ ਪਾਣੀ ਬੈਂਡਰਸ ਹੋ ਸਕਦਾ ਤੇ ਨਾਲ ਹੀ ਉਹਦੇ ਹਸਪੀਟਲ ਵੀ ਆ ਤੇ ਹਾਸਪੀਟਲ ਦੇ ਵਿੱਚ ਤਾਂ ਕਾਫੀ ਡੈਂਜਰਸ ਇਹ ਬਰਦਰ ਜੇ ਕੋਈ ਵੀਡੀਓ ਜਾਂ ਫੋਟੋਗ੍ਰਾਫ ਅਵੇਲੇਬਲ ਸਰ ਹਜਤਾਰੀ ਉਹ ਸੱਜਿਵੇਂ ਇਹ ਤੁਸੀਂ ਐਜ਼ ਅ ਵਿਜੀਲੈਂਟ ਸਿਟੀਜ਼ਨ ਵੀ ਫੋਟੋਗ੍ਰਾਫ ਵਗੈਰਾ ਸਾਨੂੰ ਪ੍ਰੋਵਾਈਡ ਕਰ ਦਿਓ ਕਿ ਇਹ ਇੰਡਸਟਰੀ ਜਿਹੜੀ ਹੈ ਕਿ ਇਹਨੂੰ ਓਪਨ ਚ ਡਿਸਚਾਰਜ ਕਰੇ ਜਿਹੜਾ ਕਿ ਇਲੀਗਲ ਹੈ ਯਸ ਸਰ ਕਿਉਂਕਿ ਚਾਹੇ ਟ੍ਰੀਟਮੈਂਟ ਵੀ ਉਹਨਾਂ ਨੇ ਪ੍ਰੋਪੋਜ਼ ਕੀਤਾ ਹੈਗਾ ਡਰੇਨੇਜ ਸਿਸਟਮ ਤੇ ਵੀ ਜਾਣਾ ਹੈ। ਯਾਨ ਕਿ ਜਦੋਂ ਬਾਰਿਸ਼ ਤੇ ਸਾਨੂੰ ਇਹ ਪਤਾ ਕਿ ਲੁਧਿਆਣਾ ਦੇ ਵਿੱਚ ਇੱਕ ਡਾਈਨ ਇੰਡਸਟਰੀ ਤੇ ਇੱਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ। ਇਲੈਕਟ੍ਰੋਪਲੇਟਿੰਗ ਇੰਡਸਟਰੀ ਡਾਈਨ ਇੰਡਸਟਰੀ ਤੋਂ ਵੀ ਖਤਰਨਾਕ ਹੈ। ਕਿਉਂਕਿ ਉਹ ਸਾਰਾ ਹੈਵੀ ਮੈਟਲਸ ਯੂਜ਼ ਕਰਦੇ ਹੈ। ਸਾਨੂੰ ਇੰਨੇ ਇੱਕ ਮਤਲਬ ਕਿ ਕੁਝ ਹਿੰਟ ਮਿਲ ਰਹੇ ਨੇ ਕਿ ਜਿਹੜੀ ਇੰਡਸਟਰੀ ਹੈਗੀ ਇਲੈਕਟ੍ਰੋਪਲੇਟਿੰਗ ਜਦੋਂ ਬਾਰਿਸ਼ ਆਂਦੀ ਹੈ ਤੇ ਇਹ ਆਪਣਾ ਜਿਹੜਾ ਟੈਂਕਰਸ ਨੇ ਜਿਹੜੇ ਇਹਨਾਂ ਨੇ ਲੈ ਕੇ ਜਾਣੇ ਹੈ ਟ੍ਰੀਟਮੈਂਟ ਪਲਾਂਟ ਦੇ ਵਿੱਚ ਉੱਥੇ ਲੈ ਜਾਂਦੀ ਪਜਾਏ ਇਹ ਜਿਹੜੀ ਬਾਰ ਬ੍ਰੇਨਿੰਗ ਨੇ ਜਿਹੜੀ ਰੋਡ ਸਾਈਡ ਤੇ ਇਹਨਾਂ ਨੇ ਡਰੇਨਜ ਬਣਾਈ ਹੋਈਆਂ ਨੇ ਉਹਨਾਂ ਵਿੱਚ ਹੀ ਇਹ ਡੰਪ ਕਰ ਰਹੇ ਨੇ ਲੇਕਿਨ ਕੁਝ ਐਵੀਡੈਂਸ ਜਿਹੜੇ ਨੇ ਬਹੁਤ ਜ਼ਰੂਰੀ ਨੇ ਐਜ਼ ਅ ਵਿਜੀਲੈਂਟ ਸਿਟੀਜ਼ਨ ਜੇ ਕੋਈ ਦੇਖਦਾ ਸਾਨੂੰ ਕਿ ਕੋਈ ਚੀਜ਼ ਗਲਤ ਹੋ ਰਹੀ ਹੈ ਤੇ ਡੈਫੀਨੇਟਲੀ ਉਸ ਮੁੱਦੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈ ਕਿ ਡਾਇਰੈਕਟਲੀ ਹਿਊਮਨਸ ਨੂੰ ਜੀਵਨ ਬੀਇੰਗ ਨੂੰ ਸਾਰਿਆਂ ਨੂੰ ਇਫੈਕਟ ਕਰ ਰਹੀ ਹੈ ਤੇ ਇਹਦਾ ਸੋਲੂਸ਼ਨ ਇਹ ਹੈ ਕਿ ਅਲਟੀਮੇਟਲੀ ਆਪਾਂ ਨੂੰ ਇਹਦੇ ਖਿਲਾਫ ਰਣ ਕਾਰਵਾਈ ਕਰਨੀ ਤੁਹਾਡਾ ਕੀ ਨਾਮ ਹੈ ਨਿਸ਼ਾ ਨਿਸ਼ਾ ਮੈਂ ਤੁਹਾਨੂੰ ਨਿਸ਼ਾ ਨੇ ਜਿਹੜੀ ਗੱਲ ਕੀਤੀ ਹੈ ਜੀ ਇਹ ਬਹੁਤ ਇੰਪੋਰਟੈਂਟ ਗੱਲ ਹੈ ਸਾਡੇ ਵੱਲੋਂ ਓਪਨ ਆਫਰ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ এনवायरमेंटਲ ਵਾਇਲੇਸ਼ਨ ਤੁਹਾਨੂੰ ਨਜ਼ਰ ਆਂਦੀ ਹੈ ਉਹਦਾ ਐਵੀਡੈਂਸ ਕਲੈਕਟ ਤੁਸੀਂ ਕਰ ਸਕਦੇ ਹੋ ਜੇ ਵੀਡੀਓ ਫੋਟੋ ਉਹ ਸਾਨੂੰ ਭੇਜੋ ਸਰਕਲ ਸਾਡਾ ਨੰਬਰ ਹੈਗਾ ਲੈ ਲਓ ਮੇਰਾ ਵੀ ਹੈ ਕਪਿਲ ਦਾ ਵੀ ਹੈ ਅਸੀਂ ਦੋਨੋਂ ਇੱਕੋ ਹੀ ਆਰਗੇਨਾਈਜੇਸ਼ਨ ਪਬਲਿਕ ਐਕਸ਼ਨ ਕਮੇਟੀ ਤੋਂ ਹੈਗੇ ਆ ਅਸੀਂ ਇਹ ਹੀ ਲੜਾਈਆਂ ਲੜਦੇ ਵੀ ਆ ਲੜਨ ਚ ਮਹਲਾ ਹੈਲਪ ਵੀ ਕਰਦੇ ਕਲੈਬੋਰੇਟ ਕੋਆਰਡੀਨੇਟ ਹੈ ਮਿਲ ਕੇ ਕਰਨ ਵਾਲੇ ਕੰਮ ਹੈ ਇਹ ਇਹ ਰਲ ਕੇ ਆਪਾਂ ਕਰ ਸਕਦੇ ਆ ਅੱਗੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਇਸ ਤਰ੍ਹਾਂ ਦਾ ਕੋਈ ਵੀ এনवायरमेंट ਰਿਲੇਟਡ ਇਸ਼ੂ ਨਜ਼ਰ ਆਵੇ ਤੇ ਆਪਾਂ ਉਹਨੂੰ ਅੱਗੇ ਲੈ ਕੇ ਜਾ ਸਕਦੇ ਆ ਥੈਂਕ ਯੂ ਇਹ ਜੀ ਬੈਕਤੀ ਹੋਰ ਐਡ ਕਰਦੇ ਆ ਰੀਸੈਂਟਲੀ ਇੱਕ ਮਿਕਸਡ ਅਰੀਆ ਲੈਂਡ ਹੈ ਵੈਸੇ ਤੁਸੀਂ ਮਾਸਟਰ ਪਲਾਨ ਬਾਰੇ ਸਮਝਦੇ ਹੋ ਕੀ ਹੈ ਇੰਜੀਨੀਅਰਸ ਮਾਸਟਰ ਪਲਾਨ ਕਿਸੇ ਨੇ ਦੇਖਿਆ ਲੁਧਿਆਣਾ ਦਾ ਲੇਜੈਂਡਸ ਦੇ ਕਿਉਂ ਕਿਸੇ ਨਹੀਂ ਕੋਈ ਵੀ ਸਿਟੀ ਨੂੰ ਡਿਵੈਲਪ ਕਰਨ ਦੇ ਲਈ ਮਾਸਟਰ ਪਲਾਨ ਬਣਾਏ ਗਏ ਨੇ ਚਾਹੇ ਲੁਧਿਆਣਾ ਹੈ ਪਟਿਆਲਾ ਹੈ ਹਰ ਸਿਟੀ ਦਾ ਇੱਕ ਡਿਵੈਲਪਮੈਂਟ ਪਲਾਨ ਬਣਾਇਆ ਹੋਇਆ ਹੈ ਉਹਦੇ ਵਿੱਚ ਜ਼ੋਨਿੰਗ ਕੀਤੀ ਗਈ ਹੈ ਕਿੱਥੇ ਇੰਡਸਟਰੀ ਲੱਗ ਸਕਦੀ ਹੈ ਕਿੱਥੇ ਰੈ residențial ਰਹੇਗਾ ਕਿੱਥੇ ਕਮਰਸ਼ੀਅਲ ਰਹੇਗਾ ਉਸ ਮਾਸਟਰ ਪਲਾਨ ਦੇ ਸਹਾਰੇ ਕੁਝ ਏਰੀਆ ਇਹਨਾਂ ਨੇ ਮਿਕਸਡ ਏਰੀਆ ਜਿਹਾ ਦਿੱਤਾ ਹੋਇਆ ਜਿੱਦਾਂ ਕਿ Shimla Puri ਹੈ ਤੇ Jantanagar ਕੁਝ ਏਰੀਆਸ ਹੈਗੇ ਇਹਨਾਂ ਨੇ ਉਹ ਕੀਤਾ ਹੋਇਆ ਉਸ ਜਗ੍ਹਾ ਦੇ ਉੱਤੇ ਕੁਝ ਨੌਇਸ ਪੋਲੂਸ਼ਨ ਦੀ ਕੋਈ ਪ੍ਰੋਬਲਮ ਆ ਰਹੀ ਸੀ ਕਿਸੇ ਪਰਸਨ ਨੂੰ ਕਿਸੇ ਉਥੇ ਰੈਜ਼ੀਡੈਂਟ ਨੂੰ ਤੇ ਇਸ ਪਬਲਿਕ ਐਕਸ਼ਨ ਕਮੇਟੀ ਦੀ ਗਾਈਡਲਾਈਨਸ ਗਾਈਡੈਂਸ ਦੇ ਨਾਲ ਉਸ ਬੰਦੇ ਨੇ ਐਨਜੀਟੀ ਦੇ ਵਿੱਚ ਕੇਸ ਕੀਤਾ ਕਿ ਨੌਇਸ ਪੋਲੂਸ਼ਨ ਬਹੁਤ ਜ਼ਿਆਦਾ ਇੰਡਸਟਰੀ ਦਾ ਨੌਇਸ ਪੋਲੂਸ਼ਨ ਨੂੰ ਅਜੇ ਤੱਕ ਕੋਈ ਮਨ ਲਗਾਦਾ ਸੀਰੀਅਸਲੀ ਨਹੀਂ ਲੈ ਰਿਆ ਹਵਾ ਤੇ ਪਾਣੀ ਨੂੰ ਤਾਂ ਲੈ ਰਹੇ ਆ ਲੇਕਿਨ ਨੌਇਸ ਪੋਲੂਸ਼ਨ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ ਅਲਟੀਮੇਟਲੀ ਐਨਜੀਟੀ ਨੇ ਪੀਪੀਸੀਬੀ ਨੂੰ ਡਾਇਰੈਕਸ਼ਨਸ ਦੇ ਕੇ ਉਥੇ ਦੇ ਨੌਇਸ ਪੋਲੂਸ਼ਨ ਲੈਵਲ ਨੂੰ ਸੈੱਟ ਕਰਨ ਲਈ ਇੱਕ ਉਹਨੇ ਪਾਲਿਸੀ ਬਣਾ ਲਈ ਕਿਹਾ ਤਿਹੋ ਦਾ ਕੇਸ ਆਲਮੋਸਟ 온 ਫਾਈਨਲ ਸਟੇਜ ਤੇ ਹੈ ਮੇਨ ਗੱਲ ਇਹ ਹੈ ਕਿ ਤੁਹਾਡੀ ਅਵੇਅਰਨੈਸ ਤੁਹਾਡੇ ਤੁਸੀਂ ਐਕਟਿਵ ਕਿੰਨੇ ਹੋ ਵਿਜੀਲੈਂਟ ਕਿੰਨੇ ਹੋ ਉਹਨੂੰ ਲੈ ਕੇ ਹੀ ਅੱਗੇ ਵਧਿਆ ਜਾ ਸਕਦਾ ਤੇ ਪਬਲਿਕ ਐਕਸ਼ਨ ਕਮੇਟੀ ਹਮੇਸ਼ਾ ਹਰ ਇੱਕ ਸਿਟੀਜ਼ਨ ਦੇ ਨਾਲ ਹੈ ਜਿਹੜਾ ਕਿ ਆਪਣੀ ਲੜਾਈ ਨੂੰ ਲੜਨ ਲਈ ਤਿਆਰ ਹੈ ਸਾਥ ਦੇਣ ਲਈ ਤਿਆਰ ਹੈ ਜਾਂ ਕੋਈ ਸਾਨੂੰ ਐਵੀਡੈਂਸ ਦੇਣ ਲਈ ਤਿਆਰ ਹੈ ਕਿ ਜਿੱਥੇ ਪੋਲੂਸ਼ਨ ਹੋ ਰਿਹਾ ਹੈ इवन ਕਿ ਜੇ ਕੋਈ ਪੇੜ ਵੀ ਕੱਟਿਆ ਜਾ ਰਿਹਾ ਹੈ ਦਰਖਤ ਕੱਟਿਆ ਜਾ ਰਿਹਾ ਹੈ ਉਹਦੇ ਲਈ ਵੀ ਅਸੀਂ ਜਿਹੜਾ ਹੈਗਾ ਇਸ ਮੁੱਦੇ ਨੂੰ ਚੱਕ ਰਹੇ ਹਾਂ ਇੱਕ ਇੱਕ ਦਰਖਤ ਨੂੰ ਨਵੇਂ ਲਗਤ ਦਰਖਤ ਲਗਾਣਾ ਤਾਂ ਜ਼ਰੂਰੀ ਹੈ ਲੇਕਿਨ ਜਿਹੜੇ ਦਰਖਤ ਹੈਗੇ ਆ ਆਪਣੇ ਸਿਟੀ ਦੇ ਵਿੱਚ ਆਸ-ਪਾਸ ਜਿੱਥੇ ਵੀ ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ ਥੈਂਕ ਯੂ ਅਸੀਂ ਤਕਰੀਬਨ 5 ਕੁ ਮਿੰਟ ਦੇ ਵਿੱਚ ਸਮਾਪਤੀ ਵੱਲ ਵੱਧ ਰਹੇ ਆ ਆਖਰੀ ਬਲਾਰੇ ਟ੍ਰੀਟਮੈਂਟ ਦੇ ਬਾਰੇ ਡਾਕਟਰ ਚੀਮਾ ਇਹ ਗੱਲ ਰੱਖਣਗੇ ਮੈਂ ਉਸ ਤੋਂ ਪਹਿਲਾਂ ਕਿਉਂਕਿ ਸਾਡੇ ਦਰਮਿਆਨ ਸਰਦਾਰ ਦਵਿੰਦਰ ਸਿੰਘ ਹੁਣ ਯਾਰ ਬੱਬੂ ਖੋਸਾ ਹੁਣੀ ਨੇ ਇਹਨਾਂ ਦੇ ਬਾਰੇ ਸਰੋਤਿਆਂ ਨੂੰ ਵੀ ਜਾਣਕਾਰੀ ਦੇ ਦਿਆਂ ਔਰ ਦਵਿੰਦਰ ਸਿੰਘ ਸਿੱਖ ਹੁਣੀ ਮਿਸਲ ਸਤਲੁਜ ਤੋਂ ਨੇ ਪਿਛਲੇ ਸਮੇਂ ਦੇ ਵਿੱਚ ਦੋ ਵੱਡੇ ਮੋਰਚੇ ਪੰਜਾਬ ਦੇ ਇੱਕ ਜੋੜੀਆਂ ਨਹਿਰਾਂ ਪੱਕੀਆਂ ਕਰਨ ਦਾ ਮਸਲਾ ਔਰ ਇੱਕ ਜੀਰਾ ਸਾਂਝਾ ਮੋਰਚਾ ਜਿਹੜਾ ਜ਼ਮੀਨੀ ਪਾਣੀ ਨੂੰ ਸ਼ਰਾ ਫੈਕਟਰੀ ਦੇ ਵੱਲੋਂ ਗੰਦਲਾ ਕੀਤਾ ਗਿਆ ਸੀ ਉਹਨਾਂ ਮੋਰਚਿਆਂ ਦੇ ਵਿੱਚ ਜਿਹੜੀ ਲਾਮਬੰਦੀ ਜਾਗਰੂਕਤਾ ਔਰ ਉਹਨਾਂ ਮੋਰਚਿਆਂ ਨੂੰ ਸਿਰੇ ਤੱਕ ਲੈ ਕੇ ਜਾਣਾ ਉਹ ਇਹਨਾਂ ਦੋਹਾਂ ਸੱਜਣਾ ਦੀ ਬਦੌਲਤ ਹੋਇਆ ਬੱਬੂ ਨੇ ਸਭ ਤੋਂ ਪਹਿਲੀ ਵਾਰੀ ਜੋੜੀਆਂ ਨਹਿਰਾਂ ਦੀ ਜਦੋਂ ਉਹਨਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਸੀਗਾ ਤੌਦਾ ਆਵਾਜ਼ ਉਠਾਈ ਸੀ ਔਰ ਸਦਰ ਦਵਿੰਦਰ ਸਿੰਘ ਜੀ ਮੈਂ ਮੈਡਮ ਦੇ ਬਾਰੇ ਦੱਸਦੇ ਆਂ ਜਿਹੜੀ ਮਾਨਿਟਰਿੰਗ ਕਮੇਟੀ ਦੀ ਰਿਪੋਰਟ ਦਾ ਭਾਅ ਐਨਲਿਸਿਸ ਕੀਤਾ ਸੀ ਜਿੱਤੇ ਸਵਾਲ ਖੜੇ ਕੀਤੇ ਸੀਗੇ ਕਿ ਕੰਪੈਰੀਜ਼ਨ ਦੇ ਵਿੱਚ ਮੈਚ ਨਹੀਂ ਕਰ ਰਹੇ ਉਹਦੇ 'ਚ ਮੈਡਮ ਹੋਣਾ ਦਾ ਬਹੁਤ ਯੋਗਦਾਨ ਰਿਹਾ ਜੀ ਸਾਨੂੰ ਮੈਂ ਬੇਨਤੀ ਕਰਾਂ ਕਿਉਂਕਿ ਟ੍ਰੀਟਮੈਂਟ ਦੇ ਉੱਪਰ ਡਾਕਟਰ ਪੁਨੀਤਪਾਲ ਸਿੰਘ ਹੋਣਾ ਦਾ ਕੰਮ ਹੈ ਕਿੰਨੀਆਂ ਕੋ ਕਾਰਗਰ ਜਿਹੜੀਆਂ ਟ੍ਰੀਟਮੈਂਟ ਟੈਕਨੀਕਸ ਨੇ 3 4 5 ਜਿੰਨੀਆਂ ਵੀ ਅਵੇਲੇਬਲ ਨੇ ਔਰ ਉਹ ਕਿੰਨੀਆਂ ਕੋ ਕਾਰਗਰ ਨੇ ਇਹਦੇ ਬਾਰੇ ਤੁਸੀਂ ਤਕਰੀਬਨ 3 ਤੋਂ 4 ਮਿੰਟ ਦੇ ਵਿੱਚ ਗੱਲ ਰੱਖਣੀ ਜੀ ਪ੍ਰੋਫੈਸਰ ਸੁਖਜੀਤ ਨੇ ਮੇਰੀ ਡਿਊਟੀ ਟੈਕਨੀਕਲ ਬਣੇ ਜ਼ਿਆਦਾ ਲਗਾਈ ਹੋਈ ਹੈ ਅ ਮੈਂ ਸਿਰਫ 2 ਮਿੰਟ ਜਰਾ ਗੱਲ ਰੱਖਾਂਗਾ 2 ਮਿੰਟ ਮੈਂ ਹੋਰ ਕਿਸੇ ਗੱਲ ਨੂੰ ਯੂਟਿਲਾਈਜ਼ ਕਰਾਂਗਾ ਟਰੀਟਮੈਂਟ ਲੁਧਿਆਣੇ ਦੇ ਵਿੱਚ ਜਿਹੜੀ ਦੋ ਤਰ੍ਹਾਂ ਦੀ ਟਰੀਟਮੈਂਟ ਲੁਧਿਆਣੇ ਨਹੀਂ ਹਰ ਜਗ੍ਹਾ ਦੀ ਦੋ ਤਰ੍ਹਾਂ ਦੀ ਟਰੀਟਮੈਂਟ ਹੁੰਦੀ ਹੈ ਇੱਕ ਹੁੰਦੀ ਹੈ ਵੇਸਟ ਵਾਟਰ ਟਰੀਟਮੈਂਟ ਜਿਹੜਾ ਤੁਹਾਡੇ ਘਰੋਂ ਨਿਕਲ ਰਿਹਾ ਡੋਮੈਸਟਿਕ ਵੇਸਟ ਵਾਟਰ ਅਸੀਂ ਉਹਨੂੰ ਕਹਿੰਦੇ ਹਾਂ ਯਾਂ ਸੀਵੇਜ ਵਾਟਰ ਇਸਤੇਮਾਲ ਕਰ ਲੈਂਦੇ ਹਾਂ ਸੀਵੇਜ ਟਰੀਟਮੈਂਟ ਪਲੈਂਟ ਐਸਟੀਪੀ ਦੂਸਰਾ ਹੁੰਦਾ ਇੰਡਸਟਰੀਅਲ ਵੇਸਟ ਵਾਟਰ ਟਰੀਟਮੈਂਟ ਉਹਦੇ ਲਈ ਅਸੀਂ ਐਫਲੂਐਂਟ ਵਾਟਰ ਇਸਤੇਮਾਲ ਕਰਦੇ ਹਾਂ ਉਹਨੂੰ ਈਟੀਪੀ ਕਹ ਦਿੰਨੇ ਹਾਂ ਐਫਲੂਐਂਟ ਟਰੀਟਮੈਂਟ ਪਲੈਂਟ ਔਰ ਹਰ ਇੰਡਸਟਰੀ ਦਾ ਇੱਕ ਅਲੱਗ ਐਫ ਤਕਰੀਬਨ ਤਕਰੀਬਨ ਅਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਇਹ ਕੰਮ ਵੱਡੇ ਪੱਧਰ ਤੇ ਜਦੋਂ ਸਰਕਾਰ ਨੂੰ ਲੱਗਿਆ ਕਿ ਵੀ ਇੰਨਾ ਵੱਡਾ ਸ਼ਹਿਰ ਹੈ ਬੜਾ ਕੁਝ ਇੱਥੇ ਹੋ ਰਿਹਾ ਸੀ ਨਹੀਂ ਸੰਭਾਲ ਪਾਰੇ ਸੋ 2000 2 3 ਦੇ ਵਿੱਚ ਇੱਥੇ ਇੱਕ ਪਲਾਂਟ ਲੱਗੇ ਸੀਗੇ ਅਲੱਗ-ਅਲੱਗ ਟੈਕਨੋਲੋਜੀਸ ਟਾਈਮ-ਟਾਈਮ ਨਾਲ ਆਉਂਦੀ ਰਹੀਆਂ ਪਹਿਲਾਂ ਐਰੋਬਿਕ ਟੈਕਨੋਲੋਜੀ ਸੀ ਮੈਂ ਡਿਟੇਲ ਚ ਨਹੀਂ ਜਾਵਾਂਗਾ ਬਸ ਨਾਮ ਲਵਾਂਗਾ ਉਹਨਾਂ ਦੇ ਐਰੋਬਿਕ ਟੈਕਨੋਲੋਜੀ ਆਈ ਐਕਟੀਵੇਟਿਡ ਸਲੱਜ ਪਲਾਂਟ ਉਸ ਨੂੰ ਲੱਗਿਆ ਸਰਬਾਤ ਸਰਕਾਰ ਨੂੰ ਲੱਗਿਆ ਕਿ ਨਹੀਂ ਇਹ ਤਾਂ ਨਈ ਟ੍ਰੀਟਮੈਂਟ ਐਫੀਸ਼ੀਐਂਟਲੀ ਕਰ ਰਹੀ ਹੈ ਹਾਲਾਂਕਿ ਬੜੇ ਐਫੀਸ਼ੀਐਂਟ ਹੈ ਹੋ ਫਿਰ ਇੱਕ ਨਵੀਂ ਆ ਗਈ ਯੂਐਸਪੀਆਰ ਐਨੈਰੋਬਿਕ ਜਿਹਦੇ ਬਾਰੇ ਪ੍ਰੋਫੈਸਰ ਸੁਜੀਤ ਨੇ ਥੋੜੀ ਗੱਲ ਕੀਤੀ ਸੀਗੀ ਅਪਫਲੋ ਐਨੈਰੋਬਿਕ ਸਲਜ ਬਲੈਂਕਟ ਰੈਕਟਰ ਚਲੋ ਉਹ ਵੀ ਲੱਗੇ ਇੱਥੇ 2004-5 ਦੇ ਵਿੱਚ 12 10 12 ਤੱਕ ਚੱਲੇ ਹੋ ਬੜੇ ਵੱਡੇ ਪੱਧਰ ਤੇ ਪੂਰੇ ਪੰਜਾਬ ਮੈਂ ਕਹਿੰਦਾ ਨਾਰਥ ਆਫ ਦਿੱਲੀ ਦਿੱਲੀ ਤੋਂ ਇਧਰ-ਇਧਰ ਇੰਨੇ ਵੱਡੇ ਟ੍ਰੀਟਮੈਂਟ ਪਲਾਂਟ ਚਲੇ ਹੋਰ ਨਹੀਂ ਹੈ ਜਨਰਲ ਲੁਧਿਆਣਾ ਚ 145 ਐਮਐਲਡੀ ਮਿਲੀਅਨ ਲੀਟਰਸ ਪਰ ਡੇ 100 ਮਿਲੀਅਨ ਲੀਟਰਸ ਪਰ ਡੇ ਇੰਨਾ ਟਰੀਟ ਕਰ ਰਹੇ ਨੇ ਪਾਣੀ ਉਸ ਤੋਂ ਬਾਅਦ ਫਿਰ ਇੱਕ ਹੋਰ ਆ ਗਈ ਜੀ ਏਐਸਪੀ ਐਕਟੀਵੇਟਿਡ ਸਲਜ ਪਲੈਂਟ ਦਾ ਥੋੜਾ ਜਿਹਾ ਸੁਧਰੇ ਰੂਪ ਆ ਗਿਆ ਸੀਕਵੈਂਸਿੰਗ ਬੈਚ ਰੀਐਕਟਰ ਐਸਬੀਆਰ ਮੈਂ ਇੰਡਸਟਰੀਅਲ ਵਾਲ ਨਹੀਂ ਜਾ ਰਿਹਾ ਮੈਂ ਸਿਰਫ ਡੋਮੈਸਟਿਕ ਵੇਸਵਾਟਰ ਦੀ ਗੱਲ ਕਰ ਰਿਹਾ ਹੁਣ ਅੱਜ ਕੱਲੋ ਉਹ ਬੜਾ ਪ੍ਰਚਲਿਤ ਹੈ ਉਹਦੇ ਉੱਪਰ ਪਲੈਂਟ ਲੱਗ ਰਹੇ ਨਵੇਂ-ਨਵੇਂ ਗੱਲ ਹੈ ਕਿ ਜਿਹੜੀ ਮਰਜ਼ੀ ਟੈਕਨੋਲੋਜੀ ਯੂਜ਼ ਕਰ ਲਓ ਹੁਣ ਇਹ ਟੈਕਨੋਲੋਜੀ ਇੱਥੇ ਐਸਬੀਆਰ ਇਜ਼ ਵੈਰੀ ਐਡਵਾਂਸਡ ਟੈਕਨੋਲੋਜੀ ਉਹ ਬਹੁਤ ਇਸ ਤੋਂ ਅਗੇ ਫਿਲਹਾਲ ਮੇਰੇ ਦਿਮਾਗ 'ਚ ਨਹੀਂ ਕਿ ਕੋਈ ਹੋਰ ਟੈਕਨੋਲੋਜੀ ਇਸ ਤੋਂ ਅਗੇ ਆਈ ਹੈ ਇਹ ਇਸ ਤੋਂ ਕਿ ਠੀਕ ਹੈ ZLD ਹੈ ਬਟ ZLD ਇਸ ਨੋਟ ਐਪਲੀਕੇਬਲ ਫॉर ਡੋਮੈਸਟਿਕ ਵੇਸਵਾਟਰ ਠੀਕ ਹੈ ਔਰ ਇੱਥੇ ਜੋ ਖੇਡ ਹੈ ਜੋ ਮਨੂੰ ਕਈ ਵਾਰੀ ਮੈਂ ਸੋਚਦਾ ਜੋ ਪਿੱਛੇ ਖੇਡ ਹੈ ਉਹ ਖੇਡ ਹੈ ਸਾਰੀ ਮਾਰਕੀਟਿੰਗ ਦੀ ਕੰਪਨੀਆਂ ਬੈਠੀਆਂ ਪੁਨੇ ਕੰਪਨੀਆਂ ਬੈਠੀਆਂ ਦਿੱਲੀ ਬੈਂਗਲੌਰ ਉੱਥੇ ਆ ਕੇ ਸਾਡੇ ਸਰਕਾਰੀ ਅਫਸਰਾਂ ਨੂੰ ਇੰਪ੍ਰੈਸ ਕਰਦੀਆਂ ਕਿ ਸਰ ਇਹ ਤਾਂ ਹੁਣ ਪੁਰਾਣੀ ਹੋ ਗਈ ਤੁਸੀਂ ਇਹ ਵਾਲੀ ਲਾਓ ਨਵੀਂ ਚਲੋ ਨਵੀਂ ਲੱਗ ਜੇ ਕੋਈ ਗੱਲ ਨਹੀਂ ਨਵੀਂ ਲਗਾ ਲਓ ਕੰਮ ਤਾਂ ਕਰੇ ਮੈਨੂੰ ਪਰਥ ਜਾਣ ਦਾ ਮੌਕਾ ਮਿਲਿਆ ਆਸਟ੍ਰੇਲੀਆ ਚ ਅਜਤੋਂ 4 ਸਾਲ ਪਹਿਲਾਂ ਉੱਥੇ ਵੀ ਇੱਕ ਬੜਾ ਵੱਡਾ ਟ੍ਰੀਟਮੈਂਟ ਪਲਾਂਟ ਸੀ ਵੇਸਟਰੋ ਟ੍ਰੀਟਮੈਂਟ ਪਲਾਂਟ ਉਹ ਸਾਨੂੰ ਵਿਜ਼ਿਟ ਕਰਾਉਣ ਲੈ ਕੇ ਗਏ ਮੈਨੂੰ ਉਮੀਦ ਸੀ ਕਿ ਬੜੀ ਵੱਡੀ ਮੰਨੀ ਕੋਈ ਨਵੀਂ ਨਵੀਂ ਟੈਕਨੋਲੋਜੀ ਆਈ ਕੋਈ ਐਸਪੀਆਰ ਟਾਈਪ ਮਿਲੇਗੀ ਜਦੋਂ ਮੈਂ ਉੱਥੇ ਗਿਆ ਉਹ ਐਕਟੀਵੇਟਿਡ ਸਲੱਜ ਪਲਾਂਟ ਜਿਹੜਾ ਇੱਥੇ ਸਾਡੇ 20 ਸਾਲ ਪਹਿਲਾਂ ਲਾ ਕੇ ਬੰਦ ਵੀ ਕਰਤੇ ਇਨਾਂ ਨੇ ਕਿ ਨਹੀਂ ਨਹੀਂ ਯਾਨੀ ਚੱਲਦੇ ਜੀ ਉਹਦੇ ਨਾਲ ਕੰਮ ਕਰ ਰਹੇ ਆ ਬੜਾ ਅੱਛਾ ਟ੍ਰੀਟ ਵੀ ਕਰ ਰਹੇ ਨੇ ਔਰ ਸਾਨੂੰ ਪਤਾ ਹੈ ਕਿ ਆਸਟ੍ਰੇਲੀਅਨ ਜਾਂ ਕੈਨੇਡੀਅਨ ਮੈਨੂੰ ਪੁੱਛਿਆ ਜੋ ਉਥੇ ਮੈਨੇਜਰ ਸੀ ਮੈਂ ਕਿਹਾ ਵੀ ਇਹ ਐਫੀਸ਼ੀਐਂਟਲੀ ਕੰਮ ਕਰ ਰਹੇ ਕਿ ਇਹ ਐਫੀਸ਼ੀਐਂਸੀ ਦੀ ਹੈ ਕਹਿੰਦਾ ਹਾਂਜੀ ਬਿਲਕੁਲ ਕਹਿੰਦਾ ਜੇ ਤੁਹਾਨੂੰ ਸ਼ੱਕ ਹੈ ਤਾਂ ਤੁਹਾਨੂੰ ਹੁਣੇ ਅਸੀਂ ਚੈੱਕ ਕਰਵਾ ਕੇ ਦਿਖਾ ਦਿੰਨੇ ਆ ਉਹਨੇ ਮੇਰੇ ਸਾਹਮਣੇ ਆਨਲਾਈਨ ਮੋਨੀਟਰਿੰਗ ਸਿਸਟਮ ਲੱਗੇ ਸੀਗੇ ਔਰ ਦੇ ਵਰ ਮੀਟਿੰਗ ਦੀ ਰਿਕੁਆਇਰਡ ਸਟੈਂਡਰਡਸ ਤਾਂ ਮੈਂ ਕਿਹਾ ਵੀ ਜੇ ਐਸਪੀ ਜਿਹਨੂੰ ਅਸੀਂ 20 ਸਾਲ ਪਹਿਲਾਂ ਕਹਿ ਚੁੱਕੇ ਹਾਂ ਕਿ ਨਹੀਂ ਇੱਥੇ ਹੁਣਾਂ ਨਹੀਂ ਚੱਲਣੀ ਹੁਣ ਉਹ ਯੂਐਸਬੀ ਲੈ ਲਓ ਜੀ ਹੁਣ ਐਸਪੀਐਚਆਰ ਲੈ ਲਓ ਤੇ ਕੱਲ ਨੂੰ ਹੋ ਸਕਦਾ ਐਸਪੀਐਚਆਰ ਤੋਂ ਵੀ ਅੱਗੇ ਅਸੀਂ ਕੋਈ ਸਰਕਾਰ ਨੂੰ ਇਮਪ੍ਰੈਸ ਕਰ ਲੈ ਸਾਡੇ ਮੰਤਰੀ ਸਾਹਿਬ ਕੋਈ ਇਮਪ੍ਰੈਸ ਹੋ ਜਾਣ ਹੁਣ ਚਲੋ ਜੀ ਇਹ ਲਾ ਦੋ ਸੋ ਇਹ ਸਾਡੀ ਟੈਕਨੀਕਲੀ ਔਰ ਟੈਕਨੀਕਲ ਇਸ਼ੂਸ ਚ ਨਹੀਂ ਜਾਵਾਂਗਾ ਦਿਸ ਇਜ਼ ਦੀ ਰਿਐਲਿਟੀ ਆਫ ਦੀ ਟ੍ਰੀਟਮੈਂਟ ਪਲੈਂਟ ਇਨ ਲੁਧਿਆਣਾ ਔਰ ਇਨ ਮੋਸਟ ਆਫ ਦੀ ਪਲੇਸਿਸ ਇਨ ਪੰਜਾਬ ਐਸ ਵੈਲ ਐਸ ਇਨ ਇੰਡੀਆ ਦੂਸਰੀ ਗੱਲ ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਕਿਦਾਂ ਅਸੀਂ ਜੀ ਡਾਈ ਮਤਲਬ ਕਿਦਾਂ ਡਾਈੰਗ ਨੂੰ ਖਤਮ ਨਹੀਂ ਕਰ ਸਕਦੇ ਡਾਈੰਗ ਦੇਖੋ ਖਤਮ ਨਹੀਂ ਹੋਏਗੀ ਬੱਚੇ ਸਾਨੂੰ ਡਾਈੰਗ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੇਰੇ ਮੇਰੇ ਤੋਂ ਮੇਰੇ ਕਲੀਕ ਨੂੰ ਅਸੀਂ ਡਾਈੰਗ ਇੰਡਸਟਰੀਜ਼ ਦੀ ਇੱਥੇ ਵਾਟਰ ਆਡੀਟਿੰਗ ਕੀਤੀ ਸੀਗੀ ਫੋਕਲ ਪੁਆਇੰਟ ਯੂਨਿਟ ਸੀ ਤਕਰੀਬਨ ਤਿੰਨੋ ਯੂਨਿਟਸ 'ਤੇ ਕੀਤੀ ਸੀਗੀ ਕੁਝ 2-3 ਸਾਲ ਪਹਿਲਾਂ ਸੋ ਕਾਫੀ ਵਿਚਰਨ ਦਾ ਮੌਕਾ ਮਿਲਿਆ ਉਹਨਾਂ ਦੇ ਨਾਲ ਡਾਈੰਗ ਇੰਡਸਟਰੀ ਕਲਪਰੇਟ ਹੈ ਬਿਲਕੁਲ ਹੈ ਬਟ ਲੇਕਿਨ ਮਜਬੂਰੀ ਵੀ ਹੈ ਡਵੈਲਪਮੈਂਟ ਵੀ ਕਰਨੀ ਹੈ ਕਾਫੀਆਂ ਨੂੰ ਰੋਜ਼ਗਾਰ ਵੀ ਦੇ ਰਹੀ ਹੈ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਹੁਣ ਹਟਾ ਵੀ ਨੈਸੈਸਰੀ ਹੈ ਵੀ ਜਿਹਨੂੰ ਕਹਿ ਦਿੰਦੇ ਆ ਕਿ ਹੁਣ ਕੰਮ ਚਲਾਉਣਾ ਹੀ ਪੈਣਾ ਤੇ ਨਾਲ ਤਾਂ ਕਹਿੰਦਾ ਜੀ ਇਦਾਂ ਕਰੋ ਤੁਸੀਂ ਜੇ ਡਾਈੰਗ ਤੁਸੀਂ ਚਾਹੁੰਦੇ ਹੋ ਨਾ ਕਿ ਰਿਸਪੌਂਸੀਬਲ ਸਿਟੀਜ਼ਨ ਬੰਨਣਾ ਚਾਹੁੰਦੇ ਹੋ ਤੁਸੀਂ ਡਾਈੰਗ ਦੇ ਪੁਆਇੰਟ ਆਫ ਊਨ ਨਾਲ ਤਾਂ ਕੱਪੜੇ ਘੱਟ ਗੂੜੇ ਬਾਣੇ ਸ਼ੁਰੂ ਕਰਦੋ ਲਾਈਟ ਕਰ ਕਲਰ ਦੇ ਕੱਪੜੇ ਬਾਣੇ ਸ਼ੁਰੂ ਕਰਦੋ ਚਿੱਟੇ ਰੰਗ ਦੇ ਚਲੋ ਠੀਕ ਹੈ ਚਿੱਟਾ ਨਹੀਂ ਪਸੰਦ ਥੋੜੇ ਲਾਈਟ ਜੇ ਬਾਣੇ ਸ਼ੁਰੂ ਕਰਦੋ ਜਿੰਨਾ ਗੂੜਾ ਗਾੜਾ ਰੰਗ ਹੋਏਗਾ ਉਹਨੂੰ ਉਨੀ ਜ਼ਿਆਦਾ ਡਾਈੰਗ ਲੱਗੇਗੀ ਡਾਈ ਲੱਗੇਗੀ ਉਹਨਾਂ ਜ਼ਿਆਦਾ ਪਾਣੀ ਉਹ ਪੋਲਿਊਟ ਹੋ ਕੇ ਬਾਹਰ ਨਿਕਲੇਗਾ ਠੀਕ ਹੈ ਚਲੋ ਇਹ ਤਾਂ ਇੱਕ ਗੱਲ ਹੋ ਗਈ ਦੂਸਰੀ ਗੱਲ ਜਿਹੜੀ ਜ਼ਿਆਦਾ ਜ਼ਰੂਰੀ ਹੈ ਅਵੇਅਰਨੈਸ ਦੀ ਗੱਲ ਚੱਲ ਰਹੀ ਹੈ ਸਾਰੇ ਇਹੀ ਕਰ ਰਹੇ ਨੇ ਕਿ ਅਵੇਅਰਨੈਸ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਘਰੋਂ ਸ਼ੁਰੂ ਕਰ ਸਕਦੇ ਹੋ ਅਵੇਅਰਨੈਸ ਤੁਹਾਡੇ ਸਾਰਿਆਂ ਦੇ ਘਰ 'ਚ ਆਲਮੋਸਟ ਆਰਓ ਲੱਗੇ ਹੋਣਗੇ ਐਂਡ ਆਰਓ ਇਜ਼ ਦੀ ਮੇਨ ਸੋਰਸ ਆਫ ਵੇਸਟੇਜ ਆਫ ਵਾਟਰ ਇਨ आवर ਹਾਊਸੇਸ ਐਂਡ ਵੈਰੀ 빅 ਸੋਰਸ ਆਰਓ ਦਾ ਪਾਣੀ ਦੀ ਲੋੜ ਕੀ ਹੈ ਤੁਹਾਨੂੰ ਅਗਰ ਤੁਹਾਡਾ ਪਾਣੀ ਤੁਹਾਡੇ ਕਾਰਪੋਰੇਸ਼ਨ ਤੁਹਾਨੂੰ 450 450 ਫੁੱਟ ਤੋਂ ਪਾਣੀ ਦੇ ਰਿਹਾ ਹੈ 450 450 ਫੁੱਟ ਪਾਣੀ ਠੀਕ ਹੈ ਫਿਲਹਾਲ ਉਹਦੇ ਨਾਲ ਹੀ ਆਲਮੋਸਟ ਸਾਰੀ ਜਗ੍ਹਾ ਹੀ ਠੀਕ ਹੈ ਹਾਂ ਪਾਈਪ ਦੇ ਵਿੱਚ ਕੁਝ ਪ੍ਰੋਬਲਮ ਹੋ ਸਕਦੀ ਹੈ ਲੇਕਿਨ ਜਿਹੜਾ ਐਕੂਫਰ ਐਕਚੁਅਲ 'ਚ 450 ਫੁੱਟ ਜਾਂ 500 ਫੁੱਟ ਉਹ ਠੀਕ ਹੈ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਅਗਰ ਉੱਥੇ ਪਾਣੀ ਦੇ ਰਿਹਾ ਤਾਂ ਤੁਹਾਨੂੰ ਆਰਓ ਦੀ ਲੋੜ ਕੀ ਹੈ ਸਿਰਫ ਇੱਕ ਪੈਰਾਮੀਟਰ ਦੀ ਗੱਲ ਕਰਾਂਗਾ TDS ਟੋਟਲ ਡਿਸੋਲਵਡ ਸੋਲਿਡ ਟੋਟਲ ਜਿਹੜਾ ਆਰਓ ਵੇਚਣ ਆਉਂਦਾ ਨਾ ਉਹ ਮੇਰੇ ਖਿਆਲ ਬੀਐਸਸੀ ਪਾਸ ਆਊਟ ਹੋਏਗਾ ਜਾਂ 10ਵੀਂ 12ਵੀਂ ਪਾਸ ਆਊਟ ਹੋਏਗਾ ਉਹ ਤੁਹਾਨੂੰ ਇੱਕ ਮੀਟਰ ਚਾ ਪਾ ਦੇ ਤੁਹਾਡੇ ਉਹਦੇ ਵਿੱਚ ਗਲਾਸ ਦੇ ਵਿੱਚ ਦੇਖੋ ਜੀ ਦੇਖੋ ਕਿੰਨਾ ਆ ਗਿਆ ਜੀ 1000 ਆ ਗਿਆ 1000 ਤਾਂ ਆਏਗਾ ਵੀ ਨਹੀਂ ਵਸੇ 350 ਮਿਲੀਗ੍ਰਾਮ ਪਰ ਲੀਟਰ ਟीडीएस ਆ ਗਿਆ ਜੀ 400 ਮਿਲੀਗ੍ਰਾਮ ਪਰ ਲੀਟਰ ਟीडीएस ਆ ਗਿਆ ਜੀ ਇਹ ਜ਼ੀਰੋ ਹੋਣਾ ਚਾਹੀਦਾ ਜੀ ਇਹ 10 ਹੋਣਾ ਚਾਹੀਦਾ ਜੀ ਤੁਸੀਂ ਇੰਜੀਨੀਅਰ ਹੋ ਇੱਕ ਕੋਡ ਪੜ ਲਿਓ ਆਈਐਸ 10500 2012 ਇੰਡੀਅਨ ਸਟੈਂਡਰਡਸ ਨੈਟਿਵ ਫ੍ਰੀ ਆਫ ਫ੍ਰੀ ਆਫ ਕਾਸਟ ਹੈ ਪਿਆ ਹੋਇਆ ਉੱਥੇ ਉਹਦੇ ਵਿੱਚ TDS ਸਿਰਫ ਇੱਕ ਦੀ ਗੱਲ ਕਰ ਰਹੇ ਹਾਂ ਬਾਕੀ ਉਹ ਤਾਂ ਬਹੁਤ ਲੰਬਾ ਹੈ ਉਹ ਟੋਟਲ ਡਿਸਾਲਡ ਸੋਲਿਡਸ ਸ਼ੁੱਡ ਬੀ ਲੈਸਰ 500 ਮਿਲੀਗ੍ਰਾਮ ਪਰ ਲੀਟਰ ਅਪ ਟੂ 500 ਮਿਲੀਗ੍ਰਾਮ ਪਰ ਲੀਟਰ ਅਸੈਪਟੇਬਲ ਹੈ ਤੁਸੀਂ ਪੀ ਸਕਦੇ ਹੋ ਔਰ ਸਾਡੇ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਇੰਨਾ ਹੀ ਹੈ ਗਰਾਊਂਡ ਵਾਟਰ ਦਾ TDS 300 250 350 400 ਬਸ ਸਾਊਥ ਪੰਜਾਬ ਚ ਜਾਓਗੇ ਬਠਿੰਡਾ ਮੁਕਸਰ ਅਬੋਹਰ ਫਿਰ ਫਿਰੋਜ਼ਪੁਰ ਉੱਥੇ ਜ਼ਰੂਰ ਮਿਲ ਜਾਏਗਾ 1600 2000 ਮਿਲੀਗ੍ਰਾਮ ਪਰ ਲੀਟਰ ਉੱਥੇ RO ਦੀ ਲੋੜ ਹੈ ਤੁਹਾਨੂੰ ਜੇ ਤੁਸੀਂ ਗਰਾਊਂਡ ਵਾਟਰ ਪੀ ਰਹੇ ਹੋ ਸਰਫੇਸ ਵਾਟਰ ਚ ਫੇਰ ਵੀ ਨਹੀਂ ਹੈ ਇਹਨਾ ਗਰਾਉਂਡ ਵਾਟਰ ਜ਼ਿਆਦਾ ਹੁੰਦਾ ਹੈ TDS ਤੁਸੀਂ ਕਿਉਂ RO ਲਗਾ ਰਹੇ ਹੋ ਅਗਰ ਤੁਹਾਨੂੰ ਲੋੜ ਹੈ ਵੀ ਕਿਸੇ ਫਿਲਟਰ ਦੀ ਤੁਹਾਨੂੰ ਸਿਰਫ ਇੱਕ UV ਫਿਲਟਰ ਦੀ ਲੋੜ ਹੈ ਤੁਸੀਂ ਸਿਰਫ ਬੈਕਟੀਰੀਆ ਕਿਉਂਕਿ ਸਾਨੂੰ ਇੱਥੇ ਕੀ ਹੁੰਦਾ ਸਾਡੇ ਪਾਣੀ ਚ ਬੈਕਟੀਰੀਆ ਦੀ ਪ੍ਰੋਬਲਮ ਆ ਜਾਂਦੀ ਹੈ ਉਹ ਵੀ ਸਿਰਫ ਪਾਈਪਾਂ ਕਰਕੇ ਜੋ ਪਾਈਪ ਸਪਲਾਈ ਕਰਦੀਆਂ ਯੂ ਜਸਟ ਨੀਡ ਟੂ ਰਿਮੂਵ ਬੈਕਟੀਰੀਆ ਫਰੋਮ ਯੂਰ ਵਾਟਰ ਨਾਟ ਦੀ ਡਿਜ਼ਾਇਰੇਬਲ ਡਿਸਾਲਡ ਸੋਲਿਡ ਉਹ ਤਾਂ ਚਾਹੀਦੇ ਨੇ ਉਹ ਤੁਹਾਡੀ ਬਾਡੀ ਨੂੰ ਚਾਹੀਦੇ ਨੇ ਸੋਲਿਡਸ ਤੋ ਇਸ ਕਰਕੇ ਆਰਓ ਹਟਾ ਦੋ ਤੁਹਾਨੂੰ 1 ਲੀਟਰ ਪਾਣੀ ਲੈਣ ਲਈ 5 ਲੀਟਰ ਪਾਣੀ ਖਰਾਬ ਕਰਨਾ ਪੈ ਰਿਹਾ ਹੈ ਇੱਥੇ ਤੁਹਾਡੀ ਅਵੇਅਰਨੈਸ ਕਮ ਆਏਗੀ ਜਦੋਂ ਮੈਂ ਪਰਥ ਗਿਆ ਸੀ ਦਿਸ ਇਜ਼ ਮਾਈ ਲਾਸਟ ਪੁਆਇੰਟ ਉੱਥੇ ਜਿੱਥੇ ਠਹਿਰਾਇਆ ਉਹਨਾਂ ਨੇ ਹੌਸਟਲ ਚ ਮਨੂੰ ਜਿਦਾ ਸਾਡੇ ਹੌਸਟਲ ਐ ਇਦਾਂ ਦੇ ਸੀਗੇ ਮੈਂ ਕਿਹਾ ਜੀ ਪਾਣੀ ਕਿੱਥੋਂ ਪੀਣਾ ਹੈ ਕਹਿੰਦਾ ਜੋ ਨਲਕਾ ਲੱਗਾ ਹੈ ਕਿਚਨ ਚ ਨਲਕਾ ਮੈਂ ਕਿਹਾ ਇਦਾਂ ਹੀ ਕਹਿੰਦਾ ਹਾਂ ਜੀ ਉਹਦੇ ਮੈਂ ਕਿਹਾ ਜੀ ਕੁਝ ਨਹੀਂ ਆਰਓ ਜਾਂ ਕਹਿੰਦੇ ਨੇ ਜੀ ਸਾਡੇ ਇੱਥੇ ਜੀ ਆਰਓ ਲਗਾਣਾ ਪੈ ਜੇ ਤਾਂ ਉਹਦੇ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂ ਲਗਾ ਰਹੇ ਹੋ ਆਰੋ ਕਿਉਂ ਲਗਾ ਰਹੇ ਹੋ ਫਿਲਟਰ ਇਹ ਆਰੋ ਬੜੀ ਦੂਰ ਦੀ ਗੱਲ ਹੈ ਇਵਨ ਯੂਵੀ ਫਿਲਟਰ ਇਜ਼ ਨਾਟ ਅਲਾਉਟ ਕੀ ਜਿਹੜਾ ਸਪਲਾਈ ਦਾ ਪਾਣੀ ਆ ਰਿਹਾ दैट इज ਨਾਟ ਅਪ ਟੂ ਦੀ ਪੁਆਇੰਟ ਨਹੀਂ ਹਾਂ ਠੀਕ ਹੈ ਉਹਦਾ ਫਿਰ ਜਸਟੀਫਿਕੇਸ਼ਨ ਹੋਏਗੀ ਇਦਾਂ ਨਹੀਂ ਹੈ ਕਿ ਤੁਸੀਂ ਸਿੱਧਾ ਹੀ ਲਗਾ ਦਿਓ ਉਹ ਆਪਣੀ ਸਪਲਾਈਜ਼ ਦੇ ਉੱਪਰ ਇੰਨਾ ਉਹਨਾਂ ਨੂੰ ਭਰੋਸਾ ਹੈ ਸਾਡੀ ਹੁਣ ਗਵਰਨਮੈਂਟ ਆਫ ਇੰਡੀਆ ਵੀ ਉਸ ਪੁਆਇੰਟ ਜਾ ਰਹੀ ਹੈ ਲੇਕਿਨ ਪਤਾ ਨਹੀਂ ਕਿ ਉਹ ਤੱਕ ਅਸੀਂ ਜਾਵਾਂਗੇ ਉੱਥੇ ਮੈਨੂੰ ਨਹੀਂ ਪਤਾ ਸੋ ਥੋੜਾ ਜਿਹਾ ਵੇਅਰ ਹੋਈ ਹੈ ਅਸੀਂ ਛੋਟੇ ਛੋਟੇ ਪੁਆਇੰਟ ਥੋੜਾ ਸੋਚੀਏ ਇਹਦੇ ਬਾਰੇ ਛੋਟੇ ਛੋਟੇ ਸਟੈਪਸ ਲੈ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਥੈਂਕ ਯੂ ਬਹੁਤ ਧੰਨਵਾਦ ਡਾਕਟਰ ਪੁਨੀਤਪਾਲ ਸਿੰਘ ਜੀ ਹੁਣ ਅਸੀਂ ਆਸ ਕਰਦੇ ਹਾਂ ਸਾਡੇ ਵਿਦਿਆਰਥੀਆਂ ਤੋਂ ਕਿਉਂਕਿ ਇਹ ਸਾਰੇ ਸੱਜਣ ਜਿੱਥੇ ਪ੍ਰੋਫੈਸਰ ਚੀਮਾ ਔਰ ਪ੍ਰੋਫੈਸਰ ਰਾਜਵੀਰ ਕਾਰ ਪਾਣੀ ਦੀ ਟ੍ਰੀਟਮੈਂਟ ਦੇ ਉੱਪਰ ਰਿਸਰਚ ਕਰ ਰਹੇ ਨੇ ਤੁਹਾਡੇ ਚੋਂ ਵਿਦਿਆਰਥੀ ਹੋਣਗੇ ਜਿਹੜੇ ਟ੍ਰੀਟਮੈਂਟ ਦੇ ਉੱਪਰ ਖੋਜ ਕਰਨ ਦੀ ਇੱਛਾ ਰੱਖਦੇ ਹੋਣਗੇ ਕਿਉਂਕਿ ਬਹੁਤ ਸਾਰੇ ਸਿਵਲ ਦੇ ਵਿਦਿਆਰਥੀ ਵੀ ਬੈਠੇ ਨੇ ਸੋ ਤੁਸੀਂ ਸਿੱਧਾ ਉਹਨਾਂ ਦੇ ਨਾਲ ਇਸ ਦੇ ਲਈ ਗੱਲਬਾਤ ਕਰ ਸਕਦੇ ਹੋ ਸੋਸ਼ਲ ਐਕਟੀਵਿਜ਼ਮ ਦੇ ਲਈ ਪੜ੍ਹ ਕੇ ਲੋਕਾਂ ਦੇ ਅੱਗੇ ਜਾਣਕਾਰੀ ਰੱਖਣ ਦੇ ਲਈ ਕਪਿਲ ਜੀ ਨੇ ਜਸਕੀਰਤ ਜੀ ਨੇ ਭਾਈ ਪਰਮਜੀਤ ਸਿੰਘ ਹੁਣੀ ਨੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਸੀਂ ਆਈਆਂ ਸ਼ਖਸੀਅਤਾਂ ਦਾ ਸਨਮਾਨ ਕਰਾਂਗੇ ਉਸ ਤੋਂ ਬਾਅਦ ਅਸੀਂ ਵਿਦਿਆਰਥੀਆਂ ਨੂੰ ਫ੍ਰੀ ਕਰ ਦੇਵਾਂਗੇ ਕਿਉਂਕਿ ਇਹਨਾਂ ਦਾ ਪ੍ਰਸ਼ਾਦੇ ਦਾ ਸਮਾਂ ਆ ਸਾਡੇ 1.30 ਵਜੇ ਮੈਸ ਬੰਦ ਹੋ ਜਾਂਦੀ ਹੈ ਸੋ ਮੈਂ ਬੇਨਤੀ ਕਰਾਂ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੇ ਵੱਲੋਂ ਸਨਮਾਨ चिन्ह ਬੁਲਾਰਿਆਂ ਦੇ ਲਈ ਭੇਜੇ ਗਏ ਨੇ ਮੈਂ ਬੇਨਤੀ ਕਰਾਂ ਸਰਦਾਰ ਦਵਿੰਦਰ ਸਿੰਘ ਸੇਖੋਂ ਔਰ ਸਰਦਾਰ ਪਰਮਜੀਤ ਸਿੰਘ ਆ ਜੀ ਉਹ ਬੁਲਾਰਿਆਂ ਦਾ ਸਨਮਾਨ ਕਰਨਗੇ ਅਸੀਂ 2.30 ਦੇ ਅਗਲੇ ਪਾਸੇ ਆ ਜਾਈਏ ਸਾਰੇ ਜਣੇ